ਕਰਦਾ ਆ ਸੀ ਵੈਰ ਮਾਰੇ ਪੁੱਛੀ ਹੋਕੇ ਆ ਸੀ ਕਿੱਦਾਂ ਜਾ ਕੇ ਟੈਰ ਮਾਰੇ ਪੁੱਛੀ ਕੱਢਦੀ ਆ ਕਿੱਦਾਂ ਆ ਸੀ ਵੈਰ ਮਾਰੇ ਪੁੱਛੀ ਕਦੇ ਰੀਸ ਕੀਤੀ ਨੀ ਬਾਜਾਂ ਦੀ ਕਾਵਾਂ ਨੇ ਸ਼ੇਰ ਪੁੱਤ ਜੰਮੇ ਆ ਸ਼ੇਰ ਪੁੱਤ ਜੰਮੇ ਆ ਸ਼ੇਰ ਪੁੱਤ ਜੰਮੇ ਆ ਪੰਜਾਬੀ ਮਾਵਾਂ ਨੇ ਸ਼ੇਰ ਪੁੱਤ ਜੰਮੇ ਆ ਪੰਜਾਬੀ ਮਾਵਾਂ ਪੰਜਾਬੀ ਮਾਵਾਂ ਨੇ ਸ਼ੇਰ ਪੁੱਤ ਜੰਮੇ ਆ ਪੰਜਾਬੀ ਮਾਵਾਂ ਨੇ ਸ਼ੇਰ ਪੁੱਤ ਜੰਮੇ ਆ ਪੰਜਾਬੀ ਮਾਵਾਂ ਨੇ ਪੰਜਾਬੀ ਮਾਵਾਂ ਦੇ ਸ਼ੇਰ ਪੁੱਤਾਂ ਨੇ ਪਹਿਲਾਂ ਆਪਣੇ ਵਤਨ ਨੂੰ ਵਿਦੇਸ਼ੀਆਂ ਤੋਂ ਆਜ਼ਾਦ ਕਰਾਇਆ ਫਿਰ ਖੁਦ ਅਮਰੀਕਾ ਕੈਨੇਡਾ ਯੂਕੇ ਅਤੇ ਹੋਰ ਮੁਲਕਾਂ ਵਿੱਚ ਜਾ ਕੇ ਆਪਣੀ ਮਿਹਨਤ ਨਾਲ ਬਿਜ਼ਨਸ ਐਮਪਾਇਰ ਖੜ੍ਹੇ ਕੀਤੇ ਅਤੇ ਦੁਨੀਆ ਵਿੱਚ ਕਾਬਲੀਅਤ ਦਾ ਲੋਹਾ ਮਨਵਾਇਆ ਅੱਜ ਵੀ ਲੱਖਾਂ ਹੀ ਨੌਜਵਾਨ ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਕਿਸੇ ਵੀ ਕੀਮਤ 'ਤੇ ਬਾਹਰ ਜਾਣਾ ਚਾਹੁੰਦੇ ਹਨ ਕੁਝ ਅਜਿਹੇ ਹੀ ਜੋਸ਼ੀਲੇ ਪਰ ਮਸੂਮ ਨੌਜਵਾਨਾਂ ਦੀ ਕਹਾਣੀ ਹੈ ਦੇਸੀ ਮੁੰਡੇ ਉਹ ਕੀ ਹਾਲ ਆ ਬਈ ਤੇਜੀ ਕੀ ਗੱਲ ਬੜਾ ਉਦਾਸ ਜਿਹਾ ਲੱਗਦਾ ਉਹ ਕੀ ਹੋਇਆ ਯਾਰ ਕਾਹਦੇ ਹਾਲ ਯਾਰ ਸਾਰਾ ਦਿਨ ਜਾਨ ਮਾਰ ਕੇ ਕੰਮ ਕਰੀਦਾ ਤੇ ਦਿੰਦੇ ਕੀ ਨੇ ਇਹਦੇ ਨਾਲੋਂ ਤਾਂ ਇੰਡੀਆ ਹੀ ਚੰਗਾ ਸੀ ਨਾ ਇੰਡੀਆ ਚ ਤੂੰ ਕੀ ਡੀਸੀ ਲੱਗਾ ਸੀ ਗੱਲਾਂ ਕਰਦਾ ਯਾਰ ਆਪਣੀ ਤਾਂ ਕੋਕੋ ਸੂਤ ਆ ਗਈ ਇੱਥੇ ਆ ਕੇ ਪਾਉਂਡ ਹੈ ਘਰ ਹੈ ਵੀਕਐਂਡ ਤੇ ਕਰੀਦਾ ਫਨ ਹੋਰ ਕੀ ਚਾਹੀਦਾ ਬੰਦੇ ਨੂੰ ਲਾਈਫ ਚ ਬਹਿ ਜਾ ਓਏ ਇਹ ਜਬਲੀਆਂ ਪੰਜਾਬ ਜਾ ਕੇ ਮਾਰੀ ਉਹ ਸਿੱਧਾ ਕਿਉਂ ਨਹੀਂ ਕਹਿੰਦਾ ਗੱਲ ਪਿਆ ਢੋਲ ਵਜਾਉਣਾ ਪੈਂਦਾ ਆਖੇ ਗਿੱਧਾ ਡਿੱਗਿਆ ਟੋਏ ਚ ਕਹਿੰਦਾ ਯਾਰਾਂ ਦਾ ਤੇ ਘਰ ਹੀ ਹੈ ਸਹੀ ਹੈ ਭਾਈ ਦੇਖੋ ਅੱਜ ਹੈ ਫਰਾਈਡੇ ਅੱਜ ਮਾਨਕੀ ਬਾਈ ਦਾ ਸ਼ੋਅ ਵੇਖਣ ਜਾਣਾ ਜਿਹਨੇ ਜਿਹਨੇ ਵੀ ਜਾਣਾ ਨਾ ਤਿਆਰ ਹੋ ਜਾਓ ਆਪਾਂ ਚੱਲੀਏ ਇੱਕ ਗੱਲ ਹੈ ਜਾਣਾ ਪਰ ਮੈਂ ਤੁੰਬਾ ਵਜਾਉਣਾ ਉੱਥੇ ਆਪਾਂ ਤੂੰ ਵੀ ਵਜਾ ਲਈ ਚੱਲ ਵੀ ਤੁੰਬਾ ਵਜਾ ਲਈ ਓਏ ਮੈਂ ਦਿਨ ਚ ਦੋ ਵਾਰੀ ਨਾ ਉਹ ਵੀ ਵਧੀਆ ਸਾਬਣ ਨਾਲ ਨਾ ਕੇ ਤਾਂ ਆ ਗਿਆ ਸਾਲਿਆ ਪਰ ਤੇਰੇ ਕੱਪੜਿਆਂ ਚੋਂ ਹਲੇ ਵੀ ਤੜਕਿਆਂ ਦੀ ਬੂ ਆਉਂਦੀ ਹੈ ਸਾਲਿਆ ਲੰਘ ਰਹੀ ਆ ਗੱਲ ਤੇਰੀ ਸਹੀ ਓਏ ਕਿਹੜੀ ਵੱਡੀ ਗੱਲ ਹੈ ਇਹਦਾ ਇਲਾਜ ਆਪਾਂ ਕਰ ਲਾਂਗੇ ਤੁਸੀਂ ਗੱਡੀ 'ਚ ਬੈਠੋ ਚਲੋ ਵੀ ਚਲੋ ਆਜੋ 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 ਗੱਡੀ ਕਿਉਂ ਰੋਕਤੀ ਯਾਰ ਉਹ ਤੁਸੀਂ ਖੜੋ ਇੱਕ ਮਿੰਟ ਮੈਂ ਗਿਆ ਤੇ ਆਇਆ ਹੁਣ ਕੀ ਹੋ ਗਿਆ ਕਿੱਥੇ ਚਲੇ ਆ ਓਏ ਤੇਜੀ ਬਾਈ ਲਈ ਪਰਫਿਊਮ ਦਾ ਜੁਗਾੜ ਨਹੀਂ ਕਰਨਾ ਉਹ ਕਮਾਲ ਆ ਜੁਗਾੜ ਮੇਰੇ ਵਾਸਤੇ ਲਾਉਣ ਜਾ ਰਿਹਾ ਤੇ ਮੈਨੂੰ ਲੈ ਕੇ ਨਹੀਂ ਜਾ ਰਿਹਾ ਉਹ ਗੱਲ ਸੁਣ ਤੇ ਤੈਨੂੰ ਨਾਲ ਲੈ ਜਾਂਦਾ ਨਾ ਤੂੰ ਉੱਥੇ ਜਾ ਕੇ 10 ਹੋਰ ਚੀਜ਼ਾਂ ਨੂੰ ਮੂੰਹ ਮਾਰਨਾ ਸੀਗਾ ਓਏ ਸਬਰ ਕਰ ਸਬਰ ਜੇ ਹੁਣ ਗਿਆ ਨਾ ਕੁਝ ਲੈ ਕੇ ਆਉ ਐਕਸਕਿਊਜ਼ ਮੀ ਕੈਨ ਯੂ ਸ਼ੋ ਮੀ ਸਮ ਪਰਫਿਊਮਸ ਆਲ ਰਾਈਟ
Yeah, yeah. Listen. Yes. That one. Sure. Thanks. Thank you, Ji. You're welcome. Bloody beastie. ਓਏ ਆਦਾ ਖਾਲੀ ਹੱਥੇ ਤੁਰਿਆ ਆਉਂਦਾ ਯਾਰ ਦੱਸ ਵੀਰ ਤੂੰ ਬੜੀਆਂ ਲਾਟਾਂ ਮਾਰਦਾ ਹੁੰਦਾ ਕਿਹੜਾ ਪਰਫਿਊਮ ਲੈ ਕੇ ਆਇਆ ਕੱਢ ਸਾਲਿਓ ਲੈ ਕੇ ਨਹੀਂ ਆਇਆ ਲਾ ਕੇ ਆਇਆ ਆ ਜਾਓ ਤੁਸੀਂ ਵੀ ਸਾਲੋ ਮਾੜਾ ਮਾੜਾ ਉਹ ਯਾਰ ਤੂੰ ਵੀ ਲਾ ਲਾ ਤੂੰ ਪਿੱਛੇ ਕਿਉਂ ਖੜਾ ਲੈ ਹੁਣ ਮੇਰੇ ਵਾਸਤੇ ਕੀ ਬਚਿਆ ਟੱਟੂ ਇੱਕ ਮਿੰਟ ਰੁਕੋ ਜੀ ਜਰਾ ਇਹ ਤਾਂ ਵੀ ਵਧੀਆ ਲਾ ਕੇ ਆਉਣਾ ਓ ਲੈ ਲੈ ਹੁਣ ਆ ਗਿਆ ਅੱਗੇ ਲੇਟ ਹੋਣ ਡਿਆ ਸ਼ੋਅ ਤੇ ਜਾਣ ਨੂੰ ਇਹ ਕਿੱਥੇ ਗਿਆ ਉਹ ਪਿੰਦੇ ਤੁਸੀਂ ਸਿੱਧੇ ਪ੍ਰੋਗਰਾਮ ਤੇ ਪਹੁੰਚੋ ਅਸੀਂ ਗੈਰੀ ਨੂੰ ਕੰਮ ਤੋਂ ਚੁੱਕ ਉੱਥੇ ਲੈ ਕੇ ਆਉਣਾ ਉਹ ਤੂੰ ਨਹੀਂ ਮਿਲਿਆ ਸਾਡੇ ਨਾਲ ਹੀ ਰਹਿੰਦਾ ਫਰੈਸ਼ੀ ਕਿਵੇਂ ਆ ਗੈਰੀ ਕੀ ਹਾਲ ਹੈ ਸੌਰੀ ਯਾਰ ਥੋੜ੍ਹਾ ਲੇਟ ਹੋ ਗਿਆ ਡੋਰ ਖੋਲੋ ਬਿਠਾ ਲਓ ਬਾਈ ਉਹ ਕਿੱਦਾਂ ਵੀ ਮੁੰਡਿਓ ਬੜੇ ਤਿਆਰ ਸ਼ਿਆਰ ਹੋਏ ਹੋ ਉਹ ਬੜੀਆਂ ਟੌਰਾਂ ਸ਼ੌਰਾਂ ਕੱਢੀਆਂ ਉਹ ਬੜਾ ਪਰਫਿਊਮ ਲਾਇਆ ਬਾਈ ਓਏ ਲੇਡੀ ਪਰਫਿਊਮ ਕੀ ਲਾਇਆ ਇਹ ਪਰਫਿਊਮ ਵੀ ਡੋਟਲ ਦੇ ਹੋਰ ਕੀ ਸਾਰਾ ਤੈਨੂੰ ਪਤਾ ਨਹੀਂ ਮੈਨੂੰ ਲੱਗਦਾ ਤੂੰ ਲਾਇਆ ਸੱਚ ਦੱਸੋ ਓਏ ਤੁਸੀਂ ਸ਼ਰਾਰਤ ਕੀਤੇ ਕਿ ਨਹੀਂ ਆਪ ਹੀ ਲਾਇਆ ਉਹ ਵਿਚਾਰਾ ਸਮਝਦਾ ਹੋਣਾ ਵੀ ਵਧੀਆ ਪਰਫਿਊਮ ਲਾ ਕੇ ਸੋਹਣੀਆਂ ਕੁੜੀਆਂ ਮੇਰੇ ਪਿੱਛੇ ਲੱਗ ਜਾਣਗੀਆਂ ਕਿਉਂ ਚਿਹਰੇ ਉਹ ਸ਼ੁਕਰ ਕਰ ਮੁੰਡੇ ਨਹੀਂ ਪਿੱਛੇ ਲੱਗੇ ਉਹ ਆ ਜਾਓ ਯਾਰ ਟਾਈਮ ਕਿਉਂ ਲਾਇਆ ਉਧਰ ਪ੍ਰੋਗਰਾਮ ਸ਼ੁਰੂ ਹੋ ਗਿਆ ਅੱਧ ਵਿਚਾਲੇ ਸਵਾਦ ਨਹੀਂ ਉਹਦਾ ਦੇਖਣ ਦਾ ਉਹ ਖਰਜਾ ਸਾਤਾ ਲੈ ਲੈ ਲਾਈਵ ਸ਼ੋਅ ਆ ਸੋਫੀ ਰਾ ਕੇ ਨਹੀਂ ਦੇਖਿਆ ਜਾਂਦਾ ਫੇਰ ਠੀਕ ਆ ਉਹ ਤੇਜੀ ਜਾਂ ਕੱਢ ਲਿਆ ਪਿੱਛੋਂ ਸਮਾਨ ਲੈ ਬਈ ਹੁਣੇ ਲਿਆਉਣਾ ਸਮਾਨ ਉਹ ਠਹਿਰ ਜਾਓ ਯਾਰ ਹਾਲੇ ਤਾਂ ਆਪਣਾ ਯਾਰ ਪਿੰਦਾ ਵੀ ਨਹੀਂ ਆਇਆ ਉਹਨੂੰ ਆ ਲੈਂਦੇ ਹੋ ਇਕੱਠੇ ਹੀ ਚੱਲਦੇ ਆ ਘੁੱਟ ਘੁੱਟ ਲਾ ਕੇ ਨਾਲੇ ਉਹ ਆ ਜਾ ਯਾਰ ਆ ਜਾ ਪਿੰਦਿਆ ਕਿੱਥੇ ਰਹਿ ਗਏ ਸੀ ਤੁਸੀਂ ਤੁਹਾਨੂੰ ਉਡੀਕਦੇ ਸੀ ਤੁਸੀਂ ਤਾਂ ਨੇੜੇ ਆਉਣਾ ਸੀ ਉਹ ਯਾਰ ਤੈਨੂੰ ਪਤਾ ਹੀ ਹੈ ਇੱਥੇ ਟ੍ਰੈਫਿਕ ਲੁਧਿਆਣੇ ਨੂੰ ਵੀ ਮਾਤ ਪਾਈ ਜਾਂਦਾ ਜਾਮ 'ਚ ਫਸ ਗਏ ਸੀ ਉਹ ਇਹ ਤਾਂ ਆਪਣਾ ਪਿੰਦਾ ਹੀ ਸੀ ਜਿਹੜਾ ਫਲਾਇੰਗ ਗੇਅਰ ਪਾ ਕੇ ਗੱਡੀ ਕੱਢ ਲਿਆ ਜੇ ਕੋਈ ਹੋਰ ਹੁੰਦਾ ਨਾ ਤਾਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਹੀ ਪਹੁੰਚਦੇ ਬੰਦੇ ਇਹ ਹੈ ਆਪਣਾ ਬਾਈ ਆਈ ਗੈਸ ਗੈਰੀ ਹਾਂਜੀ ਬਾਈ ਜੀ ਮੈਂ ਹੀ ਹਾਂ ਗੈਰੀ ਕਿੱਥੋਂ ਬਾਈ ਮੈਂ ਬਠਿੰਡੇ ਤੋਂ ਜੀ ਵਾਹ ਫਿਰ ਤਾਂ ਆਪਣੇ ਇਲਾਕੇ ਤੋਂ ਹੈ ਤੁਹਾਡੇ ਇਲਾਕੇ ਹਾਂ ਲੋ ਚੱਕ ਲੋ ਖੁਸ਼ੀ 'ਚ ਉਹਦਾ ਨਾਂ ਲੈ ਕੇ ਉਹ ਲੈ ਬਾਈ ਨਾ ਬਾਈ ਲੈ ਪਿੰਦਿਆ ਤੂੰ ਚੱਕ ਕਿੱਦਾਂ ਬਾਈ ਤੂੰ ਨਹੀਂ ਨਾ ਪੀਂਦਾ ਨਹੀਂ ਜੀ ਮੈਂ ਪੀਂਦਾ ਨਹੀਂ ਜਾਂ ਸਾਡੇ ਨਾਲ ਨਹੀਂ ਪੀਣੀ ਨਹੀਂ ਬਾਈ ਜੀ ਇਹ ਗੱਲ ਨਹੀਂ ਬਥੇਰੀ ਪੀਤੀ ਆ ਜਿਨ੍ਹਾਂ ਨਾਲ ਪੀਂਦਾ ਸੀ ਜਦੋਂ ਉਹ ਯਾਰ ਹੀ ਨਹੀਂ ਰਹੇ ਹੁਣ ਕਾਹਦੀ ਪੀਣੀ ਆ ਸੱਟ ਬੜੀ ਡੂੰਘੀ ਲੱਗੀ ਆ ਤੇਰੀ ਪ੍ਰੋਗਰਾਮ ਫਿਨਿਸ਼ ਹੁੰਦੇ ਤਾਂ ਬੈਠ ਕੇ ਗੱਲ ਕਰਦੇ ਹਾਂ ਚੀਅਰਸ ਹੈਲੋ ਜੀ ਹੈਲੋ ਕੀ ਹਾਲ ਹੈ ਜੀ ਬਾਈ ਜੀ ਹੋਰ ਕੀ ਹਾਲ ਚਾਲ ਬਾਈ ਜੀ ਸ਼ੋਅ ਸ਼ੁਰੂ ਹੋ ਗਿਆ ਸ਼ੋਅ ਅੱਜ ਸ਼ੋਅ ਤਾਂ ਕੱਲ ਨੂੰ ਹੈ ਉਹ ਛੱਡ ਜਾ ਅਸੋਨੀ ਇਹ ਤਾਂ ਕਹਿੰਦਾ ਸੀ ਸ਼ੋਅ ਅੱਜ ਹੈ
ਲੈ ਸਾਨੂੰ ਕਾਸ ਤੋਂ ਲਿਆ ਇੱਥੇ ਫਿਰ ਮੈਨੂੰ ਕੀ ਪੁੱਛਦੇ ਹੋ ਮੈਂ ਤਾਂ ਜੱਸੇ ਨੇ ਕਿਹਾ ਸੀ ਉਹ ਮੈਂ ਕਦੇ ਕਿਹਾ ਸੀ ਉਹਨੂੰ ਮੈਂ ਤਾਂ ਕਿਹਾ ਸੀ ਮੈਂ ਜਾ ਕੇ ਤੁੰਬਾ ਵਜਾਉਂ ਓਏ ਮਿੱਤਰੋ ਦਿਲ ਹੌਲਾ ਨਾ ਕਰੋ ਜੇ ਤੁਸੀਂ ਆਏ ਹੋ ਤਾਂ ਗਾਣਾ ਸੁਣਾ ਕੇ ਹੀ ਤੁਰਾਂਗੇ ਨਾਲੇ ਮੈਂ ਆਪਣੇ ਸਰੋਤਿਆਂ ਨੂੰ ਕਦੇ ਨਾਰਾਜ਼ ਨਹੀਂ ਕੀਤਾ ਲੰਘੇ ਹੋ ਯਾਰ ਰੋਟੀ ਖਾਣ ਦੀ ਵੀ ਨੀਮਤ ਪੈਣੀ ਬਾਈ ਅਸੀਂ ਹੁਣ ਚੱਲਦੇ ਹਾਂ ਵੀਰ ਤੂੰ ਰੁਕਣਾ ਕਿ ਸਾਡੇ ਨਾਲ ਜਾਣਾ ਯਾਰ ਮੈਂ ਸੋਚਦਾ ਕਿ ਮੈਂ ਸ਼ੇਰਾ ਤੇ ਗੈਰੀ ਅਸੀਂ ਰਹਿ ਜਾਂਦੇ ਹਾਂ ਅੱਛਾ ਸਾਨੂੰ ਪਿੰਦਰ ਡ੍ਰੌਪ ਕਰ ਦੂਗਾ ਤੁਸੀਂ ਚਾਬੀ ਫੜੋ ਤੇ ਨਿਕਲੋ ਠੀਕ ਹੈ ਆਪਾਂ ਤਾਂ ਇੱਥੇ ਹੀ ਹਾਂ ਲੈ ਬਈ ਓਕੇ 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 ਜੀ ਆਪਾਂ ਫੇਰ ਚੱਲਦੇ ਚੰਗਾ ਜੀ ਚੰਗਾ ਪਿੰਦੇ ਇੱਥੇ ਕੰਮ ਕੀ ਕਰਦੇ ਹੋ ਯਾਰ ਤੁਸੀਂ ਓ ਯਾਰ ਇੱਥੇ ਕੰਮ ਤਾਂ ਬਹੁਤ ਕਰਨੇ ਪੈਂਦੇ ਆ ਲੋਹਾਰ ਰਾਜਗਿਰੀ ਕੰਸਟਰਕਸ਼ਨਿਸਟ ਇੱਥੇ ਉਹ ਕੰਮ ਕਰਨੇ ਪੈਂਦੇ ਤੂੰ ਇੰਡੀਆ ਸੋਚ ਵੀ ਨਹੀਂ ਸਕਦਾ ਇਹ ਤਾਂ ਬਹੁਤ ਔਖਾ ਯਾਰ ਓਏ ਯੂ ਹੈਵ ਬੀਨ ਫਨ ਇਨ ਮਾਈ ਕੰਟਰੀ ਰਾਈਟ ਹਾਊ ਇਜ਼ ਇਟ ਮੇਟ Fuck you! Oi! Come back here! Fuck you! Oh, Pinde, kaun si jaande tenu? Pata nahi kaun si saale harami. Aimi panga lente hai. Oh, yaar, goriyan lagda ki asi inna da rajgar kholi hai thay ake. Is karke khar khande hai saade tu. Yo, Paki! I'm not a Paki. I'm an Indian. You're all bloody same. So? So go back in your fucking country, mate. This is my country too. So why don't you shut the hole up? Hey, let's go. There are five against two of us. Hold on, hold on. What's this? Don't do your touch it, come on. Pidya, my dad. Khabardar ji ne pak nu athlaya. Ab main thobra. Rakh ke de. Oh,
ਮੈਨੂੰ ਹੱਥ ਪਾਣੇ ਆ ਉਹ ਬਿੰਦਿਆ ਲੈ ਲੈ ਬਦਲਾ ਪੱਕ ਨੂੰ ਹੱਥ ਲਾਉਂਦਾ ਕੁੱਤਾ ਤੈਨੂੰ ਪਤਾ ਨਹੀਂ ਕਿਹਦੇ ਨਾਲ ਪੰਗਾ ਲਿਆ ਉਹ ਬਿੰਦੇ ਆ ਕੀ ਕਰਤਾ ਵੇ ਤੂੰ ਮਾਰਤਾ ਗੈਰੀ ਦੌੜੇ ਤੋਂ ਗੈਰੀ ਦੌੜ ਨਹੀਂ ਤਾਂ ਪੁਲਿਸ ਆ ਜਾਏਗੀ ਨਹੀਂ ਮੈਂ ਇਹਨੂੰ ਛੱਡ ਕੇ ਨਹੀਂ ਜਾ ਸਕਦਾ ਉਹ ਮਰਜੂ ਓਏ ਮਰਨ ਦੇ ਸਾਲੇ ਨੂੰ ਤੂੰ ਦੌੜ ਨਹੀਂ ਤਾਂ ਤੂੰ ਵੀ ਫੜਿਆ ਜਾਏਗਾ ਉਹ ਨਹੀਂ ਮੈਂ ਨਹੀਂ ਛੱਡ ਸਕਦਾ ਇਹਨੂੰ Your name, sir? Freshie. Freshie, what kind of a name is that? Sir, tell us your name and address. Fodji. Fodji? Which country? India. Freshie and Fodji are not an Indian name. My name, Freshie. Freshie, what do you mean? My name is Freshie, Fodji, okay? Seems to be a tough guy. Okay, do you want to make a telephone call? He's not being very helpful. Let's take him to the cell. ਵਾਹ ਨਹੀਂ ਕਿਸਮਤ ਕਿੱਥੇ ਲਿਆ ਕੇ ਸੁੱਟਿਆ ਗੁੱਡ ਮਾਰਨਿੰਗ ਆਈ ਐਮ ਹਰਜਾਪ ਯੋਰ ਸੋਲੀਸਿਟਰ ਹੈਲੋ ਆਈ ਐਮ ਹਰਜਾਪ ਯੋਰ ਸੋਲੀਸਿਟਰ ਫਾਨੀ ਗਾਏ ਹਿੰਦੀ ਉਰਦੂ ਬੋਲ ਲੈਤੇ ਹੋ ਜਾਂ ਪੰਜਾਬੀ ਬੋਲਦਾ ਕਿੱਥੇ ਤਾਂ ਆਇਆ ਇੰਡੀਆ ਜਾਂ ਪਾਕਿਸਤਾਨ ਤੋਂ ਇੰਡੀਆ ਤੋਂ ਪੰਜਾਬੀ ਸ਼ੁਕਰ ਆ ਕੁਛ ਬੋਲਿਆ ਤਾਂ ਸਹੀ ਤੇਰਾ ਨਾਂ ਕੀ ਆ ਫਰੈਸ਼ੀ ਫੌਜੀ ਜੇ ਤੂੰ ਫੌਜੀ ਆ ਤਾਂ ਮੈਂ ਵੀ ਫੌਜਾਂ ਦਾ ਕਮਾਂਡਰ ਹਾਂ ਦੇਖ ਸ਼ੇਰਾ ਸਾਡੇ ਕੋਲ ਟਾਈਮ ਘੱਟ ਆ ਮੈਂ ਤੇਰਾ ਵਕੀਲ ਆ ਇੱਥੇ ਦਾ ਕਾਨੂੰਨ ਕਹਿੰਦਾ ਕਿ ਜੇ ਤੇਰੇ ਕੋਲ ਵਕੀਲ ਹੈ ਨਹੀਂ ਤਾਂ ਇੱਥੇ ਦੀ ਸਰਕਾਰ ਤੇਰੇ ਲਈ ਨਿਯੁਕਤ ਕਰਕੇ ਦਿੰਦੀ ਆ ਦੇਖ ਮੁੰਡਿਆ ਜੇ ਤੂੰ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਮੈਨੂੰ ਆਪਣਾ ਨਾਂ ਤਾਂ ਪਤਾ ਦੱਸ ਦੇ ਮੈਂ ਤੁਹਾਨੂੰ ਜੋ ਕਹਿਣਾ ਸੀ ਕਹਿ ਚੁੱਕਿਆ ਹੁਣ ਹੁੰਦਾ ਜੋ ਹੋਣ ਦਿਓ ਮੈਨੂੰ ਕੋਈ ਪਰਵਾਹ ਨਹੀਂ ਜੇ ਗੱਲ ਹੈ ਤਾਂ ਠੀਕ ਆ ਵੈਸੇ ਸਿਆਣੇ ਕਹਿ ਗਏ ਕਿ ਵਕੀਲ ਤਾਂ ਡਾਕਟਰ ਤੋਂ ਕੁਛ ਲੁਕਾਉਣਾ ਨਹੀਂ ਚਾਹੀਦਾ ਮੇਰਾ ਫਰਜ਼ ਬਣਦਾ ਕਿ ਤੈਨੂੰ ਦੱਸਾਂ ਕਿ ਤੇਰੇ ਉੱਤੇ ਕਿਹੜੇ ਚਾਰਜ ਲੱਗੇ ਆ ਇੱਕ ਤੂੰ ਗੈਰ ਕਾਨੂੰਨੀ ਢੰਗ ਨਾਲ ਬਿਨਾਂ ਵੀਜ਼ੇ ਤੋਂ ਇਸ ਮੁਲਕ 'ਚ ਆਇਆ ਦੋ ਤੇਰੇ ਕੋਈ ਕਾਗਜ਼ ਪੱਤਰ ਨਹੀਂ ਤੇਰੇ ਕੋਈ ਸ਼ਨਾਖਤੀ ਨਹੀਂ ਤਿੰਨ ਮਰਡਰ ਕੋਲਡ ਬਲੱਡਡ ਮਰਡਰ ਹਾਂ ਜੇ ਤੇਰੀ ਕੋਈ ਫੈਮਿਲੀ ਹੈ ਨਹੀਂ ਜਾਂ ਤੂੰ ਲਵਾਰਿਸ ਆ ਜਾਂ ਅਨਾਥ ਆ ਤਾਂ ਉਹ ਗੱਲ ਫਿਰ ਹੋ ਰਿਹਾ ਇੱਦਾਂ ਨਾ ਕਹੋ ਵਕੀਲ ਸਾਹਿਬ ਵਾਹਿਗੁਰੂ ਦਾ ਤਾਂ ਸਭ ਕੁਝ ਆ ਸਾਡੇ ਕੋਲ ਪੰਜਾਬ 'ਚ ਬਥੇਰੀ ਜ਼ਮੀਨ ਆ ਇੱਜਤ ਆ ਪਿੰਡ 'ਚ ਸਾਡੀ ਵੱਡਾ ਭਰਾ ਉਹ ਰੱਬ ਵਰਗੀ ਮਾਂ ਉਹ ਲਵਾਰਿਸ ਦੀ ਵਕੀਲ ਸਾਹਿਬ ਹੈ ਆ ਗਿਆ ਮੇਰਾ ਪੁੱਤ ਚੱਲ ਤੈਨੂੰ ਮੈਂ ਫਟਾਫਟ ਜਿਹੜਾ ਹੈਗਾ ਨਾ ਵਧੀਆ ਗਰਮ ਗਰਮ ਚਾਹ ਬਣਾ ਕੇ ਪਿਓਨੀ ਆ ਹੋਬੀ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਆ ਖੇਚਲ ਵਾਲੇ ਕੰਮ ਨਾ ਕਰਿਆ ਕਰੋ ਬਥੇਰਾ ਕੰਮ ਕਰ ਲਿਆ ਬੀਜੀ ਹੁਣ ਤੁਸੀਂ ਆਰਾਮ ਕਰਿਆ ਕਰੋ ਆ ਚਿਕਨੀਆਂ ਚੋਪੜੀਆਂ ਛੱਡ ਜੇ ਮਾਂ ਦੀ ਇੰਨੀ ਫਿਕਰ ਹੈਗੀ ਹੈ ਨਾ ਕੋਈ ਪੱਕਾ ਪ੍ਰਬੰਧ ਕਰ ਠੀਕ ਆ ਬੀਜੀ ਮੈਂ ਨਾ ਤੁਹਾਡਾ ਪੱਕਾ ਪ੍ਰਬੰਧ ਕਰ ਦਿੰਦਾ ਮੈਂ ਐਂ ਕਰਦਾ ਵੀ ਤੁਹਾਨੂੰ ਕੱਲ ਨੂੰ ਕੈਪਸੂਲ ਲਿਆ ਦੇਣਾ ਤਾਕਤ ਦੇ ਹੈ ਇੱਕ ਸਵੇਰੇ ਖਾ ਲਿਆ ਇੱਕ ਸ਼ਾਮ ਨੂੰ ਖਾ ਲਿਆ ਫਿਰ ਦੇਖੋ ਨੱਠੇ ਫਿਰੋਗੇ ਵੀ ਅੱਗ ਲਾ ਦੋ ਆਈਆਂ ਨੂੰ ਜਿਹੜੀ ਗੱਲ ਮੈਂ ਕਹਿੰਦੀ ਆ ਉਹਦੇ ਵੱਲ ਤਾਂ ਧਿਆਨ ਦੇ ਤੂੰ ਵਹੁਟੀ ਰਾਣੀ ਘਰੇ ਆਊਗੀ ਤਾਂ ਮੈਨੂੰ ਆਰਾਮ ਮਿਲੂਗਾ ਚਾਲ ਤੇਰੀ ਸੋਹਣੀ ਹੈ ਚਾਲ ਤੇਰੀ ਮੋਹਣੀ ਹੈ ਦੱਸ ਕਿੰਦੇ ਨੂੰ ਤੂੰ ਚਾਹੁੰਦੀ ਸ਼ਟ ਅਪ ਬਦਤਮੀਜ਼ ਹਾਏ ਤੇਰੀਆਂ ਅਦਾਵਾਂ
ਮੈਂ ਲੋਕਾਂ ਨੂੰ ਚੀਕਾਂ ਮਾਰ ਮਾਰ ਬੁਲਾਵਾਂ, ਆ ਜਾਓ ਸੇਲ ਸੇਲ ਸੇਲ। ਚੱਲ ਬੋਲ, ਅੱਜ ਮੂਡ ਨਹੀਂ ਲੱਗਦਾ, ਕੱਲ੍ਹ ਬੋਲਾਂਗੇ, ਚੱਲ ਪ੍ਰੈਕਟਿਸ ਕਰ ਜਾ ਕੇ। ਚਾਲ ਤੇਰੀ ਸੋਹਣੀ ਹੈ, ਚਾਲ ਤੇਰੀ ਮੋਹਣੀ ਹੈ। ਸਲਮਾਨ ਖਾਨ ਤੇ ਲੱਗਦਾ ਨਹੀਂ। ਉਹ ਜ਼ੁਬਾਨ ਸੰਭਾਲ ਕੇ ਗੱਲ ਕਰ, ਤੈਨੂੰ ਪਤਾ ਨਹੀਂ ਹੈ ਮੇਰੇ ਯਾਰ ਹੈ, ਕੱਲ੍ਹ ਇਹਦੀ ਫਰੈਂਡ ਨੂੰ ਛੇੜਿਆ। ਅੱਛਾ, ਤੇਰੀ ਫਰੈਂਡ ਸੀ? ਬਾਬੇ ਬੜੀ ਖਰੀ ਸੀ, ਪਰ ਸਾੜੀ ਦੀ ਚੋਇਸ ਬੜੀ ਗੰਦੀ ਹੈ। ਸਪੋਰਟਸਮੈਨ ਹੋਣ ਦੇ ਬਾਵਜੂਦ ਕਿਉਂ ਲੜਾਈ ਝਗੜੇ 'ਚ ਪਿਆ? ਨਹੀਂ ਸਰ, ਇਹ ਕਹਿੰਦਾ ਰੈਗਿੰਗ ਦੇ ਬਹਾਨੇ ਕੁੜੀਆਂ ਨੂੰ ਤੰਗ ਕਰਦਾ ਹੈ। ਸਰ ਝੂਠ ਬੋਲਦਾ। ਯੂ ਸ਼ਟ ਅਪ, ਮੈਂ ਤੈਨੂੰ ਹੁਣੇ ਰੈਸਟ੍ਰੀਕੇਟ ਕਰਦਾ। ਭਾਈ ਬੜੇ ਲਾਲ ਪੀਲੇ ਹੋਏ ਆ, ਕਿੱਥੋਂ ਆਏ ਆ? ਓਏ ਕਿੰਦੇ ਦੀ ਤੌਣੀ ਲਾ ਕੇ ਆਏ ਆ। ਤੇ ਮੈਨੂੰ ਵੀ ਨਾਲ ਲੈ ਜਾਣਾ ਸੀ, ਤੂੰ ਕਿੱਥੇ ਸੀ? ਉਹ ਤੁਸੀਂ ਉਧਰ ਕਿੰਦੇ ਨੂੰ ਮਾਰੀ ਜਾਂਦੇ ਸੀ, ਮੈਂ ਕੰਟੀਨ ਤੇ ਬਹਿ ਕੇ ਮੁੰਡਿਆਂ ਨਾਲ ਗੱਪਾਂ ਮਾਰੀ ਜਾਂਦਾ ਸੀ। ਉਹ ਜਿਵੇਂ ਤੁਹਾਡੇ ਹੱਥ ਚੱਲਦੇ ਆ ਏਦਾਂ ਹੀ ਮੇਰਾ ਦਬਕਾ ਚੱਲਦਾ, ਕਿਉਂਕਿ ਮੈਂ ਜਦੋਂ ਡੱਡੂ ਨੂੰ ਦਬਕਾ ਮਾਰਦਾ ਤੇ ਡਰ ਕੇ ਉਹਦੀ ਡੱਡੀ ਹੋ ਜਾਂਦੀ ਆ। ਫਗਵਾੜੇ ਵਾਲਾ ਤਰਸੇਮ ਭਾਵਾਂ ਛੋਟੀ ਗੱਲ ਕਰਦਾ, ਪਰ ਅੱਗੇ ਜਾ ਕੇ ਵੱਡੀ ਹੋ ਜਾਂਦੀ ਆ। ਲਓ ਵੀ ਤੁਹਾਡੀ ਜਿੱਤ ਤੇ ਇੱਕ ਸ਼ੇਰ ਅਰਜ ਹੈ, ਆਉਣ ਦਿਓ। ਕਹਿੰਦੇ ਗੱਲਾਂ ਨਾਲ ਨਹੀਂ ਮੰਨਦੇ ਗਾਹਕ ਜਿਹੜੇ ਛਿੱਤਰਾਂ ਦੇ, ਗੱਲਾਂ ਨਾਲ ਨਹੀਂ ਮੰਨਦੇ ਗਾਹਕ ਜਿਹੜੇ ਛਿੱਤਰਾਂ ਦੇ, ਯਾਰਾਂ ਨਾਲ ਬਹਾਰਾਂ ਤੇ ਮੇਲੇ ਮਿੱਤਰਾਂ ਦੇ। ਕੀ ਕਰਨੇ ਹਥਿਆਰ ਮਿੱਤਰੋ, ਕੀ
ਰੱਬ ਦੇ ਖਰੇ ਭਰੋਸੇ ਵਰਗੇ। ਮੋਛੇ ਵਰਗੇ ਰੱਬ ਦੇ ਖਰੇ ਭਰੋਸੇ ਵਰਗੇ, ਯਾਰਾਂ ਦੇ ਲਈ ਕੋਕੇ ਵਰਗੇ, ਯਾਰਾਂ ਦੇ ਲਈ, ਯਾਰਾਂ ਦੇ ਲਈ ਕੋਕੇ ਵਰਗੇ, ਵੈਰੀ ਲਈ ਲਲਕਾ। ਅੱਛਾ ਹੁਣ ਮੈਨੂੰ ਇਹ ਦੱਸੋ ਕੀ ਖਾਓਗੇ, ਕੀ ਪੀਓਗੇ, ਕੀ ਭੇਜਾਂ? ਬੀਜੀ ਅਸੀਂ ਤਾਂ ਹੋਸਟਲ ਦੇ ਨਿਵਾਸੀ ਆ, ਅਸੀਂ ਤਾਂ ਚਾਹ ਨਾਲ ਹੀ ਸਾਰ ਲਾਂਗੇ। ਚਾਹ ਤੇ ਭਾਵੇਂ 10 ਵਾਰੀ ਪੀਓ, ਪਰ ਬਾਕੀ ਜੋ ਹੋਸਟਲ 'ਚ ਸਵਾ ਕੇ ਖਾਂਦੇ ਉਹ ਨਹੀਂ ਇੱਥੇ ਮਿਲਣਾ। ਉਹ ਚੁੱਪ ਕਰ, ਬੋਲਣ ਲੱਗਿਆ ਮੌਕਾ ਤਾਂ ਦੇਖ ਲਿਆ ਕਰ। ਦੇਖਿਆ, ਮੈਂ ਜਦੋਂ ਬੋਲਦਾ ਤੁਹਾਡੇ ਵਰਗਿਆਂ ਦੀ ਗਿੱਲੀ ਚੱਡੀ ਹੋ ਜਾਂਦੀ ਆ। ਬੀਜੀ ਫਗਵਾੜੇ ਵਾਲਾ ਤਰਸੇਮ ਭਾਵੇਂ ਛੋਟੀ ਗੱਲ ਕਰਦਾ, ਪਰ ਅੱਗੇ ਜਾ ਕੇ ਵੱਡੀ ਹੋ ਜਾਂਦੀ ਆ। ਚਲੋ ਬੈਠੋ ਤੁਸੀਂ, ਹੈ ਮੂੰਹ ਬੰਦ ਵੀ ਰੱਖ ਲਿਆ ਕਰ। ਤੇਰੀ ਤਾਈ ਜੀ ਦੀ ਤਬੀਅਤ ਥੋੜੀ ਖਰਾਬ ਹੈਗੀ ਆ, ਜਾ ਕੇ ਉਹਨਾਂ ਦਾ ਹਾਲ ਪੁੱਛਿਆ। ਠੀਕ ਹੈ ਬੀਜੀ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਆਵਾਜ਼ ਤਾਂ ਗੁਰਮੁਖ ਸਿੰਘ ਦੀ ਲੱਗਦੀ ਹੈ। ਵਾਹ ਜੀ ਵਾਹ, ਸਤਿ ਸ੍ਰੀ ਅਕਾਲ ਜੀ, ਧੰਨ ਪਾਕ ਜੀ ਆਇਆਂ ਨੂੰ। ਕਹਿੰਦੇ ਜੀ ਉੱਪਰ ਵਾਲੇ ਦੀ ਮਿਹਰ ਹੈ, ਹੋਰ ਤੁਸੀਂ ਦੱਸੋ ਕੀ ਹਾਲ ਚਾਲ ਹੈ ਪਿੰਡ ਦਾ? ਕੀ ਹਾਲ ਪਿੰਡ ਦਾ? ਮੇਰਾ ਨੇ ਜੀ ਬਾਬੇ ਦੀਆਂ, ਲੱਗਦਾ ਆ ਹੀ ਰਹੇ ਹੋ ਇੰਗਲੈਂਡ ਤੋਂ, ਕੋਠੀ ਵੀ ਨਹੀਂ ਗਏ ਹਜੇ। ਕਹਿੰਦੇ ਜੀ
ਗੁਰੂ ਘਰ ਮੱਥਾ ਟੇਕੇ ਬਿਨਾਂ ਕਿਵੇਂ ਜਾ ਸਕਦਾ ਸੀ? ਹੈਂ, ਆ ਤਾਂ ਬਾਲੇ ਚੰਗਾ ਕੀਤਾ ਗੁਰਮੁਖ ਸਿੰਘ ਜੀ, ਲੱਗਦਾ ਐਤਕੀ ਤਾਂ ਦੋ ਤਿੰਨ ਮਹੀਨੇ ਰਹੋਗੇ। ਦੋ ਚਾਰ ਮਹੀਨੇ ਨਹੀਂ ਸਰਦਾਰ ਸਾਹਿਬ, ਹੁਣ ਤਾਂ ਪੱਕਾ ਆ ਗਏ। ਹੁਣ ਬਸ ਛੱਡ ਆਏ ਵਿਲੈਤ। ਉਹ ਕਿੰਨੀ ਦੇਰ ਬੰਦਾ ਟਿਕਿਆ ਰਵੇ ਬਗਾਨੇ ਬੋਰਡ ਦੀ ਛਾਵੇਂ? ਹੈਂ, ਵੇਖ ਲਓ ਆਪਣੀ ਮਿੱਟੀ ਦਾ ਮੋਹ ਖਿੱਚ ਹੀ ਲਿਆ। ਪਿੰਡ ਦੇ ਭਾਗ ਚੰਗੇ ਨੇ ਗੁਰਮੁਖ ਸਿੰਘ ਜੀ। ਵੈਸੇ ਤਾਂ ਬਾਹਰ ਰਹਿੰਦਿਆਂ ਤੁਸੀਂ ਪਿੰਡ ਦੀ ਤਰੱਕੀ ਲਈ ਬਹੁਤ ਕੁਛ ਕੀਤਾ, ਹੁਣ ਇੱਥੇ ਆ ਗਏ ਹੋ ਤਾਂ ਕਿਆ ਹੀ ਬਾਤਾਂ। ਸਰਦਾਰ ਸਾਹਿਬ, ਕਰਨ ਕਰਾਉਣ ਵਾਲਾ ਤਾਂ ਉਹੀ ਹੋਏ, ਅਸੀਂ ਕੌਣ ਹੁੰਦੇ ਹਾਂ? ਅਤੇ ਫਿਰ ਸਰਦਾਰ ਸਾਹਿਬ, ਮਾਂ ਮਾਂ ਹੁੰਦੀ ਏ, ਮਾਤ ਭੂਮੀ ਦਾ ਕਰਜ਼ਾ ਕਦੇ ਕੋਈ ਲਾ ਸਕਿਆ? ਉਹਦੇ ਵਾਸਤੇ ਬੰਦਾ ਜਿੰਨਾ ਕਰੇ ਉਨਾ ਘੱਟ ਹੈ, ਕਿਉਂ? ਬਿਲਕੁਲ ਜੀ, ਚਲੋ ਮੈਂ ਮੱਥਾ ਟੇਕ ਲਵਾਂ, ਫਿਰ ਬੈਠ ਕੇ ਗੱਲਾਂ ਕਰਾਂਗੇ, ਕਿਉਂ? ਆਓ ਗਿਆ ਜੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮੈਂ ਜਦੋਂ ਦਾ ਬਲਜੀਤ ਗਿਆ, ਤੂੰ ਤਾਂ ਇੱਧਰ ਆਉਣਾ ਹੀ ਭੁੱਲ ਗਿਆ ਇੰਦਰ। ਕੀ ਗੱਲ ਪੁੱਤ, ਤਾਈ ਨਹੀਂ ਯਾਦ ਕਦੇ ਆਈ ਤੈਨੂੰ ਕਿ ਭਰਾ ਨਾਲ ਹੀ ਪਿਆਰ ਸੀ ਤੇਰਾ? ਬਿਲਕੁਲ ਨਹੀਂ ਤਾਈ ਜੀ, ਇਹੋ ਜੀ ਕੋਈ ਗੱਲ ਨਹੀਂ, ਉਹ ਬਸ ਕੰਮ ਕਾਜ ਵਿਹਲੇ ਨਹੀਂ ਲੱਗਿਆ। ਮੈਂ ਤਾਂ ਜਗਤਾਰ ਚਾਚੇ ਨੂੰ ਵੀ ਨਹੀਂ ਮਿਲ ਪਾਇਆ ਹੁਣ ਤਾਈ। ਅੱਛਾ, ਜਗਤਾਰ ਆਇਆ ਹੈ? ਹਾਂਜੀ, ਪਤਾ ਚੱਲਿਆ ਕੱਲ ਹੀ ਆਏ ਨੇ। ਆਹੋ ਭਾਈ, ਮੁੜਦੇ ਨੇ ਕਰਮ ਵਾਲਿਆਂ ਦੇ ਕਮਾਈਆਂ ਕਰਕੇ। ਦਿਲ ਛੋਟਾ ਨਾ ਕਰ ਜਸਵੰਤ ਕੌਰੇ, ਰੱਬ ਦੀ ਮਿਹਰ ਚਾਹੀਦੀ ਹੈ, ਆਪਣਾ ਵੀ ਆਊਗਾ। ਵੇ ਮੇਰੇ ਮੁੱਕੀ ਤੋਂ ਆਇਆ ਤਾਂ ਕੀ ਆਇਆ, ਚੱਲ ਆਵੇ ਤਾਂ ਸਹੀ, ਇਸ ਵਿਚਾਰੀ ਦੇ ਕਰਮਾਂ ਨੂੰ ਮੁੜ ਆਵੇ। ਚਾਚੂ, ਮੇਰੇ ਡੈਡੀ ਤਾਂ ਆਉਂਦੇ ਹੀ ਨਹੀਂ, ਮੇਰੇ ਬੋਧੇ ਤੇ ਵੀ ਨਹੀਂ ਆਏ, ਮੇਰੇ ਬੋਧੇ ਦਾ ਗਿਫਟ ਵੀ ਨਹੀਂ ਭੇਜਿਆ। ਨਾ ਬੱਚੇ ਨਾ, ਡੈਡੀ ਜ਼ਰੂਰ ਆਉਣਗੇ, ਨਾਲੇ ਬਹੁਤ ਸਾਰੇ ਗਿਫਟ ਲੈ ਕੇ ਆਉਣਗੇ। ਹਾਂ ਤਾਇਆ ਜੀ, ਵੀਰੇ ਦਾ ਕੋਈ ਫੋਨ ਆਇਆ, ਹੁਣ ਤਾਂ ਮੇਰੇ ਨਾਲ ਗੱਲ ਕੀਤੇ ਵੀ ਕਾਫੀ ਚਿਰ ਹੋ ਗਿਆ। ਨਹੀਂ ਪੁੱਤਰ, ਹੁਣ ਤਾਂ ਇਹ ਕੋਈ ਚਿੰਤਾ ਹੈ, ਉਹ ਠੀਕ ਠਾਕ ਹੋਵੇ। ਛੋਟੀ ਬੀਜੀ, ਚਾਚੂ ਕਿੱਥੇ ਹੈ? ਆ ਗਿਆ ਮੇਰਾ ਪੁੱਤ, ਉੱਤੇ ਹੋਉ, ਹੋਰ ਕਿੱਥੇ? ਦੇਖ ਉੱਠਿਆ ਕਿ ਨਹੀਂ ਚਾਚੂ? ਓ ਮਾਈ ਗੋਡ, ਚਾਚੂ ਹਜੇ ਸੁੱਤਾ ਹੀ ਪਿਆ। ਚਾਚੂ ਉੱਠੋ, ਸਕੂਲ ਦਾ ਟਾਈਮ ਹੋ ਗਿਆ, ਇਹ ਤਾਂ ਉੱਠਦਾ ਹੀ ਨਹੀਂ ਪਿਆ। ਠਹਿਰ ਜਾ, ਮੈਂ ਦੱਸਦਾ ਤੈਨੂੰ ਕਿਵੇਂ ਪਾਈ ਦਾ ਪਾਣੀ। ਓਏ ਹੋਏ, ਕੀ ਹੋ ਗਿਆ, ਛੇਤੀ ਕੁੜੀ ਨੂੰ ਛੱਡ ਕੇ ਆ, ਲੇਟ ਹੋ ਰਹੀ ਹੈ। ਤੂੰ ਬੱਸ ਤੇ ਕਿਉਂ ਨਹੀਂ ਜਾਂਦੀ ਘੋਗੜੇ? ਮੈਂ ਨਹੀਂ ਜਾਣਾ ਬੱਸ ਤੇ, ਮੈਨੂੰ ਡਰ ਲੱਗਦਾ। ਉਹ ਸਾਰੇ ਬੱਚੇ ਤਾਂ ਬੱਸ ਤੇ ਜਾਂਦੇ ਆ, ਕਿਉਂਕਿ ਉਹਨਾਂ ਦੇ ਕੋਲ ਗੈਰੀ ਚਾਚੂ ਨਹੀਂ ਹੈਗੇ ਨਾ। ਉਹ ਮੈਂ ਸਦਕੇ, ਇਹ ਤਾਂ ਮੇਰਾ ਘੋਗੜ ਪੁੱਤ ਹੈ, ਉਹ ਮੇਰਾ ਲਾਡਾ ਪੁੱਤ ਹੈ, ਤੂੰ ਤਾਂ ਆ ਚੱਲ ਗਈ। ਚਾਚਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਾਕਾ। ਕਦੋਂ ਆਏ ਕੈਨੇਡਾ ਤੋਂ? ਰਾਤੀ ਲੇਟ ਆਇਆ ਸ਼ੇਰਾ, ਇੱਕ ਵਾਰੀ ਸੌਂ ਕੇ ਪਤਾ ਹੀ ਨਹੀਂ ਲੱਗਾ ਕਦੋਂ ਸਵੇਰ ਹੋ ਗਈ। ਹੁਣ ਤਾਂ ਰਹੋਗੇ ਫਿਰ ਕਈ ਦਿਨ? ਹਾਂ, ਕੁਝ ਵੀਕ ਇੱਥੇ ਹੀ ਆ। ਕੰਸਟਰਕਸ਼ਨ ਸ਼ੁਰੂ ਕਰਾਉਣ ਦਾ ਵਿਚਾਰ ਆ ਭਈ, ਆਪਾਂ ਵੀ ਕੋਈ ਛੋਟਾ ਮੋਟਾ ਘਰ ਬਣਾ ਲਈਏ ਬਾਹਰਲੀ ਸੜਕ ਤੇ। ਵਾਹ ਚਾਚਾ ਜੀ ਵਾਹ, ਤੁਹਾਡਾ ਤਾਂ ਛੋਟਾ ਮੋਟਾ ਹੀ ਇੰਗਲੈਂਡੀਆਂ ਦੀ ਕੋਠੀ ਜਿੱਡਾ ਹੋਣਾ ਕਿ ਨਹੀਂ? ਹਾਂ, ਉਹਦੇ ਨਾਲੋਂ ਤਾਂ ਵੱਡਾ ਹੀ ਬਣਾਵਾਂਗੇ, ਤਾਂ ਹੀ ਗੱਲ ਬਣੂ। ਆ ਹੋਈ ਨਾ ਸਵਾਦ ਵਾਲੀ ਗੱਲ, ਸੜਕੋਂ ਲੰਘਦੇ ਲੋਕਾਂ ਨੂੰ ਦਿਸੇ ਤਾਂ ਸਹੀ ਵੀ ਫੋਰਨ ਕਰੰਸੀ ਲੱਗੀ ਆ। ਉਹੀ ਉਹ ਤੇ ਗੱਲ ਹੈ, ਓਏ ਆਪਾਂ ਕਿਸੇ ਨਾਲੋਂ ਘੱਟ ਹੈ। ਸਾਡਾ ਵੀ ਗੇੜਾ ਲਵਾ ਦਿਓ ਚਾਚਾ ਜੀ, ਅਸੀਂ ਵੀ ਦੇਖ ਆਈਏ ਡਾਲਰਾਂ ਦੇ ਦਖਤ ਕਿੱਦਾਂ ਦੇ ਹੁੰਦੇ ਆ। ਜਾਣਾ ਇੰਨਾ ਸੌਖਾ ਨਹੀਂ ਹੈ ਕਾਕਾ,
ਮੇਰਾ ਭਤੀਜਾ ਅਵਤਾਰ ਵੀ ਜਾਣ ਨੂੰ ਫਿਰਦਾ ਹੈ। ਵੇਖ ਲਓ ਜੇ ਕੋਈ ਬਣਦਾ ਜੁਗਾੜ, ਇਕੱਠੇ ਚਲੇ ਜਾਣਾ। ਦੇਖਦੇ ਹਾਂ ਚਾਚਾ ਜੀ, ਪਰ ਜਾਣਾ ਇੱਕ ਵਾਰ ਜ਼ਰੂਰ ਆ ਜੋ ਮਰਜ਼ੀ ਹੋ ਜਾਏ। ਹੈਲੋ ਵੀਰ, ਤੁਹਾਨੂੰ ਪਤਾ ਕਿਹਦਾ ਫੋਨ ਸੀ? ਕਿਹਦਾ? ਵੀਰੇ ਦੀ ਗਰਲਫ੍ਰੈਂਡ ਦਾ ਫੋਨ ਸੀ। ਅੱਛਾ, ਆਓ ਦੇਖੋ ਗਿਆ ਉੱਪਰ। ਓ ਲੈ ਜੀਤਾ ਵੀ ਆ ਗਿਆ। ਚੰਗਾ ਵੀਰ ਜੀ, ਮੈਂ ਚੱਲਦਾ। ਚੰਗਾ ਪੁੱਤ, ਕੀ ਹਾਲ ਆ ਤੇਰਾ? ਚੜ੍ਹਦੀ ਕਲਾ ਬਾਈ, ਤੂੰ ਸੁਣਾ? ਠੀਕ ਹੈ, ਚੱਲੀਏ ਫਿਰ। ਚੱਲੀਏ, ਪੈਰੀ ਪੈਣਾ ਵੀਰ ਜੀ। ਜਿਉਂਦਾ ਰਹਿ। ਮੈਂ ਚੱਲਿਆ ਵੀਰੇ, ਉਹ ਥੱਲੇ ਆ ਕੇ ਸੀ ਓਪਤਾ ਕਰ ਜਾ। ਅੱਛਾ, ਉਹ ਗੈਰੀ ਚੱਲਿਆ, ਮੈਂ ਸ਼ਾਮ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ। ਓਕੇ ਬਾਏ। ਚਲੀਏ ਫਿਰ। ਉਹ ਖਰਚਾ ਪਾਣੀ ਤਾਂ ਲੈ ਲਈਏ ਵੀਰੇ ਕੋਲੋਂ। ਕਿਉਂ ਜੀ? ਦਵਾਈ ਇੱਕ ਚੀਜ਼ ਭੁੱਲ ਗਿਆ ਵੀਰੇ, ਪਿਆਰ ਦੀ ਜੱਫੀ। ਅੱਛਾ, ਇਸ ਲਈ ਪੈ ਰਹੀਆਂ ਸੀ ਜੱਫੀਆਂ ਵੀ ਜੀ? ਆ ਤਾਂ ਇਹਦਾ ਰੋਜ਼ ਦਾ ਕੰਮ ਆ, ਅੱਜ ਤਾਂ ਮੈਂ ਇਹਨੂੰ ਘੱਟ ਪੈਸੇ ਦਿੱਤੇ ਨੇ। ਦੇਖ ਇਹਦੀ ਬੂਥੀ, ਆ ਲੈ ਹੋਰ ਲੈ ਜਾ। ਥੈਂਕ ਯੂ ਵੀਰਿਆ, ਚੱਲ ਫਿਰ। ਰੱਬ ਤੇਰਾ ਛੇਤੀ ਵਿਆਹ ਕਰਾਵੇ ਮੋਬਾਈਲ ਵਾਲੀ ਕੁੜੀ ਨਾਲ। ਭਰਜਾਈ ਜੀ, ਇਹਦੀ ਕੀ ਲੋੜ ਸੀ? ਮੈਂ ਹੁਣ ਗੁਰਦੁਆਰੇ ਚਾਹ ਦਾ ਲੰਗਰ ਛੱਕ ਕੇ ਆਇਆ। ਕੋਈ ਨਾ ਭਾਜੀ, ਚਾਹ ਦਾ ਕੋਈ ਟਾਈਮ ਹੁੰਦਾ ਹੈਗਾ, ਇਹ ਤਾਂ ਜਦੋਂ ਮਰਜ਼ੀ ਪੀ ਲਓ। ਤੁਸੀਂ ਕਿਉਂ ਤਕਲੀਫ ਕਰਦੇ ਹੋ, ਮੈਂ ਪਾਣਾ। ਚਲੋ ਠੀਕ ਹੈ ਜੀ, ਮੈਂ ਰੋਟੀ ਪਾਣੀ ਦੇਖਦੀ ਹਾਂ ਅਤੇ ਤੁਸੀਂ ਮਾਰੋ ਗੱਲਾਂ ਬਾਤਾਂ। ਆ ਲੈ ਬੇਟਾ, ਆ ਲੈ। ਵੈਸੇ ਇੰਦਰ, ਪਿੰਡ ਵਿੱਚ ਆ ਕੇ ਬੜਾ ਖੁਸ਼ ਹੋਇਆ ਮੈਂ। ਦੇਖ, ਕਾਫੀ ਕੰਮ ਹੋਇਆ, ਗਲੀਆਂ ਪੱਕੀਆਂ, ਸਟਰੀਟ ਲਾਈਟਸ, ਔਰ ਸਕੂਲ ਦੀ ਕੰਡੀਸ਼ਨ ਵੀ ਸੁਧਾਰ ਹੋਇਆ। ਇੰਦਰ ਸਿਆ, ਇਹ ਸਭ ਤੇਰੀ ਹਿੰਮਤ ਹੈ। ਮੈਂ ਕੀ ਕੀਤਾ ਚਾਚਾ ਜੀ, ਆਹ ਤਾਂ ਸਭ ਬਸ ਤੁਹਾਡੇ ਭੇਜੇ ਹੋਏ ਪੈਸਿਆਂ ਦੇ ਨਾਲ ਹੋਇਆ। ਨਹੀਂ ਨਹੀਂ ਇੰਦਰ ਸਿਆ, ਟਾਈਮ ਦੇਣਾ ਵੀ ਬੜੀ ਵੱਡੀ ਗੱਲ ਹੈ। ਬਾਹਰ ਲੋਕਾਂ ਕੋਲ ਸਭ ਕੁਛ ਹੈ, ਟਾਈਮ ਨਹੀਂ। ਪੁੱਤਰ, ਤੇਰੇ ਪਾਪਾ ਤੇ ਮੈਂ ਇੱਕ ਸੁਪਨਾ ਵੇਖਿਆ ਸੀ, ਇਸ ਪਿੰਡ ਨੂੰ ਮਾਡਲ ਪਿੰਡ ਬਣਾਉਣ ਦਾ। ਹੁਣ ਉਹਦੀ ਆਤਮਾ ਤੇਰੇ ਹੱਥੋਂ ਸਭ ਕੁਛ ਕਰਾ ਰਹੀ ਹੈ। ਉਹ ਪੁੱਤਰ, ਉਹ ਤੇਰੇ ਫਾਰਮ ਦੀ ਕੀ ਖਬਰ ਹੈ? ਜੀ, ਔਰਗੈਨਿਕ ਫਾਰਮਿੰਗ ਕਾਉਂਸਲ ਦੇ ਵਿੱਚ ਰਜਿਸਟ੍ਰੇਸ਼ਨ ਤਾਂ ਹੋ ਗਿਆ ਹੈ, ਬਸ ਜੀ ਹੁਣ ਤਾਂ ਸਰਟੀਫਿਕੇਸ਼ਨ ਦਾ ਇੰਤਜ਼ਾਰ ਹੈ। ਬੜੀ ਚੰਗੀ ਗੱਲ ਹੈ, ਸ਼ਾਬਾਸ਼ ਪੁੱਤਰ, ਸ਼ਾਬਾਸ਼ ਸ਼ਾਬਾਸ਼। ਕਦੇ ਚੱਕਰ ਲਗਾ ਕੇ ਆਵਾਂਗੇ। ਸੁਣੋ ਬਈ ਮਿੱਤਰੋ, ਕੀ ਕਹਿੰਦੀ ਹੈ ਅੱਜ ਦੀ ਅਖਬਾਰ? ਉਹ ਇਹਦੇ 'ਚ ਕਿਹੜਾ ਨਵੀਂ ਖਬਰ ਹੋਣੀ ਹੈ ਕੋਈ? ਆਹੀ ਲਿਖਿਆ ਹੋਣਾ, ਇੰਟਰਨੈਸ਼ਨਲ ਖਿਡਾਰੀ ਨੂੰ ਸੋਨ ਤੱਕ ਮਜਿੱਤਰ ਦੇ 10 ਲੱਖ ਰੁਪਇਆ, ਪ੍ਰਬੰਧਕੀ ਕਮੇਟੀ ਦਾ ਪ੍ਰਧਾਨ 10,000 ਕਰੋੜ ਖਾ ਗਿਆ। ਉਹ ਨਹੀਂ ਗੈਰੀ, ਇਹ ਤਾਂ ਪੁਰਾਣੀਆਂ ਗੱਲਾਂ ਬਈ, ਕੌਣ ਪੜ੍ਹਦਾ ਇਹਨਾਂ ਨੂੰ ਅੱਜ ਕੱਲ੍ਹ? ਸੁਣੋ ਬਈ, ਇੱਕ ਪੁਰਾਣੇ ਵਿਦਿਆਰਥੀ ਨੇ ਨਾ ਕਨਵੋਕੇਸ਼ਨ ਦੇ ਦੌਰਾਨ ਵਾਈਸ ਚਾਂਸਲਰ ਦੇ ਸਾਹਮਣੇ ਜਾ ਕੇ ਆਪਣੀ ਡਿਗਰੀ ਸਾੜਤੀ। ਅੱਛਾ ਜੀ, ਕਿਹੜੀ ਗੱਲ ਤੋਂ? ਕਹਿੰਦਾ 16 ਸਾਲ ਗਾਲ ਕੇ ਹਾਸਲ ਕੀਤੀ ਹੈ ਮੈਂ ਡਿਗਰੀ, ਨਾ ਹੁਣ ਕਿਸੇ ਦਫ਼ਤਰ 'ਚ ਨੌਕਰੀ ਦਵਾ ਸਕਦੀ ਹੈ, ਨਾ ਮੈਨੂੰ ਮਜ਼ਦੂਰੀ ਕਰਨ ਜੋਗਾ ਛੱਡਿਆ। ਐਸੀ ਡਿਗਰੀ ਦਾ ਕਹਿੰਦਾ ਮੈਂ ਕੀ ਕਰਨਾ? ਸਹੀ ਗੱਲ ਆ ਯਾਰ, ਆਪਾਂ ਤਾਂ ਉਹ ਮੁੰਡੇ ਚੰਗੇ ਰਹਿ ਗਏ ਜਿਹੜੇ ਪੜ੍ਹਾਈ ਪਿੱਛੇ ਛੱਡ ਕੇ ਬਾਹਰ ਚਲੇ ਗਏ, ਉਹ ਕਰੋੜਾਂ ਦੀ ਪ੍ਰੋਪਰਟੀ ਦੇ ਮਾਲਕ ਬਣੇ ਬੈਠੇ ਆ ਉਹ। ਆਪਾਂ ਘੱਟ ਆ ਯਾਰ ਕਿਸੇ ਤੋਂ, ਅਸੀਂ ਨਹੀਂ ਜਾ ਸਕਦੇ ਬਾਹਰ। ਯਾਰ ਜਾ ਕਿਉਂ ਨਹੀਂ ਸਕਦੇ? ਆਇਲਸ ਕਰ ਲੈਂਦੇ ਹਾਂ, ਫਿਰ ਵੀਜ਼ਾ ਅਪਲਾਈ ਕਰ ਦਿੰਦੇ ਹਾਂ। ਆਹੋ ਯਾਰ, ਇਹ ਆਇਲਟਸ ਅਤੇ ਵੀਜ਼ਾ ਦਵਾਉਣ ਵਾਲੀਆਂ ਦੀਆਂ ਐਡਾਂ ਨਾਲ ਨਾ ਅੱਧੀ ਅਖਬਾਰ ਭਰੀ ਪਈ ਹੈ। ਮੈਂ ਤਾਂ ਕਹਿੰਦਾ ਗੈਰੀ, ਯਾਰ ਆਪਾਂ ਵੀ ਕਰਦੇ ਹਾਂ ਕਿਸੇ ਨਾਲ ਗੱਲ। ਉਹ ਨਹੀਂ ਯਾਰ, ਆਪਣੇ ਬੱਸ ਦੀ ਗੱਲ ਨਹੀਂ ਇਹ, ਉਹ ਸ਼ਹਿਰੀ ਦਾ ਕਰ ਕੁਰ ਲੈਂਦੇ ਇਹ, ਆਪਣੇ ਵਰਗੇ ਦੇਸੀ ਮੁੰਡਿਆਂ ਤੋਂ ਨਹੀਂ ਹੋਣਾ ਕੰਮ ਇਹ। ਪੰਚਾਂ ਦੀ ਕੁੜੀ ਨੇ ਵੀ ਤਾਂ ਕੀਤਾ ਆਇਲਟਸ, ਉਹ ਵੀ ਤਾਂ ਗਈ ਹੈ ਬਾਹਰ। ਉਹ ਦੇਖ ਯਾਰ ਮੇਹਰ, ਕੁੜੀਆਂ ਤਾਂ ਬਹੁਤ ਹੁਸ਼ਿਆਰ ਹੁੰਦੀਆਂ ਨੇ,
ਉਹਨਾਂ ਕੋਲ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਹੁੰਦਾ? ਨਾਲੇ ਆਪਣੇ ਕੋਲ ਟਾਈਮ ਕਿੱਥੇ? ਉਹ ਆਪਾਂ ਦੁਨੀਆਦਾਰੀ ਦੇ ਆ ਹੋਰ ਵੀ ਬਹੁਤ ਕੰਮ ਕਰਨੇ ਹੁੰਦੇ ਨੇ। ਲੋ ਆ ਗਏ ਸਾਡੇ ਪੱਕੇ ਮਰੀਜ਼। ਬੜੀ ਦੇਰ ਲਾਤੀ। ਹਾਂਜੀ, ਹੁਣ ਦੱਸੋ ਕੀ ਹਾਲ ਚਾਲ ਨੇ? ਹਾਲ ਚਾਲ ਜੇ ਸਾਡੇ ਠੀਕ ਹੁੰਦੇ ਤਾਂ ਅਸੀਂ ਡਾਕਟਰਾਂ ਕੋਲ ਜ਼ਰੂਰ ਆਣਾ ਸੀ। ਅੱਛਾ ਜੀ, ਜੇ ਹਾਲ ਚਾਲ ਠੀਕ ਨਹੀਂ ਤਾਂ ਓਪੀਡੀ ਜਾਣਾ ਸੀ, ਮੈਨੂੰ ਬਾਹਰ ਕਿਉਂ ਬੁਲਾਇਆ? ਜੋ ਓਪੀਡੀ ਜਾਂਦੇ ਤਾਂ ਉਹਨਾਂ ਨੇ ਸਾਡਾ ਬਲੱਡ ਸ਼ੂਗਰ ਚੈੱਕ ਕਰ ਦੇਣਾ ਸੀਗਾ, ਪਰ ਯਾਰਾਂ ਦੀ ਤਕਲੀਫ ਤਾਂ ਦਿਲ 'ਚ ਹੈ। ਓਹੋ, ਤੇ ਮਾਮਲਾ ਦਿਲ ਦਾ ਹੈ, ਫਿਰ ਤਾਂ ਆਪਰੇਸ਼ਨ ਥੀਏਟਰ ਜਾਣਾ ਹੀ ਪੈਣਾ। ਤੁਸੀਂ ਆਪਰੇਸ਼ਨ ਥੀਏਟਰ ਨੂੰ ਮਾਰੋ ਗੋਲੀ, ਆਓ ਤੁਹਾਨੂੰ ਗੇੜੀ ਦਵਾ ਕੇ ਲਿਆਈਏ। ਤੁਸੀਂ ਬਸ ਕਿਹੜੀਆਂ ਜੋ ਗਈ ਹੋ, ਇੱਥੇ ਮੇਰੇ ਹੋਰ ਵੀ ਬਥੇਰੇ ਮਰੀਜ਼ ਨੇ। ਸਭ ਤੋਂ ਵੱਡਾ ਤੁਹਾਡਾ ਕਿਹੜਾ ਪੇਸ਼ੈਂਟ ਹੈ ਜੀ? ਨਾਲ ਇਸ ਡਾਕਟਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਮੈਨੂੰ ਹੈ, ਸਮਝੇ? ਚੱਲੀਏ। ਕਿੱਥੇ? ਤੁਸੀਂ ਚੱਲੋ ਤੇ। ਮੁਹੱਬਤਾਂ ਤੇਰੀਆਂ, ਮੁਹੱਬਤਾਂ ਦਾ ਚਾਅ ਸਾਨੂੰ ਹੀਰੀਏ, ਤੇਰੀਆਂ ਮੁਹੱਬਤਾਂ ਦਾ ਚਾਅ। ਭਾਵੇਂ ਇਹ ਜਹਾਨ ਜਾਏ, ਭਾਵੇਂ ਸਾਡੀ ਜਾਨ ਜਾਏ, ਰਤਾ ਵੀ ਨਾ ਸਾਨੂੰ ਪਰਵਾਹ, ਤੇਰੀਆਂ ਮੁਹੱਬਤਾਂ ਦਾ ਚਾਅ ਸਾਨੂੰ ਹੀਰੀਏ ਨੀ, ਤੇਰੀਆਂ ਮੁਹੱਬਤਾਂ ਦਾ ਚਾਅ ਨੀ। ਤੂੰ ਹੀ ਮੇਰੀ ਜਾਨੀ, ਤੇਰੇ ਨਾਲ ਵਸੇ ਮੇਰਾ ਸੋਹਣੀਏ ਜਹਾਨੀ, ਤੇਰੇ ਇਹਨਾਂ ਮਿੱਠੇ ਮਿੱਠੇ ਹਾਸਿਆਂ ਦੇ ਉੱਤੋਂ ਨੀ ਮੈਂ ਦੇਵਾਂ ਸਾਰੀ ਜਿੰਦੜੀ ਲੁੱਟਾ।
ਉਹ ਦੇਖੋ ਆਪਣਾ ਫਿਊਚਰ। ਓਏ ਤਾਂ ਮਾਰਕੀਟਿੰਗ ਕਰਨ ਵਾਲੀਆਂ ਨੇ ਯਾਰ। ਉਹ ਕਾਹਦੀਆਂ ਮਾਰਕੀਟਿੰਗ ਕਰਨ ਵਾਲੀਆਂ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਅਸਲੀ ਖਰੀਦਦਾਰ ਕੌਣ ਹੈ। MBA ਕਰਕੇ ਕਿਤਾਬਾਂ ਵੇਚਦੇ ਫਿਰਦੇ ਆ ਵਿਚਾਰੇ। ਆਪਣਾ ਸਿੰਪਲ BA MA ਕਰਨ ਵਾਲਿਆਂ ਦਾ ਕੀ ਬਣੂ। ਸੁਬਹ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ, ਕਿੰਨੀ ਕੁ ਕਮਾਈ ਕਰ ਲੈਂਦੇ ਹੋਣਗੇ। ਮਾਮਲਾ ਬਹੁਤ ਸੀਰੀਅਸ ਆ, ਆਪਾਂ ਨਾ ਇੱਥੇ ਆਪਣਾ ਟਾਈਮ ਖਰਾਬ ਕਰਦੇ ਹਾਂ। ਬਣਨਾ ਬਣਾਉਣਾ ਕੁਛ ਨਹੀਂ ਆਪਣਾ ਇੱਥੇ ਬਾਈ, ਕੁਛ ਕਰ ਵੀ ਨਹੀਂ ਸਕਦੇ। ਇਹਦਾ ਕਿਹੜਾ ਕੋਈ ਹੱਲ ਹੈ? ਉਹ ਇੱਕੋ ਹੱਲ ਨਜ਼ਰ ਆਉਂਦਾ, ਬਾਹਰ ਜਾਓ, ਡਾਲਰ ਕਮਾਓ। ਬਾਈ ਬਾਹਰ ਜਾਣਾ ਕਿਹੜਾ ਸੌਖਾ ਹੈ, ਲੱਖਾਂ ਰੁਪਈਆ ਏਜੰਟ ਇੱਥੇ ਧਰਾ ਲੈਂਦੇ ਨੇ। ਮਿੱਤਰੋ, ਇੱਕ ਏਜੰਟ ਹੈ ਮੇਰੀ ਨਜ਼ਰ, ਜੇ ਆਖੋ ਤਾਂ ਗੱਲ ਕਰਕੇ ਵੇਨਾ। ਉਹ ਹਰਜ ਵੀ ਕੀ ਹੈ, ਦੇਖ ਲੈ ਚੱਲ ਕੇ ਕੀ ਕਹਿੰਦਾ। ਅੱਛਾ ਪੁੱਤਰ, ਇਹ ਦੱਸ, ਗੈਰੀ ਇਸ ਫਾਰਮਿੰਗ ਵਿੱਚ ਦਿਲਚਸਪੀ ਰੱਖਦਾ ਜਾਂ ਕੁਛ ਹੋਰ ਕਰਨ ਦੀ ਸੋਚ ਰਿਹਾ? ਚਾਚਾ ਜੀ, ਜੱਟ ਕੋਲ ਜ਼ਮੀਨ ਹੋਵੇ ਖੇਤੀ ਕਰਨ ਲਈ, ਤੇ ਉਹਨੂੰ ਹੋਰ ਕੁਛ ਕਰਨ ਦੀ ਕੀ ਲੋੜ ਹੈ? ਆ ਬਸ 2-4 ਮਹੀਨੇ ਦੀ ਦੇਰ ਹੈ, ਉਹਦੀ ਪੜ੍ਹਾਈ ਖਤਮ ਹੋ ਜਾਏਗੀ, ਫਿਰ ਮੇਰਾ ਅੱਧਾ ਭਾਰ ਬਣਾਏਗਾ। ਹਾਂ, ਇਹ ਤਾਂ ਬੜੀ ਚੰਗੀ ਗੱਲ ਹੈ। ਆ ਜਾਓ। ਉਹ ਪੁੱਤਰ, ਲਾਇਕ ਭਰਾ ਜਿਹੜਾ ਹੁੰਦਾ ਨਾ, ਉਹ ਸੱਜੀ ਬਾਂਹ ਵਰਗਾ ਹੁੰਦਾ, ਤੇ ਫਿਰ ਇੱਕ ਪੜ੍ਹਿਆ ਲਿਖਿਆ ਕਿਸਾਨ ਉਹਦੀ ਬਰਾਬਰੀ ਕੌਣ ਕਰ ਸਕਦਾ ਹੈ? ਚੱਲ, ਸਹੀ ਗੱਲ ਹੈ ਚਾਚਾ ਜੀ। ਤਰੀਕੇ ਆਪਣੇ ਕੋਲ ਦੋਵੇਂ ਹੀ ਹੈ। ਪਹਿਲਾ ਤਰੀਕਾ ਸੇਫ ਹੈ, ਪਰ ਉਹਦੇ 'ਚ ਟਾਈਮ ਜ਼ਿਆਦਾ ਲੱਗਦਾ ਹੈ। ਤੁਹਾਨੂੰ ਆਈਲੈਟਸ ਕਰਾਵਾਂਗੇ, ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਦੀ ਟ੍ਰੇਨਿੰਗ ਦੇਵਾਂਗੇ, ਫਿਰ ਬਾਹਰ ਕਿਸੇ ਕੰਟਰੀ 'ਚ ਤੁਹਾਡਾ ਯੂਨੀਵਰਸਿਟੀ 'ਚ ਦਾਖਲਾ ਕਰਾਵਾਂਗੇ। ਜੇ ਇੰਨਾ ਉਡੀਕ ਸਕਦੇ ਹੋ ਤਾਂ ਦੇਖ ਲਓ। ਰਹਾ ਆਪਣੇ ਕੋਲ ਫਿਰ ਦੂਜਾ ਵੀ ਹੈ, ਸਿੱਧਾ ਡਾਇਰੈਕਟ ਬਾਹਰ ਜਾਣ ਵਾਲਾ। ਡਾਇਰੈਕਟ ਵਾਲਾ ਹੀ ਕਰੋ ਜੀ, ਇੰਨਾ ਟਾਈਮ ਹੈ ਨਹੀਂ ਸਾਡੇ ਕੋਲ। ਬਾਈ, ਆਪਾਂ ਨੂੰ ਤਾਂ ਸੱਗੂ ਟਰੈਵਲ ਏਜੰਟਸ ਵਧੀਆ ਬੰਦੇ ਲੱਗਦੇ ਆ, ਇੱਕ ਵਾਰੀ ਝਾੜ ਚੜ ਜਾਈਏ ਬਸ। ਬੰਦਿਆਂ ਬੁੰਦਿਆਂ ਤਾਂ ਆਪਾਂ ਨੂੰ ਪਤਾ ਨਹੀਂ ਬਾਈ, ਬਸ ਇੱਕ ਵਾਰੀ ਬਾਹਰ ਚਲੇ ਜਾਈਏ, ਸੌਂ ਲੱਗੇ ਹੁਸਨ ਦੀ, ਸੋਹਣੀਆਂ ਸੋਹਣੀਆਂ ਮੀਮਾਂ, ਹਾਏ ਗੋਰਾ ਗੋਰਾ ਰੰਗ, ਹਾਏ ਪੂਰੇ ਪੂਰੇ ਵਾਲ, ਹਾਏ ਮੋਰਾ ਵਰਗੀ ਚਾਲ। ਮੋਰਾ ਵਰਗੀ ਚਾਲ, ਉਹ ਮੈਨੂੰ ਤੇ ਸਮਝ ਨਹੀਂ ਆਉਂਦੀ, ਤੁਸੀਂ ਬਾਹਰ ਕੰਮ ਕਰਨ ਜਾਣਾ ਕਿ ਗੋਰੀਆਂ ਨਾਲ ਫਰੈਂਡਸ਼ਿਪ ਕਰਨ ਜਾਣਾ? ਉਹ ਬੰਦੇ 'ਚ ਖਿੱਚ ਹੋਣੀ ਚਾਹੀਦੀ ਆ, ਖਿੱਚ। ਫਿਰ ਆਪਣੇ ਆਪ ਪਿੱਛੇ ਆ ਕੇ ਖੜੀ ਸੋਹਣੀ ਤੋਂ ਸੋਹਣੀ ਨੱਡੀ ਹੋ ਜਾਂਦੀ ਆ। ਫਗਵਾੜੇ ਵਾਲਾ ਤਰਸੇਮ ਭਾਵੇਂ ਛੋਟੀ ਗੱਲ ਕਰਦਾ, ਪਰ ਅੱਗੇ ਜਾ ਕੇ ਵੱਡੀ ਹੋ ਜਾਂਦੀ ਆ। ਉਹ ਕੀ ਹਾਲ ਹੈ ਤੁਹਾਡਾ? ਹੋਰ ਵੀ ਗੈਰੀ, ਕਿਵੇਂ ਆ ਵੀ ਜਿੱਤਿਆ ਬਹਿ ਜਾ। ਕਿੱਦਾਂ ਬਾਈ ਗੈਰੀ, ਸਾਨੂੰ ਬਾਹਰ ਜਾਣ ਦਾ ਜਲਦੀ ਤੋਂ ਜਲਦੀ ਇੰਤਜ਼ਾਮ ਕਰਨਾ ਪੈਣਾ। ਹੋਰ ਯਾਰ, ਕੁਝ ਤਾਂ ਕਰਨਾ ਹੀ ਪੈਣਾ, ਇੱਥੇ ਤਾਂ ਸਾਲੇ ਲੜਾਈਆਂ ਝਗੜੇ ਦੇ ਫਜ਼ੂਲ ਪੰਗੇ ਨਹੀਂ ਮੁੱਕਦੇ, ਜਿਉਣ ਦਾ ਸਵਾਦ ਤਾਂ ਬਾਹਰ ਜਾ ਕੇ ਆਊ। ਬਾਈ ਮਿੱਤਰੋ, ਆਪਾਂ ਤਾਂ ਰਾਤ ਹੀ ਬਾਪੂ ਨੂੰ ਕਹਿਤਾ, ਬਾਈ ਵੇਚ ਦਿਓ ਕਿੱਲਾ ਜ਼ਮੀਨ। ਹਾਂ, ਤੇ ਬਈ ਗੈਰੀ, ਤੇਰਾ ਤਾਂ ਪੈਸੇ ਦਾ ਇੰਤਜ਼ਾਮ ਹੋ ਹੀ ਜਾਣਾ। ਉਹ ਪੈਸਿਆਂ ਪੂਸਿਆਂ ਦਾ ਕੋਈ ਚੱਕਰ ਹੀ ਨਹੀਂ, ਬੈਠਾ ਨਾ ਮੇਰਾ ਵੀਰਿੰਦਰ, ਇੱਕ ਵਾਰੀ ਕਹਿਣ ਦੀ ਦੇਰ ਉਹਨੂੰ, ਉਹਨੇ ਇੱਕ ਮਿੰਟ ਲਾਉਣਾ, ਅੱਜ ਤੱਕ ਉਹਨੇ ਮੇਰੀ ਕੋਈ ਵੀ ਗੱਲ ਭੁੰਜ ਨਹੀਂ ਡਿੱਗਣ ਦਿੱਤੀ। ਕੀ ਗੱਲ, ਅੱਜ ਮੇਰਾ ਪੁੱਤ ਬੜਾ ਖੁਸ਼ ਹੈ? ਬੀਜੀ ਬਸ, ਹੁਣ ਆਪਣੇ ਬਹੁਤ ਵਧੀਆ ਦਿਨ ਆਉਣ ਵਾਲੇ ਆ। ਅੱਛਾ, ਕੁਝ ਦੱਸੇਗਾ ਵੀ ਜਾਂ ਬਾਜ਼ਾਰ ਤਾਂ ਹੀ ਪਾਏਗਾ? ਆ ਲਓ, ਗੈਰੀ ਵੀ ਆ ਗਿਆ, ਬਹਿ ਜਾ ਵੀ, ਅੱਜ ਤੈਨੂੰ ਇੱਕ ਬਹੁਤ ਵਧੀਆ ਖਬਰ ਸੁਣਾਉਣੀ ਆ। ਗੱਲ ਤਾਂ ਤੈਨੂੰ ਮੈਂ ਵੀ ਦੱਸਣੀ ਆ ਇੱਕ, ਪਹਿਲਾਂ ਮੇਰੀ ਸੁਣ। ਨਹੀਂ ਨਹੀਂ ਨਹੀਂ, ਗੱਲ ਮੈਂ ਸ਼ੁਰੂ ਕੀਤੀ ਆ, ਪਹਿਲਾਂ ਮੈਂ ਦੱਸਾਂਗਾ। ਬੀਜੀ, ਗੁਰਮੁਖ ਚਾਚਾ ਜੀ ਨੇ ਆਪਣੀ 50 ਕਿੱਲੇ ਜ਼ਮੀਨ ਸਾਨੂੰ ਦਿੱਤੀ ਆ, ਹੁਣ ਆਪਣਾ ਫਾਰਮ ਬਹੁਤ ਵੱਡਾ ਹੋ ਗਿਆ। ਸ਼ੁਕਰ ਹੈ। ਗੈਰੀ ਦੀ ਪੜ੍ਹਾਈ ਵੀ ਖਤਮ ਹੋਣ ਵਾਲੀ ਆ, ਹੁਣ ਅਸੀਂ ਦੋਨੋਂ ਭਰਾ ਮਿਲ ਕੇ ਉੱਥੇ ਖੇਤੀ ਕਰਾਂਗੇ, ਇੱਕ ਤੇ ਇੱਕ 11। ਆਪਣੇ ਬਸ ਦੀ ਨਹੀਂ ਵੀਰਾ ਖੇਤੀਬਾੜੀ, ਨਾ ਹੀ ਆਪਣਾ ਇੰਟਰਸਟ ਹੈ। ਕੀ ਮਤਲਬ? ਆਪਾਂ ਤਾਂ ਸੋਚ ਲਿਆ ਵੀਰਿਆ, ਬਾਹਰ ਜਾਵਾਂਗੇ, ਨਾਲੇ ਐਸ਼ ਕਰਾਂਗੇ, ਨਾਲੇ ਡਾਲਰ ਕਮਾਵਾਂਗੇ। ਲਓ ਹੋਰ ਸੁਣ ਲਓ। ਹੋਇਆ ਬਾਹਰ ਜਾਣ ਦਾ ਭੂਤ ਕਿੱਥੋਂ ਚਿੰਬੜ ਗਿਆ ਤੈਨੂੰ? ਮੈਂ ਫਿਰ ਨੱਥ ਕਢਾਉਣ ਨੂੰ ਤੇ ਤੂੰ ਫਿਰ ਨੱਕ ਵਢਾਉਣ ਨੂੰ,
ਨਾ ਹੁਣ ਇੰਨਾ ਪੜ੍ਹ ਲਿਖ ਕੇ ਮੈਂ ਖੇਤੀ ਕਰੂੰ? ਓਏ ਮੈਂ ਤੇਰੇ ਤੋਂ ਵੱਧ ਪੜ੍ਹਿਆ, ਮੈਂ ਨਹੀਂ ਖੇਤੀ ਕਰਦਾ ਇੱਥੇ। ਤੇਰਾ ਇੰਟਰਸਟ ਹੈ ਤੂੰ ਕਰ, ਮੈਂ ਤੈਨੂੰ ਰੋਕਦਾ। ਬਸ ਵੀਰੇ ਆਹ 10-12 ਲੱਖ ਦਾ ਇੰਤਜ਼ਾਮ ਕਰ ਦੇ, ਕਾਗਜ਼ ਪੱਤਰ ਮਾਪੇ ਦੇਖ ਲੂੰ। ਨਥਿੰਗ ਡੂਇੰਗ, ਮੇਰੇ ਕੋਲ ਤੇਰੇ ਬਾਹਰ ਜਾਣ ਨੂੰ ਦੇਣ ਵਾਸਤੇ ਇੱਕ ਵੀ ਪੈਸਾ ਨਹੀਂ ਹੈ। ਪੀਜੀ ਮੈਂ ਤਾਂ ਕੀ ਆਸਾਂ ਲਾਈ ਬੈਠਾ ਤੇ ਆ ਕਿੱਧਰ ਨੂੰ ਤੁਰ ਰਿਹਾ? ਕਿਉਂ, ਮੈਨੂੰ ਆਪਣੇ ਬਾਰੇ ਫੈਸਲਾ ਲੈਣ ਦਾ ਕੋਈ ਹੱਕ ਨਹੀਂ? ਮੈਂ ਤੇਰੇ ਮਾਮਲੇ 'ਚ ਕਦੇ ਇੰਟਰਫੇਅਰ ਕੀਤਾ? ਓਏ ਤੂੰ ਕੀ ਕਹਿਣਾ ਚਾਹੁੰਦਾ? ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ ਤੇਰਾ ਦਿਲ ਕਰਦਾ ਖੇਤੀ ਕਰਨ ਨੂੰ ਤੂੰ ਕਰ, ਮੈਂ ਨਹੀਂ ਕਰਨੀ। ਮੈਨੂੰ ਇੱਥੇ ਕੋਈ ਫੁਚਰ ਨਜ਼ਰ ਨਹੀਂ ਆਉਂਦਾ, ਮੈਨੂੰ ਬਾਹਰ ਜਾਣ ਦੇ। ਨਾਲੇ ਇਹ 'ਚ ਗਲਤ ਵੀ ਕੀ ਆ, ਅੱਧਾ ਪੰਜਾਬ ਬਾਹਰ ਬੈਠਾ, ਨਾ ਇਹ ਕੀ ਗੱਲ ਹੋਈ? ਮੇਰੇ ਲਈ ਇੱਥੇ ਕੋਈ ਪੈਸਾ ਨਹੀਂ। ਓਏ ਤੂੰ ਖੜ ਜਾ, ਤੂੰ ਬੰਦਾ ਬਣ ਕੇ ਮੇਰੀ ਗੱਲ ਸੁਣ। ਓ ਤੂੰ ਬਾਹਰ ਜਾ ਕੇ ਲੋਕਾਂ ਦੇ ਘਰ ਮਜ਼ਦੂਰੀ ਕਰੇਗਾ, ਉਹੀ ਮਿਹਨਤ ਇੱਥੇ ਆਪਣੇ ਖਾਤਿਆਂ 'ਚ ਮਾਲਕ ਬਣ ਕੇ ਕਰ। ਓਏ ਆਪਾਂ ਐਸ਼ ਕਰਾਂਗੇ ਯਾਰ। ਓ ਇੱਥੇ ਕਰਪਸ਼ਨ ਤੋਂ ਬਿਨਾਂ ਹੈ ਕੀ? ਤੂੰ ਬਾਕੀਆਂ ਦੀ ਛੱਡ, ਤੈਨੂੰ 6 ਮਹੀਨੇ ਹੋ ਗਏ ਮੋਟਰ ਦੇ ਕਨੈਕਸ਼ਨ ਪਿੱਛੇ ਧੱਕੇ ਖਾਂਦਿਆਂ ਨੂੰ, ਕੁਝ ਬਣਿਆ? ਉਹ ਹੋਰ ਗੱਲ ਆ ਗੈਰੀ, ਦਿੱਕਤਾਂ ਹਰੇਕ ਥਾਂ ਹੁੰਦੀਆਂ ਨੇ। ਤੂੰ ਮੇਰੀ ਸੌਦੀ ਇੱਕ ਗੱਲ ਸੁਣ ਲਾ, ਮੈਂ ਤੈਨੂੰ ਬਾਹਰ ਨਹੀਂ ਜਾਣ ਦੇਣਾ। ਫਿਰ ਮੇਰੀ ਵੀ ਸੁਣ ਲਓ, ਮੈਂ ਜਾਣਾ ਤਾਂ ਜਾਣਾ ਹੀ ਆ, ਜੋ ਮਰਜ਼ੀ ਹੋ ਜੇ। ਓ ਕਾਕਾ ਗੱਲ ਤਾਂ ਸੁਣ। ਕੁਲਦੀਪ ਕੁਰੇ, ਆ ਜੀਤੇ ਨੂੰ ਬਾਹਰ ਤਾਂ ਭੇਜਦੀ ਹੈ, ਪਰ ਇੰਨੇ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਕਰੀਏ? ਆ ਤੇਰੇ ਲੰਡਨ ਵਾਲੇ ਭਰਾ ਨੂੰ ਕਿਹਾ ਸੀਗਾ ਇਹਦੇ ਲਈ ਉੱਥੇ ਕੋਈ ਰਿਸ਼ਤਾ ਲੱਭ ਦਿੰਦੇ, ਪਰ ਉਹਨੇ ਵੀ ਕੋਈ ਹੱਥ ਪੱਲਾ ਨਹੀਂ ਫੜਾਇਆ। ਓਏ ਉਹਨੇ ਤਾਂ ਬਥੇਰੀ ਕੋਸ਼ਿਸ਼ ਕੀਤੀ ਸੀ, ਪਰ ਬਾਹਰ ਦੀਆਂ ਕੁੜੀਆਂ ਇੱਥੋਂ ਦੇ ਕਿਸੇ ਮੁੰਡੇ ਨਾਲ ਵਿਆਹ ਕਰਾਉਣ ਨੂੰ ਰਾਜ਼ੀ ਨਹੀਂ ਹੁੰਦੀਆਂ ਹੈਗੀਆਂ। ਤੇ ਨਾਲੇ ਤੁਹਾਡੇ ਪੜਵਾਈਏ ਨੂੰ ਵੀ ਤਾਂ ਕਿਹਾ ਸੀ ਨਾ, ਤੇ ਉਹਨੇ ਕਿਹੜਾ ਰਾਹਦਾਰੀ ਭੇਜਦੀ? ਫਿਰ ਉਹ ਤਾਂ ਕਹਿੰਦਾ ਰਾਹਦਾਰੀ ਭੇਜਣਾ ਤਾਂ ਕੋਈ ਵੱਡੀ ਗੱਲ ਨਹੀਂ, ਪਰ ਮੁੰਡੇ ਜਦੋਂ ਇੱਕ ਵਾਰੀ ਉੱਥੇ ਚਲੇ ਜਾਂਦੇ ਫਿਰ ਵਾਪਸ ਨਹੀਂ ਮੁੜਦੇ, ਫਿਰ ਬੁਲਾਉਣ ਵਾਲੇ ਨੂੰ ਮੁਸ਼ਕਲ ਪੈ ਜਾਂਦੀ ਹੈ। ਮੈਨੂੰ ਤਾਂ ਹੋਰ ਵੀ ਡਰ ਹੈ, ਆ ਪੇਪਰਾਂ ਤੋਂ ਬਾਅਦ ਜੇ ਕਿਤੇ ਸਾਲ ਖੰਡ ਇਹਨੂੰ ਨੌਕਰੀ ਨਾ ਮਿਲੀ ਤੇ ਲੋਕਾਂ ਵਾਂਗੂ ਕਿਤੇ ਨਸ਼ੇ ਪੱਤੇ ਹੀ ਨਾ ਕਰਨ ਲੱਗ ਜੇ, ਮੁੰਡਾ ਵੀ ਹੱਥੋਂ ਜਾਊ। ਫਿਰ ਤਾਂ ਇੱਕੋ ਹਾਲ ਆ ਜਿੱਤੇ ਦੇ ਬਾਪੂ, ਇੱਕੋ ਇੱਕ ਪੁੱਤ ਆਪਣਾ, ਇਹ ਜ਼ਮੀਨ ਜਾਇਦਾਦ ਅੱਜ ਵੀ ਉਹਦੀ ਤੇ ਕੱਲ੍ਹ ਵੀ ਉਹਦੀ, ਤੇ ਰੱਖ ਦਿਓ ਇੱਕ ਕਿੱਲਾ, ਹੋਰ ਕੀ ਆ। ਜੀਤੇ ਉਹ ਮੈਂ ਤਾਂ ਸੋਚਦਾ ਸੀ ਵੀਰੇ ਨੇ ਮੇਰੀ ਗੱਲ ਭੁੰਜੇ ਡਿੱਗਣ ਦੇਣੀ, ਪਰ ਉਹਨੇ ਤਾਂ ਕੋਰੀ ਨਾ ਕਰਤੀ ਯਾਰ। ਅੱਛਾ ਕੋਰੀ ਨਾ ਕਰਤੀ? ਚੱਲ ਛੱਡ ਯਾਰ, ਉਹ ਤੇਰੇ ਘਰ ਦੇ ਤਾਂ ਖੁਸ਼ ਨੇ ਯਾਰ, ਬਾਹਰ ਜਾਣ 'ਤੇ ਤਾਂ ਰਾਜ਼ੀ ਹੈ, ਪਰ ਟੈਨਸ਼ਨ ਇਹ ਹੈ ਬਈ ਪੈਸੇ ਵੀ ਤਾਂ ਟੋਕਰਾ ਭਰ ਕੇ ਚਾਹੀਦੇ ਨੇ, ਹੁਣ ਤਾਂ ਜ਼ਮੀਨ ਹੀ ਵੇਚਣੀ ਪਊ। ਠੀਕ ਆ ਭਰਾਵਾ, ਤੁਸੀਂ ਜਾਓ ਬਾਹਰ, ਕਰੋ ਮਿਹਨਤ ਤਾਂ ਕਮਾਓ ਡਾਲਰ, ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ, ਜੋ ਸਾਡੀ ਕਿਸਮਤ 'ਚ ਆ ਅਸੀਂ ਕਰ ਲਾਂਗੇ। ਕਮਾਲ ਕਰਦਾ ਗੈਰੀ, ਉਹ ਯਾਰੀ ਲਈ ਹੈ, ਉਹ ਜੇ ਬਾਹਰ ਜਾਣ ਦੀ ਗੱਲ ਇਕੱਠਿਆਂ ਕੀਤੀ ਸੀ ਨਾ, ਤੇ ਜਾਵਾਂਗੇ ਵੀ ਇਕੱਠੇ, ਉਹ ਜਿੱਥੇ ਕਿੱਲਾ ਜ਼ਮੀਨ ਵੇਚਣੀ ਸੀ ਉੱਥੇ ਹੁਣ 2 ਕਿੱਲੇ ਜ਼ਮੀਨ ਵੇਚ ਦਿਆਂਗੇ। ਕੀ ਗੱਲ ਬਾਈ ਗੈਰੀ, ਉਹ ਕੀ ਗੱਲ ਹੋ ਗਈ? ਕੋਈ ਨਹੀਂ, ਮੈਂ ਕਰਦਾ ਬਾਪੂ ਜੀ ਨਾਲ ਗੱਲ। ਪੁੱਤਰ ਇੰਨਾ ਸੌਖਾ ਨਹੀਂ ਜਿੰਨਾ ਤੁਸੀਂ ਸਮਝਦੇ ਹੋ, ਇੱਕ ਉਮਰ ਲੱਗ ਜਾਂਦੀ ਹੈ ਵਿਦੇਸ਼ 'ਚ ਆਪਣੇ ਪੈਰ ਜਮਾਉਣ ਲਈ। ਚਾਚਾ ਜੀ ਤੁਸੀਂ ਆਪਣਾ ਟੱਬਰ ਤਾਂ ਸਾਰਾ ਉੱਥੇ ਸੈੱਟ ਕਰ ਰੱਖਿਆ ਤੇ ਸਾਨੂੰ ਕਹਿੰਦੇ ਉੱਥੇ ਰੱਖਿਆ ਕੀ ਆ? ਪਰ ਮੈਂ ਕਿਉਂ ਵਾਪਸ ਆ ਗਿਆ, ਇਹਦੇ ਬਾਰੇ ਕਿਉਂ ਨਹੀਂ ਸੋਚਦੇ ਤੁਸੀਂ? ਚਾਚਾ ਜੀ ਮੈਨੂੰ ਤੁਹਾਡੀ ਕੋਈ ਪਰਸਨਲ ਪ੍ਰੋਬਲਮ ਲੱਗਦੀ ਹੈ। ਨਹੀਂ 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 ਪੁੱਤਰ, ਮੇਰੀ ਕੋਈ ਪਰਸਨਲ ਪ੍ਰੋਬਲਮ ਨਹੀਂ, ਬਲਕਿ ਮੈਂ ਤਾਂ ਕਹਾਂਗਾ ਇਹ ਹਰ NRI ਦੀ ਪਰਸਨਲ ਪ੍ਰੋਬਲਮ ਹੈ। ਇੱਕ ਗੱਲ ਹੋਰ ਦੱਸਾਂ ਤੁਹਾਨੂੰ, ਮਰਨ ਵੇਲਿਆਂ ਹਰ ਪੰਜਾਬੀ ਦੀਆਂ ਅੱਖਾਂ ਵਿੱਚ ਆਪਣੇ ਪੰਜਾਬ ਦੀ ਮਿੱਟੀ ਨੂੰ ਯਾਦ ਕਰਕੇ ਅੱਥਰੂ ਨਿਕਲਦੇ ਨੇ। ਇਹ ਸਭ ਭਾਵੁਕਤਾ ਦੀ ਗੱਲਾਂ ਨੇ ਅੰਕਲ, ਜਨਰੇਸ਼ਨ ਗੈਪ, ਅੱਜ ਦਾ ਯੁੱਧ ਪ੍ਰੈਕਟੀਕਲ ਹੈ ਪ੍ਰੈਕਟੀਕਲ। ਠੀਕ ਹੈ ਚਾਚਾ ਜੀ ਮੰਨਦੇ ਹਾਂ, ਪਰ ਤੁਸੀਂ ਇਹ ਦੱਸੋ ਤੁਹਾਡੀ ਕੋਠੀ, ਤੁਹਾਡੀਆਂ ਜ਼ਮੀਨਾਂ, ਇਹ ਤੁਸੀਂ ਉੱਥੇ ਜਾ ਕੇ ਬਣਾਈਆਂ ਨਾ? ਇੱਥੇ ਤਾਂ ਕੁਛ ਨਹੀਂ ਹੋਇਆ।
ਕਿਸ ਤਰ੍ਹਾਂ ਸਮਝਾਵਾਂ ਮੈਂ ਤੁਹਾਨੂੰ? ਸਾਡੇ ਕੋਲ ਕੁਝ ਸੀ ਹੀ ਨਹੀਂ, ਅਸੀਂ ਗਰੀਬ ਸੀ, ਹਾਲਤ ਖਰਾਬ ਸੀ ਸਾਡੀ। ਮਿਹਨਤਾਂ ਮਸ਼ਕਤਾਂ ਕੀਤੀਆਂ, ਖੂਨ ਪਸੀਨਾ ਬਹਾਇਆ, ਉਮਰਾਂ ਗਾਲੀਆਂ। ਉਹ ਪੁੱਤਰ, ਤੁਹਾਡੇ ਕੋਲ ਤਾਂ ਸਭ ਕੁਛ ਹੈ। ਪੰਜਾਬ ਬਦਲ ਗਿਆ ਹੈ, ਖੁਸ਼ਹਾਲੀ ਹੈ ਇੱਥੇ, ਇਨਫਰਾਸਟ੍ਰਕਚਰ ਹੈ ਆਪਣਾ, ਤੇ ਫਿਰ ਤੁਸੀਂ ਕਿਉਂ ਵਿਦੇਸ਼ ਨੂੰ ਭੱਜਦੇ ਹੋ? ਕਿਉਂ? ਇੱਥੇ ਹੈ ਕੀ ਚਾਚਾ ਜੀ? ਕੋਈ ਕੈਰੀਅਰ ਨਹੀਂ, ਕੋਈ ਫਿਊਚਰ ਨਹੀਂ। ਬਿਨਾਂ ਸਿਫਾਰਿਸ਼ ਤੇ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ ਇੱਥੇ। ਉਹ ਤੂੰ ਠੀਕ ਕਹਿੰਦਾ ਬਾਈ, ਇੱਥੇ ਹਰ ਬੰਦਾ ਬੇਈਮਾਨ ਹੈ, ਫਿਰ ਵੀ ਸਾਡਾ ਭਾਰਤ ਮਹਾਨ ਹੈ। ਉਹ ਫੰਕਸ਼ਨ ਤੇ ਬਾਹਰਲੇ ਮੁਲਕਾਂ 'ਚ, ਇੱਥੇ ਰਹਿ ਕੇ ਤਾਂ ਬੰਦੇ ਦੀ ਲਾਈਫ ਰੱਦੀ ਹੋ ਜਾਂਦੀ ਆ। ਸੌਰੀ ਚਾਚਾ ਜੀ, ਫਗਵਾੜੇ ਵਾਲਾ ਤਰਸੇਮ ਗੱਲ ਭਾਵਾਂ ਛੋਟੀ ਕਰਦਾ, ਪਰ ਅੱਗੇ ਜਾ ਕੇ ਵੱਡੀ ਹੋ ਜਾਂਦੀ ਆ। ਚਾਚਾ ਜੀ, ਤੁਹਾਡੇ ਆਪਣੇ ਪੁੱਤ ਪੋਤਰੇ ਤਾਂ ਬਾਹਰ ਨੇ, ਜੇ ਇਹੋ ਜਿਹੀ ਗੱਲ ਹੈ ਤਾਂ ਤੁਸੀਂ ਉਹਨਾਂ ਨੂੰ ਇੱਥੇ ਕਿਉਂ ਨਹੀਂ ਬੁਲਾ ਲੈਂਦੇ? ਉਹਨਾਂ ਨੂੰ ਤਾਂ ਇੱਕ ਵਾਰੀ ਵੀ ਨਹੀਂ ਬੁਲਾਇਆ ਤੁਸੀਂ ਇੱਥੇ ਚਾਚਾ ਜੀ। ਕਿਸ ਤਰ੍ਹਾਂ ਸਮਝਾਵਾਂ ਮੈਂ? ਪੁੱਤਰ ਉੱਥੇ ਜੰਮੇ ਪੱਲੇ ਨੇ, ਉੱਥੇ ਉਹਨਾਂ ਦੀ ਪਰਵਰਿਸ਼ ਹੋਈ ਹੈ, ਉਹਨਾਂ ਨੂੰ ਉਹ ਥਾਂ ਆਪਣੀ ਲੱਗਦੀ ਹੈ। ਮੈਨੂੰ ਨਹੀਂ ਲੱਗੀ ਤੇ ਮੈਂ ਵਾਪਸ ਆ ਗਿਆ। ਤੁਸੀਂ ਸਮਝੋ, ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ ਤੇ ਮੇਰੀਆਂ ਆਪਣੀਆਂ ਮਜਬੂਰੀਆਂ। ਖੈਰ ਛੱਡੋ, ਕਹਿੰਦੇ ਨੇ ਨਾ ਦੂਰ ਦੇ ਢੋਲ ਸੁਹਾਣੇ ਲੱਗਦੇ ਨੇ। ਕਦੇ ਕਦਾਈ ਠੋਕਰ ਖਾਣ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਹੁੰਦਾ ਹੈ। ਜਾਣਾ ਤਾਂ ਇੰਗਲੈਂਡ ਹੀ ਹੈ ਸਿੱਧੂ ਸਾਹਿਬ। ਦੈਟਸ ਗੁੱਡ। ਤੇ ਫਿਰ ਵੀਜ਼ੇ ਦਾ ਇੰਤਜ਼ਾਮ ਕਿਵੇਂ ਹੋਊ? ਬਾਈ ਜੀ, ਪੈਸਿਆਂ ਦਾ ਇੰਤਜ਼ਾਮ ਤੁਹਾਡਾ ਤੇ ਵੀਜ਼ੇ ਦਾ ਇੰਤਜ਼ਾਮ ਸਾਡਾ। ਪੈਸੇ ਦਾ ਇੰਤਜ਼ਾਮ ਤਾਂ ਕਰਕੇ ਆਏ ਜੀ। ਆਹੋ, ਚੁੱਕੋ ਪੈਸੇ, ਇਹਨਾਂ ਨੂੰ ਗਿਣੋ ਤੇ ਜਮ੍ਹਾਂ ਕਰੋ। ਫਿਰ ਵੀਜ਼ੇ ਦਾ ਇੰਤਜ਼ਾਮ ਵੀ ਹੋਇਆ ਹੀ ਸਮਝੋ। ਮੈਂ ਤਾਂ ਸਮਝਾ ਸਮਝਾ ਕੇ ਥੱਕ ਗਈ ਹਾਂ ਭਰਾ ਜੀ। ਦੋਨੋਂ ਭਰਾ ਆਪਣੀ ਆਪਣੀ ਗੱਲ 'ਤੇ ਅੜੇ ਹੋਏ ਨੇ, ਇਸੇ ਲਈ ਮੈਂ ਤੁਹਾਨੂੰ ਇੱਥੇ ਬੁਲਾਇਆ। ਹੁਣ ਤੁਸੀਂ ਦੱਸੋ ਕਿ ਆਪਾਂ ਕਿਵੇਂ ਕਰੀਏ। ਮੈਂ ਕੀ ਦੱਸਾਂ ਭਾਈ, ਮੈਂ ਤੇ ਬਲਜੀਤ ਨੂੰ ਪੇਸ਼ ਕੇ ਖੁਦ ਪਛਤਾ ਰਿਹਾ। ਅੱਜ ਕੱਲ੍ਹ ਦੇ ਮੁੰਡੇ ਸੁਣਦੇ ਕਿਦੀ ਹੈ। ਹਲੋ, ਗੈਰੀ ਆ ਗਿਆ। ਆ ਕਾਕਾ, ਆ ਆ, ਦੇਖ ਪੁੱਤ, ਸਾਡਾ ਸਾਰਾ ਟੱਬਰ ਤੇਰੇ ਜਾਣ ਦੀ ਗੱਲ ਨੂੰ ਲੈ ਕੇ ਪਰੇਸ਼ਾਨ ਹੈ, ਤੇ ਸੱਚ ਪੁੱਛੇ ਤੇ ਅੰਦਰੋਂ ਮੈਂ ਵੀ। ਤੈਨੂੰ ਭੇਜਣ ਦੇ ਹੱਕ 'ਚ ਨਹੀਂ। ਵਾਹ ਤਾਇਆ ਜੀ ਵਾਹ, ਆਪਣੇ ਨੂੰ ਤਾਂ ਬੜਾ ਖੁਸ਼ੀ ਖੁਸ਼ੀ ਤੋਂ ਰਿਹਾ ਸੀ। ਉਹਨੂੰ ਤਾਂ ਏਅਰਪੋਰਟ ਤੱਕ ਛੱਡਣ ਗਏ ਸੀ, ਤੇ ਮੇਰੇ ਲਈ ਕਿਉਂ ਨੰਨਾ ਪਾਉਣ ਲੱਗੇ ਤੁਸੀਂ? ਇਹ ਕੀ ਕਹਿ ਰਿਹਾ ਪੁੱਤਰ, ਉਹ ਆਪਣਾ ਸੀ ਤਾਂ ਬਗਾਣਾ ਤੂੰ ਵੀ ਨਹੀਂ, ਅਸੀਂ ਤੇਰੇ ਸ਼ਰੀਕ ਨਹੀਂ ਹਾਂ। ਜੇ ਬਲਜੀਤ ਠੀਕ ਠਾਕ ਹੁੰਦਾ ਤੇ ਤੈਨੂੰ ਵੀ ਹੁਮ ਹੁਮਾ ਕੇ ਭੇਜ ਦਿੰਦੇ। ਤੇਰੇ ਤਾਇਆ ਜੀ ਠੀਕ ਕਹਿੰਦੇ ਨੇ ਪੁੱਤ, ਤੂੰ ਇੱਥੇ ਰਹਿ ਕੇ ਭਰਾ ਦੀ ਸੱਜੀ ਬਾਂਹ ਬਣ। ਇੱਕ ਵਾਰੀ ਸੋਚ ਲੈ ਕਾਕਾ, ਤੇਰੇ ਭਲੇ ਦੀ ਕਹਿ ਰਿਹਾ, ਬਾਕੀ ਤੂੰ ਆਪ ਬਹੁਤ ਸਿਆਣਾ ਹੈ। ਚੰਗਾ, ਆਪਾਂ ਚੱਲੀਏ, ਬਹੁਤ ਟਾਈਮ ਹੋ ਗਿਆ। ਅੱਛਾ ਜੀ, ਚੰਗਾ। ਦੇਖਿਆ ਤੇਰੇ ਤਾਇਆ ਜੀ ਦੀ ਵੀ ਇਹੋ ਰਾਇਆ ਹੈ ਪੁੱਤ, ਜਿੱਦ ਛੱਡ ਦੇ ਹੁਣ ਤੂੰ। ਮੈਂ ਸਭ ਸਮਝਦਾ ਬੀਜੀ, ਆ ਗੁਰਮੁਖ ਚਾਚੇ ਵਾਲੀ ਗੱਲ ਨਹੀਂ ਬਣੀ, ਫਿਰ ਤਾਏ ਨੂੰ ਸਿਖਾ ਪੜ੍ਹਾ ਕੇ ਲਿਆਂਦਾ ਮੇਰੇ ਕੋਲ। ਮੇਰਾ ਦਿਮਾਗ ਖਰਾਬ ਨਾ ਕਰੋ, ਮੈਨੂੰ ਪਤਾ ਕੌਣ ਕਰਵਾ ਰਿਹਾ ਸਭ ਕੁਝ। ਵਾਹਿਗੁਰੂ, ਪਤਾ ਨਹੀਂ ਕਿਸ ਦੀ ਚੰਦਰੀ ਨਜ਼ਰ ਖਾ ਗਈ ਹੈ ਇਸ ਘਰ ਦੀਆਂ ਖੁਸ਼ੀਆਂ ਨੂੰ। ਚੰਗਾ ਪੁੱਤ, ਤੈਨੂੰ ਜਿਵੇਂ ਠੀਕ ਲੱਗਦਾ ਹੈ ਤੂੰ ਕਰ, ਬਸ ਮੇਰੀ ਇੱਕ ਬੇਨਤੀ ਸੁਣ ਲੈ, ਆਪਦੇ ਭਰਾ ਨਾਲੋਂ ਟੁੱਟ ਕੇ ਨਾ ਜਾਈ। ਉਹ ਕੀ ਹਾਲ ਹੈ ਭਾਈ? ਉਹ ਭਰਾ ਜੀ, ਆਓ 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 ਭਰਾ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਆਓ ਬੈਠੋ। ਇਹ
ਇਹ ਕੀ ਲੈ ਕੇ ਆਏ ਹੋ? ਤੇਰੀ ਪਰਜਾਈ ਤੇਰੇ ਲਈ ਸਿਰਫ ਸਰੋਂ ਦਾ ਸਾਗ ਭੇਜ ਰਹੀ ਸੀ। ਮੈਂ ਕਿਹਾ ਕਿ ਚਾਰ ਮੱਕੀ ਦੀ ਰੋਟੀਆਂ ਵੀ ਨਾਲ ਲਾ ਦੇ, ਦੋਵੇਂ ਭਰਾ ਬਹਿ ਕੇ ਖਾ ਲਾਂਗੇ। ਭਰਾ ਜੀ ਕਿਸਮਤ ਵਾਲੇ ਹੋ, ਪਰਿਵਾਰ ਵਿੱਚ ਰਹਿੰਦੇ ਹੋ। ਮੈਂ ਬਾਹਰ ਜਾ ਕੇ ਪੈਸਾ ਤਾਂ ਬਥੇਰਾ ਕਮਾਇਆ ਲੇਕਿਨ ਆਪਣਾ ਪਰਿਵਾਰ ਗਵਾ ਲਿਆ। ਵੱਡਾ ਪੁੱਤਰ ਇੰਗਲੈਂਡ ਵਿੱਚ ਅਤੇ ਨਿੱਕਾ ਕੈਨੇਡਾ ਸੈਟਲ ਹੋ ਗਿਆ ਅਤੇ ਧੀ ਵਿਆਹ ਕਰਕੇ ਚਲੀ ਗਈ ਅਮਰੀਕਾ। ਹੁਣ ਭਾਅ ਜੀ ਮੈਨੂੰ ਸਮਝ ਨਹੀਂ ਆਉਂਦੀ ਮੇਰਾ ਘਰ ਕਿੱਥੇ। ਬੁਰਾ ਨਾ ਮੰਨੀ ਛੋਟੇ ਭਰਾ, ਇਹਦੇ 'ਚ ਕੁਝ ਹੱਦ ਤੱਕ ਕਸੂਰ ਤੇਰਾ ਵੀ ਹੈ। ਜੇ ਤੂੰ ਹਰ ਸਾਲ ਬੱਚਿਆਂ ਨੂੰ ਉੱਥੇ ਲਿਆਉਂਦਾ ਰਹਿੰਦਾ ਤਾਂ ਉਹਨਾਂ ਦਾ ਰਿਸ਼ਤਾ ਇਸ ਧਰਤੀ ਨਾਲ ਬਣਿਆ ਰਹਿਣਾ ਸੀ। ਮੈਨੂੰ ਪਤਾ ਭਰਾ ਜੀ, ਪਰ ਬਾਹਰ ਜਾ ਕੇ ਸੈਟਲ ਹੋਣਾ ਵੀ ਇੰਨਾ ਆਸਾਨ ਨਹੀਂ। ਰੋਜ਼ ਖੂਹ ਪੱਟ ਕੇ ਪਾਣੀ ਪੀਣ ਵਾਲੀ ਗੱਲ ਹੁੰਦੀ ਹੈ ਭਰਾ ਜੀ, ਅਤੇ ਜਦ ਤੱਕ ਬੰਦਾ ਸੈਟਲ ਹੋ ਜਾਂਦਾ ਹੈ ਬੱਚੇ ਵੱਡੇ ਹੋ ਜਾਂਦੇ ਨੇ ਅਤੇ ਆਪਣੇ ਫੈਸਲੇ ਖੁਦ ਲੈਣ ਜੋਗੇ ਹੋ ਜਾਂਦੇ ਨੇ ਅਤੇ ਉਹਦੇ ਬਾਅਦ ਬੰਦਾ ਫਿਰ ਚੱਲ ਹੁਣ ਪੀਣੀ ਬੰਦ ਕਰ। ਮੇਰੀ ਮੰਨੇ ਤਾਂ ਗੁਰੂ ਧਾਮ ਦੀ ਯਾਤਰਾ 'ਤੇ ਚੱਲਿਆ ਜਾ, ਮਨ ਵੀ ਸ਼ਾਂਤ ਹੋ ਜਾਏਗਾ ਅਤੇ ਭਟਕਣਾ ਵੀ ਮਿਟ ਜਾਊ। ਠੀਕ ਕਹਿੰਦੇ ਹੋ ਭਰਾ ਜੀ, ਮੈਂ ਵੀ ਇਹੀ ਸੋਚ ਰਿਹਾ ਸੀ। ਬਾਈ ਮੇਹਰ ਸਿੰਘ, ਅੰਗਰੇਜ਼ੀ ਸ਼ਰਾਬ ਸਵਾਦ ਨਹੀਂ ਲੱਗਦੀ, ਵਧੀਆ ਦਾਰੂ ਤਾਂ ਘਰ ਦੀ ਕਿੱਡੀ ਹੁੰਦੀ ਹੈ। ਫਗਵਾੜੇ ਵਾਲਾ ਤਰਸੇਮ ਪੀ ਕੇ ਭਾਵਾਂ ਗੱਲ ਛੋਟੀ ਕਰਦਾ ਪਰ ਨਸ਼ਾ ਉਤਰਨ ਤੋਂ ਬਾਅਦ ਵੱਡੀ ਹੁੰਦੀ ਹੈ। ਬਾਈ ਕੀ ਗੱਲ, ਇੰਨੀ ਡੱਕੀ ਜਾਂਦਾ, ਇੰਨੀ ਤਾਂ ਤੂੰ ਪੀਂਦਾ ਨਹੀਂ ਹੁੰਦਾ। ਹੋਣਾ ਕੀ ਹੈ ਯਾਰ, ਵੀਰੇ ਨੇ ਦਿਮਾਗ ਖਰਾਬ ਕਰ ਛੱਡਿਆ। ਤਾਇਆ ਤਾਈ ਬੀਜੀ ਉਹ ਸਾਰਾ ਟੱਬਰ ਮੇਰੇ ਖਿਲਾਫ ਕੀਤਾ ਪਿਆ, ਸਾਰਿਆਂ ਨੂੰ ਇਹੀ ਗੱਲ ਤਾਂ ਲੱਗ ਰਿਹਾ। ਯਾਰ ਇਹ ਕਿਹੜਾ ਕੋਈ ਨਵੀਂ ਗੱਲ ਆ, ਸਾਡੇ ਘਰੇ ਵੀ ਸਾਲਾ ਇਹੀ ਸਿਆਪ ਹੈ। ਨਾਲੇ ਇੱਕ ਗੱਲ ਦੱਸ, ਤੁਹਾਡੇ ਘਰ ਥੋੜ ਕਾਹਦੀ ਹੈ? ਉਹ ਥੋੜ ਕੋਈ ਨਹੀਂ ਯਾਰ, ਬਸ ਦੇਣੇ ਨਹੀਂ, ਵਾਹਿਗੁਰੂ ਦਾ ਸਭ ਕੁਝ ਆ ਮੇਰੇ ਲਈ ਨਹੀਂ। ਉਹ ਜਿਹਨੂੰ ਮੇਰੀ ਪਰਵਾਹ ਹੀ ਨਹੀਂ ਉਹ ਮੇਰਾ ਭਰਾ ਕਿੱਥੋਂ ਹੋ ਗਿਆ? ਤੁਸੀਂ ਉਹ ਮੇਰੇ ਭਰਾ, ਤੁਸੀਂ ਜਿੱਤਿਆ, ਬਸ ਤੂੰ ਆ ਭਰਾ ਮੇਰਾ, ਤੂੰ ਭਰਾ ਮੇਰਾ, ਤੂੰ ਆ। ਉਹ ਗੈਰੀ ਯਾਰ, ਨੋਹਾਂ ਨਾਲੋਂ ਵੀ ਮਾਸ ਕਦੇ ਲੱਗ ਹੋਇਆ, ਪੈਸੇ ਦੀ ਗੱਲ ਥੋੜ੍ਹੀ ਆ ਯਾਰ। ਯਾਰ ਤੁਸੀਂ ਮੇਰੀ ਗੱਲ ਸੁਣੋ, ਇੰਤਜ਼ਾਮ ਤਾਂ ਸਭ ਨੇ ਔਖੇ ਔਖੇ ਕੀਤਾ, ਬਾਈ ਜੀਤਿਆ ਸਹੁੰ ਲੱਗੇ ਇਸ ਪੈਗ ਦੀ। ਸਾਡਾ ਕੋਈ ਇਹੋ ਜਿਹਾ ਰਿਸ਼ਤੇਦਾਰ ਨਹੀਂ ਯਾਰ ਜਿਹਦੇ ਕੋਲੋਂ ਅਸੀਂ ਪੈਸੇ ਨਾ ਮੰਗੇ ਹੋਣ। ਨਾ ਜੇ ਤੁਸੀਂ ਸਾਰੇ ਇੰਨੇ ਹੀ ਤੰਗ ਹੋ ਰਹੇ ਹੋ ਫਿਰ ਬਾਹਰ ਜਾਣਾ ਜ਼ਰੂਰੀ ਹੈ? ਉਹ ਚੁੱਪ ਭਰਾਵਾ ਚੁੱਪ, ਸਾਰੀ ਪੀਤੀ ਨਾਲ ਆ। ਉਹ ਬਾਹਰ ਜਾਵਾਂਗੇ, ਮਿਹਨਤਾਂ ਕਰਾਂਗੇ, ਸਭ ਤੋਂ ਪਹਿਲਾਂ ਤੇਰੀ ਜ਼ਮੀਨ ਜਿਹੜੀ ਵੇਚੀ ਹੈ ਉਹ ਤਾਂ ਦੁੱਗਣੀ ਬਣਾਵਾਂਗੇ। ਗੈਰੀ ਅਜੇ ਮਰਿਆ ਨਹੀਂ, ਉਹ ਜਿਉਂਦਾ।
ਪੀ ਕੇ ਆਇਆ? ਤੈਨੂੰ ਕਰਦਿਆਂ ਦੀ ਕੋਈ ਸ਼ਰਮ ਨਹੀਂ? ਕਿਹੜੇ ਕਰਦੇ? ਉਹ ਜਿੱਥੇ ਹਰ ਇੱਕ ਆਪਣੇ ਸੁਪਨਿਆਂ ਨੂੰ ਜੱਫੇ ਮਾਰੀ ਬੈਠਾ, ਜਿੱਥੇ ਮੇਰੇ ਸੁਪਨਿਆਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ, ਉਹ ਘਰ ਮੇਰਾ ਕਿਵੇਂ ਹੋ ਗਿਆ? ਕਾਕਾ ਹੌਲੀ ਬੋਲ, ਜੇ ਇੰਦਰ ਜਾਗ ਗਿਆ ਤਾਂ ਕੀ ਕਹੂਗਾ? ਕੀ ਕਹੂਗਾ? ਮੈਂ ਡਰਦਾ? ਜਿਹਨੇ ਪਹਿਲੀ ਸੱਟੀ ਕਹਿਤਾ ਇੱਕ ਪੈਸਾ ਨਹੀਂ ਦੇਣਾ, ਕਿਉਂ ਮੈਂ ਭੀਖ ਮੰਗ ਰਿਹਾ? ਮੇਰਾ ਕੋਈ ਹੱਕ ਨਹੀਂ ਇਸ ਘਰ 'ਤੇ, ਕੋਈ ਹੱਕ ਨਹੀਂ ਇਸ ਜ਼ਮੀਨ 'ਤੇ, ਮੈਨੂੰ ਮੇਰਾ ਹੱਕ ਲੈਣਾ ਨਹੀਂ ਆਉਂਦਾ, ਉਹ ਮੈਨੂੰ ਕੋਰਟ ਕਚਹਿਰੀ ਦੇ ਰਾਹ ਨਹੀਂ ਆਉਂਦੇ। ਓਏ ਤੂੰ ਅਕਲ ਤੋਂ ਕੰਮ ਲੈ, ਅਕਲ ਤੋਂ ਹੁਣ ਤੂੰ ਵੰਡੀਆਂ ਪਾਉਣ 'ਤੇ ਆ ਗਿਆ, ਨਾ ਤੂੰ ਪਿਓ ਦਾਦੇ ਦੀ ਇੱਜ਼ਤ ਨੂੰ ਕਚਹਿਰੀਆਂ 'ਚ ਰੋਲੇਗਾ। ਉਹ ਕਿਹੜਾ ਪਿਓ, ਕਿਹੜਾ ਭਰਾ, ਸਭ ਮਤਲਬ ਦੇ ਨੇ। ਮਾਂ ਤੂੰ ਵੀ ਇਹਦੇ ਹੀ ਪੱਖ ਪੂਰਦੀ ਆ, ਮੈਂ ਸਮਝ ਗਿਆ। ਵੇਖ ਕਿਉਂ ਦੁਨੀਆ ਨੂੰ ਤਮਾਸ਼ਾ ਵਿਖਾਉਣ ਲੱਗਿਆ। ਤਮਾਸ਼ਾ? ਤਮਾਸ਼ਾ ਤਾਂ ਦਿਖਾਊਂਗਾ ਮੈਂ ਉਹਨੇ ਤਮਾਸ਼ਾ। ਹੋਈ ਤੂੰ ਚੁੱਪ ਨਹੀਂ ਕਰਦਾ, ਤੂੰ ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਛੱਡੇਗਾ ਕਿ ਨਹੀਂ? ਦੇਖ ਮਾਂ ਦੇਖ, ਆ ਨਿਭਾ ਰਿਹਾ ਤੇਰਾ ਪੁੱਤ ਰਿਸ਼ਤੇ, ਆ ਖੜਾ ਮਾਰਦੇ ਜਾਨੂੰ ਸਾਹਮਣੇ ਸਾਰੀ ਜ਼ਮੀਨ ਜਾਇਦਾਦ। ਜੇ ਤੂੰ ਪੈਸੇ ਨਹੀਂ ਦੇਵੇਂਗਾ ਮੇਰਾ ਕੁਝ ਨਹੀਂ ਬਣਨਾ, ਮੈਂ ਤੈਨੂੰ ਕਰਕੇ ਵਿਖਾਊ। ਇੱਕ ਵਾਰੀ ਬਾਹਰ ਚਲਾ ਜਾਵਾਂ ਤਾਂ ਇੱਥੋਂ ਪਿੰਡ 'ਚ ਦੁੱਗਣੀ ਚੌਗਣੀ ਨਾ ਬਣਾਈ ਨਾ, ਉਹ ਮੈਂ ਵੀ ਆਪਣੇ ਪਿਓ ਦਾ ਪੁੱਤਰੀ। ਹੌਸਲਾ ਰੱਖੋ ਬੀਜੀ, ਦਿਲ 'ਤੇ ਨਾ ਲਾਓ। ਉਹ ਕਮਲਾ ਤਾਂ ਸ਼ਰਾਬ ਦੇ ਨਸ਼ੇ 'ਚ ਬੋਲ ਗਿਆ, ਹੁਣ ਸਵੇਰੇ ਆਪੇ ਠੀਕ ਹੋ ਜਾਣਾ। ਚਲੋ ਤੁਸੀਂ ਅੰਦਰ ਆ ਜਾਓ। ਕੈਰੀ ਮੇਰੇ ਵੀਰ, ਉੱਠ ਉੱਠ, ਦੇਖ ਧੁੱਪ ਚੜਿਆ ਹੀ ਆ। ਚਾਹ ਲਿਆਇਆ ਮੈਂ ਤੇਰੇ ਲਈ, ਚਾਹ ਪੀ, ਮਰ ਜਾ ਨੋਰਮਲ ਹੋ। ਉਹ ਕਿੱਥੋਂ ਵੀ ਗਿਆ ਸੀ ਰਾਤ? ਐ ਨਹੀਂ ਲੋਕਾਂ ਦੇ ਮਗਰ ਲੱਗੀ ਦਾ, ਸਿਆਣਾ ਬਣ ਸਿਆਣਾ। ਉਹ ਨਾਲ ਜੇ ਤੂੰ ਚਲੇ ਗਿਆ ਤਾਂ ਯਾਰ ਮੇਰਾ ਕੀ ਹੋ ਇੱਥੇ ਇਕੱਲੇ? ਤੂੰ ਮੇਰੇ ਨਾਲ ਖੜਾ ਹੋ, ਆਪਾਂ ਇੱਥੇ ਇੰਗਲੈਂਡ ਅਮਰੀਕਾ ਬਣਾ ਦਾਂਗੇ। ਹੋਈ ਜਰਾ ਉੱਠ ਕੇ ਤਾਂ ਦੇਖ, ਆ ਪਿੰਡ ਦੀਆਂ ਗਲੀਆਂ ਤੇ ਆ ਲਹਿ ਲਹਾਉਂਦੇ ਖੇਤਾਂ ਨੂੰ, ਜਿੱਥੇ ਖੇਡ ਕੇ ਆਪਾਂ ਵੱਡੇ ਹੋਏ, ਸਗਿਆਂ ਨਾਲੋਂ ਵੱਧ ਪਿਆਰ ਕਰਨ ਵਾਲੇ ਆਹ ਲੋਕ, ਆਪਾਂ ਸਾਰਿਆਂ ਨੂੰ ਸਾਂਭੀ ਬੈਠਾ ਆਪਣਾ ਆਹ ਪਿੰਡ। ਉਹ ਇੱਟ ਪੱਥਰਾਂ ਦਾ ਸ਼ਹਿਰ ਲੰਡਨ ਕਿੱਥੇ ਆਪਣੇ ਪਿੰਡ ਦਾ ਮੁਕਾਬਲਾ ਕਰ ਲੇਗਾ ਯਾਰ? ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਵੀਰੇ, ਮੈਂ ਪੈਸੇ ਦੇ ਆਇਆ, ਹੁਣ ਤਾਂ ਬਸ ਵੀਜ਼ਾ ਲੱਗਣ ਦੀ ਦੇਰ ਆ, ਗੈਰੀ ਨੇ ਤਾਂ ਉੱਡ ਜਾਣਾ। ਜਿਹਨਾਂ ਕੁਛ ਮੈਂ ਕਹਿਣਾ ਸੀ ਕਹਿਤਾ, ਹੁਣ ਉਹਨੇ ਜੋ ਕੁਛ ਕਰਨਾ ਉਹਨੂੰ ਕਰ ਲੈਣ ਦੋ। ਆ ਗਿਆ ਸਾਰਾ, ਅੱਜ ਨਹੀਂ ਛੱਡਣਾ ਇਹਨੂੰ। ਕਿੰਦਾ? ਹਾਂ ਕਿੰਦਾ, ਪਰ ਹੁਣ ਤੂੰ ਥੋੜ੍ਹੀ ਦੇਰ ਬਾਅਦ ਪੁੱਛੇਗਾ ਇਹ ਕਿੱਦਾਂ। ਕੀ ਮਤਲਬ? ਮਤਲਬ ਸਾਫ, ਤੈਨੂੰ ਕਰਨਾ ਨਹੀਂ ਮਾਫ। ਕਹਿੰਦੇ ਅੱਜ ਨਹੀਂ, ਮੈਂ ਬਹੁਤ ਪਰੇਸ਼ਾਨ ਹਾਂ, ਨਾਲੇ ਆਪਣੀ ਕਿਹੜਾ ਕੋਈ ਪਰਸਨਲ ਲੜਾਈ ਹੈ ਯਾਰ। ਪਰੇਸ਼ਾਨ ਤਾਂ ਮੈਂ ਵੀ ਬੜਾ, ਉਦੋਂ ਵੀ ਕਿਹੜੀ ਆਪਣੀ ਲੜਾਈ ਸੀ, ਪਰ ਤੂੰ ਮੇਰੇ ਮਾਮਲੇ 'ਚ ਟੰਗ ਅੜਾਈ, ਉੱਤੋਂ ਤੂੰ ਕੀਤੀ ਲੜਾਈ, ਮੈਨੂੰ ਕਾਲਜ 'ਚੋਂ ਕਢਵਾਇਆ ਅਤੇ ਸਿਆਪਾ ਪਾਇਆ, ਸਿਆਪਾ ਤੂੰ ਪਾਇਆ ਸੀ,
ਤੇ ਅੱਜ ਇਹ ਸਿਆਪਾ ਮੈਂ ਖਤਮ ਕਰਾਂਗਾ। ਇੰਦਰ, ਤੁਹਾਨੂੰ ਨਹੀਂ ਲੱਗਦਾ ਤੁਸੀਂ ਗੈਰੀ ਦੀ ਗੱਲ ਤੇ ਕੁਝ ਜ਼ਿਆਦਾ ਰਿਐਕਟ ਕਰ ਰਹੇ ਹੋ? ਉਹ ਕਿਵੇਂ? ਉਹ ਐਦਾਂ ਕਿ ਜੇ ਉਹ ਬਾਹਰ ਜਾਣਾ ਚਾਹੁੰਦਾ ਉਹਨੂੰ ਜਾਣ ਦਿਓ, ਜਿੰਨਾ ਚਿਰ ਉੱਥੇ ਜੀ ਲੱਗੂਗਾ ਰਹੂਗਾ ਤੇ ਜੇ ਨਹੀਂ ਜੀ ਲੱਗੂ ਤੇ ਵਾਪਸ ਆ ਜਾਊਗਾ। ਤੇ ਇਹਦੇ 'ਚ ਮੈਨੂੰ ਤਾਂ ਕੋਈ ਬਹੁਤ ਵੱਡਾ ਇਸ਼ੂ ਨਹੀਂ ਲੱਗਦਾ। ਗੱਲ ਇਹ ਨਹੀਂ ਹੈ ਸਿਮਰਨ, ਗੱਲ ਇਹ ਕਿ ਸਾਨੂੰ ਤਾਂ ਆਹੀ ਨਹੀਂ ਪਤਾ ਕਿ ਉਹ ਕਿੱਥੇ ਜਾ ਰਿਹਾ, ਕੀ ਕਰੇਗਾ। ਨਹੀਂ, ਕਮਲਾ ਜਿਹਾ ਮੰਡੀਰ ਦੇ ਪਿੱਛੇ ਲੱਗਿਆ ਰਹਿੰਦਾ। ਉਹ ਇੱਥੇ ਨਹੀਂ ਲੜਾਈ ਝਗੜੇ ਖਤਮ ਹੁੰਦੇ ਉਹਦੇ, ਉੱਥੇ ਜਾ ਕੇ ਪਤਾ ਨਹੀਂ ਕਿਹੋ ਜਿਹੇ ਬੰਦੇ ਨਾਲ ਵਾਹ ਪੈਣਾ ਉਹਦਾ। ਤੇ ਤੂੰ ਕੀ ਕਹਿੰਦੀ ਆ, ਮੈਨੂੰ ਆਪਣੇ ਭਰਾ ਦੀ ਫਿਕਰ ਨਹੀਂ ਕਰਨੀ ਚਾਹੀਦੀ? ਨਹੀਂ, ਤੁਹਾਡਾ ਭਰਾ ਹੁਣ ਕੋਈ ਬੱਚਾ ਨਹੀਂ ਹੈ, ਉਹਨੂੰ ਥੋੜੀ ਬ੍ਰੀਦਿੰਗ ਸਪੇਸ ਦਿਓ। ਜ਼ਿੰਦਗੀ 'ਚ ਆਪਣੇ ਫੈਸਲੇ ਖੁਦ ਕਰੇਗਾ ਤਾਂ ਤੁਹਾਡੀ ਇੱਜ਼ਤ ਹੋਰ ਜ਼ਿਆਦਾ ਕਰੂਗਾ। ਉਹ ਇਹੀ ਤਾਂ ਮੈਂ ਕਹਿ ਰਿਹਾ ਸਿਮਰਨ, ਉਹ ਮੇਰਾ ਛੋਟਾ ਭਰਾ ਹੈ, ਬੰਦਿਆਂ ਵਾਂਗ ਮੇਰੇ ਨਾਲ ਬੈਠ ਕੇ ਗੱਲ ਤਾਂ ਕਰੇ। ਫਾਦਰ ਸਾਹਿਬ ਦੇ ਗੁਜ਼ਰ ਜਾਣ ਤੋਂ ਬਾਅਦ ਮੈਂ ਆਪਣੇ ਪਰਿਵਾਰ ਨੂੰ ਕਿਵੇਂ ਪਾਲਿਆ ਮੈਂ ਹੀ ਜਾਣਦਾ। ਹੁਣ ਉਹ ਵੀ ਸਾਨੂੰ ਛੱਡ ਕੇ ਚੱਲਿਆ? ਉਹ ਤੁਹਾਨੂੰ ਛੱਡ ਕੇ ਨਹੀਂ ਜਾ ਰਿਹਾ, ਉਹ ਤਾਂ ਬਸ ਥੋੜ੍ਹੀ ਦੇਰ ਲਈ ਉੱਡਣਾ ਚਾਹੁੰਦਾ ਹੈ। ਪਿੰਜਰੇ 'ਚ ਬੰਦ ਪੰਛੀ ਹਮੇਸ਼ਾ ਪਿੰਜਰੇ 'ਚੋਂ ਬਾਹਰ ਆਉਣਾ ਚਾਹੁੰਦਾ ਹੈ, ਅਤੇ ਜੇ ਉਹਨੂੰ ਖੁੱਲ੍ਹਾ ਛੱਡ ਦਿੱਤਾ ਜਾਏ ਤਾਂ ਉਹ ਇੱਧਰ ਉੱਧਰ ਘੁੰਮ ਕੇ ਫਿਰ ਪਿੰਜਰੇ 'ਚ ਵਾਪਸ ਆ ਜਾਂਦਾ ਹੈ।
ਤੇਰਾ ਕੀ ਮਤਲਬ? ਮੈਂ ਉਹਨੂੰ ਉਹਦੀ ਮਨਮਰਜ਼ੀ ਕਰਨ ਦਿਆਂ? ਨਹੀਂ, ਬਿਲਕੁਲ ਨਹੀਂ। ਮੈਂ ਤਾਂ ਸਿਰਫ ਇਹ ਕਹਿ ਰਹੀ ਹਾਂ ਕਿ ਹਰ ਮਸਲੇ ਦੇ ਦੋ ਪਹਿਲੂ ਹੁੰਦੇ ਨੇ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰੀ ਉਸ ਤੇ ਸੋਚ ਵਿਚਾਰ ਕਰ ਲੈਣਾ ਚਾਹੀਦਾ। ਵਿਚਾਰ ਕਰ ਲੈਣਾ ਚਾਹੀਦਾ, ਨਾਲੇ ਉਹ ਕਿਹੜਾ ਮੇਰੀ ਸੁਣਨ ਲੱਗਿਆ। ਕਰੇ ਜੋ ਕਰਨਾ, ਪਰ ਮੈਂ ਉਹਦੇ ਇਸ ਫੈਸਲੇ ਤੋਂ ਸਹਿਮਤ ਨਹੀਂ ਹਾਂ। ਕੇ ਗੱਲ ਸੁਣ ਲੈ ਸਰਦਾਰਾ, ਰੱਬ ਨੇ ਸਾਡੀ ਸੁਣ ਲਈ ਯਾਰਾ। ਫੜ ਕੇ ਗੱਲ ਸੁਣ ਲੈ ਸਰਦਾਰਾ, ਰੱਬ ਨੇ ਸਾਡੀ ਸੁਣ ਲਈ ਯਾਰਾ। ਹੋ ਗਿਆ ਸਾਡਾ ਪਾਰ ਉਤਾਰਾ, ਹੋ ਗਿਆ ਸਾਡਾ ਪਾਰ ਉਤਾਰਾ। ਕੌਣ ਦਿਲਾਂ ਦੀਆਂ ਤਾਰਾਂ, ਉਹ ਵੀਜ਼ਾ, ਉਹ ਵੀਜ਼ਾ, ਉਹ ਵੀਜ਼ਾ ਲੱਗ ਗਿਆ, ਲੱਗ ਗਿਆ, ਬਣ ਗਿਆ ਮੌਜ ਬਹਾਰਾਂ। ਉਹ ਵੀਜ਼ਾ ਲੱਗ ਗਿਆ, ਲੱਗ ਗਿਆ, ਬਣ ਗਿਆ ਮੌਜ ਬਹਾਰਾਂ। ਉਹ ਵੀਜ਼ਾ ਲੱਗ ਗਿਆ, ਸੁਪਨੇ ਪਰੋਏ ਐ ਦਿਲਾਂ ਵਿੱਚ, ਹੌਸਲੇ ਤੇ ਜਿਸ ਮਨ ਰੋਏ ਐ। ਕਹਿ ਰੱਖਣੀ ਟੌਰ ਦਿਲਦਾਰਾ, ਉਹ ਵੀਜ਼ਾ, ਉਹ ਵੀਜ਼ਾ, ਉਹ ਵੀਜ਼ਾ ਲੱਗ ਗਿਆ, ਲੱਗ ਗਿਆ, ਬਣ ਗਿਆ ਮੌਜ ਬਹਾਰਾਂ। ਉਹ ਵੀਜ਼ਾ ਲੱਗ ਗਿਆ, ਬੁੱਢੇ ਬਾਬਿਆਂ ਦੀ ਗੱਲ ਪੱਲੇ ਪਾ ਲਿਓ, ਭਾਵੇਂ ਲੱਖਾਂ ਪੌਂਡ ਡਾਲਰ ਕਮਾ ਲਿਓ। ਮਿੱਟੀ ਦੇਸ਼ ਦੀ ਨਾ ਦਿਲ ਚੋਂ ਭੁਲਾ ਲਿਓ, ਮੁੜ ਪਿੰਡ ਨੂੰ ਜ਼ਰੂਰ ਫੇਰਾ ਪਾ ਲਿਓ। ਵੀਜ਼ਾ ਲੱਗ ਗਿਆ, ਲੱਗ ਗਿਆ, ਬਣ ਗਿਆ ਮੌਜ ਬਹਾਰਾਂ। ਵੀਜ਼ਾ ਲੱਗ ਗਿਆ, ਲੱਗ ਗਿਆ, ਬਣ ਗਿਆ ਮੌਜ ਬਹਾਰਾਂ। ਓਏ ਵੀਜ਼ਾ ਲੱਗ ਗਿਆ, ਲੱਗ ਗਿਆ, ਬਣ ਗਿਆ ਮੌਜ ਬਹਾਰਾਂ। ਵੀਜ਼ਾ ਲੱਗ ਗਿਆ। ਰੱਬ ਭਲੇ ਕਰੇ, ਮੇਰਾ ਪੁੱਤ ਤਰੱਕੀਆਂ ਕਰੇ। ਪੁੱਤ ਜਾਂਦੇ ਹੀ ਫੋਨ ਕਰਦੀ, ਮੇਰੇ ਤਾਂ ਹਲਕ ਤੋਂ ਰੋਟੀ ਨਹੀਂ ਲੰਘਣੀ ਜਿੰਨੀ ਦੇਰ ਤੇਰਾ ਫੋਨ ਨਹੀਂ ਆਉਂਦਾ। ਤੂੰ ਫਿਕਰ ਨਾ ਕਰ ਮਾਂ, ਮੈਂ ਪਹੁੰਚਦਿਆਂ ਸਾਰ ਸਭ ਤੋਂ ਪਹਿਲਾਂ ਤੈਨੂੰ ਹੀ ਫੋਨ ਕਰੂੰ, ਤੇ ਜਾਂਦਿਆਂ ਉੱਥੋਂ ਮੈਂ ਕੈਮਰੇ ਵਾਲਾ ਕੰਪਿਊਟਰ ਭੇਜੂ ਜਿੱਥੇ ਮੈਂ ਤੁਹਾਨੂੰ ਗੱਲਾਂ ਕਰਦਾ ਨਜ਼ਰ ਆਇਆ ਕਰੂੰਗਾ। ਇਹ ਤੂੰ ਕਿਉਂ ਰੋਈ ਜਾਂਦੀ ਹੈ? ਚੱਲੀਏ, ਤੇਰਾ ਵੀਰ ਤਾਂ ਪੈਸੇ ਕਮਾਉਣ ਚੱਲਿਆ ਬਾਹਰ। ਤੇਰੇ ਵਿਆਹ 'ਤੇ ਵੇਖੀ ਐਡੀ ਵੱਡੀ ਗੱਡੀ ਭੇਜੂ ਜਿਹੜੀ ਸਾਰੇ ਪਿੰਡ 'ਚ ਨਾ ਕਿਸੇ ਕੋਲ ਹੋਊਗੀ, ਅਤੇ ਉਹਦੇ 'ਚ ਆਪਣੀ ਸੱਸ ਨੂੰ ਬੈਠ ਕੇ ਘੁਮਾਇਆ ਕਰੀ। ਲੈ, ਐਡੀ ਵੱਡੀ ਗੱਡੀ 'ਚ ਭਲਾ ਮੈਂ ਸੱਸ ਨੂੰ ਹੀ ਘੁਮਾਉਣਾ? ਮੈਂ ਤਾਂ ਹੱਥ ਨਹੀਂ ਲਾਉਂਦੇ ਨਾ ਕਿਸੇ ਨੂੰ। ਨਾ ਉਹਦੇ ਪੁੱਤ ਨੂੰ ਘੁਮਾਏਗੀ ਕਿ ਉਹਨੂੰ ਵੀ ਨਹੀਂ।
ਹੁਣ ਤੂੰ ਰੁਕਣਾ ਨਹੀਂ ਹੈ। ਚਾਹੇਗਾ ਹੀ ਚੰਗਾ, ਵਾਹਿਗੁਰੂ ਤੇਰਾ ਸਹਾਈ ਹੋਵੇ। ਜੇ ਮੈਂ ਤੁਹਾਨੂੰ ਉੱਥੇ ਬੁਲਾਵਾਂ ਵੀ ਜੀ ਆ ਜਾਓਗੇ ਨਾ? ਪੁੱਤਾਂ ਦਾ ਕਹਿਣਾ ਵੀ ਕਦੇ ਮਾਵਾਂ ਨੇ ਮੋੜਿਆ? ਹਾਂ, ਪੁੱਤਾਂ ਦੀ ਗੱਲ ਹੋਰ। ਆਪਣੇ ਪੁੱਤ ਨੂੰ ਵਿਦਾ ਕਰਨ ਲੱਗੇ ਹੋ, ਇਹੋ ਜਿਹੀਆਂ ਗੱਲਾਂ ਨਾ ਕਰੋ ਬੀਜੀ। ਜੇ ਕੋਈ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮਾਫ ਕਰ ਦਿਓ। ਬੱਚਿਆਂ ਨੂੰ ਤਾਂ ਮਾਂ ਬਿਨ ਮੰਗਿਆ ਹੀ ਮਾਫੀ ਦੇ ਦਿੰਦੀ ਹੈ। ਉੱਥੇ ਪਰਦੇਸ 'ਚ ਇਕੱਲਾ ਹੋਵੇਗਾ, ਨਰਮੀ ਨਾਲ ਰਹੀ। ਜਾ ਭਰਾ ਨੂੰ ਤਾਂ ਮਿਲ ਲੈ। ਮੈਂ ਜਾ ਰਿਹਾ ਵੀਰਿਆ, ਸੀ ਆਫ ਕਰਨ ਵੀ ਨਹੀਂ ਆਏਗਾ। ਹੁਣ ਤਾਂ ਪਤਾ ਨਹੀਂ ਮੈਂ ਕਦੋਂ ਮੁੜਨਾ। ਨਹੀਂ ਚੰਗਾ, ਤੇਰੀ ਮਰਜ਼ੀ ਆ। ਚੰਗਾ ਬੀਜੀ। ਚੰਗਾ ਕਾਕਾ, ਵਾਹਿਗੁਰੂ ਤੇਰੇ ਅੰਗ ਸੰਗ ਸਹਾਈ ਹੋਏ। ਆਪਣਾ ਧਿਆਨ ਰੱਖੀ ਤੇ ਪਹੁੰਚ ਕੇ ਇੱਕ ਵਾਰੀ ਫੋਨ ਜ਼ਰੂਰ ਕਰ ਲਵੀ। ਰੱਬ ਰੱਬ। ਹੁਣ ਤਾਂ ਪੁੱਤਰ ਤੈਨੂੰ ਬੱਸ ਵਿੱਚ ਹੀ ਆਉਣਾ ਜਾਣਾ ਪੈਣਾ। ਮੈਂ ਬਹੁਤ ਦੂਰ ਚੱਲਿਆ ਬੇਟਾ, ਜਿੱਥੇ ਤੇਰੇ ਡੈਡੀ ਗਏ ਨੇ। ਇੰਨੀ ਦੂਰ ਕਿਉਂ ਚੱਲਿਆ ਚਾਚੂ? ਉੱਥੇ ਉਹ ਵਾਪਸ ਕੋਈ ਮੁੜ ਕੇ ਨਹੀਂ ਆਇਆ। ਡੈਡੀ ਵੀ ਨਹੀਂ ਆਏ, ਤੂੰ ਵੀ ਨਹੀਂ ਆਏਗਾ। ਨਹੀਂ ਪੁੱਤ, ਮੈਂ ਜ਼ਰੂਰ ਆਵਾਂਗਾ। ਤੇਰੇ ਲਈ ਨਾ ਇੰਨੇ ਢੇਰ ਸਾਰੇ ਗਿਫਟ ਲੈ ਕੇ ਆਵਾਂਗਾ। ਹਾਂ, ਮੈਨੂੰ ਨਹੀਂ ਚਾਹੀਦੇ ਗਿਫਟ, ਬਸ ਤੂੰ ਨਾ ਜਾ ਮੇਰੇ ਲਈ। ਨਾ ਪੁੱਤ, ਬੱਚਿਆਂ ਨੂੰ ਕੀ ਪਤਾ ਕਿ ਸਾਡੀਆਂ ਕੀ ਮਜਬੂਰੀਆਂ ਨੇ। Okay, sir, boys have arrived.
ਓਕੇ ਕਾਲ ਦਾ ਕਾਰ ਰਾਈਟ ਸਰ ਗੈਟ ਦਾ ਕਾਰ ਲਓ ਬਾਈ ਪਹੁੰਚ ਗਏ ਆਪਾਂ ਬਾਈ ਹੁਣ ਆਓ ਨਜ਼ਾਰਾ ਓਏ ਖੇਤਾਂ 'ਚ ਖੜ ਕੇ ਜਹਾਜ਼ ਦੇਖਣ ਵਾਲਿਓ ਇੰਗਲੈਂਡ ਹੈ ਇੰਗਲੈਂਡ ਤੈਨੂੰ ਪਤਾ ਓਏ ਇਹ ਉਹ ਖਜ਼ਾਨਾ ਜਿੱਥੋਂ ਲੋਕ ਪੌਂਡ ਕੱਢ ਕੇ ਲੈ ਕੇ ਜਾਂਦੇ ਆ ਉਹ ਲੈ ਗਏ ਲਿਜਾਣ ਵਾਲੇ ਮਿੱਤਰਾ ਹੁਣ ਤਾਂ ਪੰਜਾਬੀ ਪੁੱਤਰ ਆ ਗਏ ਆਪਾਂ ਹੀ ਲੈ ਕੇ ਜਾਵਾਂਗੇ ਸਾਰੇ ਪੌਂਡ ਉਹ ਪੌਂਡਾਂ ਦੇ ਲੱਗਦੇ ਹੋ ਆ ਮੈਨੂੰ ਇੰਗਲੈਂਡ ਨਹੀਂ ਲੱਗਦਾ ਮੈਨੂੰ ਤਾਂ ਕੋਈ ਹੋਰ ਹੀ ਜਗ੍ਹਾ ਲੱਗਦੀ ਹੈ ਮੇਰੀ ਗੱਲ ਸੁਣੋ ਜਦ ਪੈਸੇ ਅਸੀਂ ਪੂਰੀ ਪੈਂਟ ਦੇ ਦਿੱਤੇ ਆ ਤੇ ਸਾਨੂੰ ਕੱਛਾ ਥੋੜੀ ਦੇ ਸਕਦੇ ਮੇਰੇ ਕਹਿਣ ਦਾ ਮਤਲਬ ਜਦ ਪੈਸੇ ਇੰਗਲੈਂਡ ਪਹੁੰਚਣ ਦੇ ਦਿੱਤੇ ਆ ਤੇ ਸਾਨੂੰ ਫਗਵਾੜੇ ਥੋੜੀ ਲਾਊਗਾ ਆ ਜਾ ਫਗਵਾੜਾ ਨਾ ਛੱਡੀ ਲੰਡਨ ਪਹੁੰਚ ਗਏ ਆ ਪਰ ਗੈਰੀ ਬਾਈ ਮੈਨੂੰ ਲੱਗਦਾ ਤਰਸੇਮ ਬਾਈ ਠੀਕ ਹੀ ਕਹਿੰਦਾ ਏਜੰਟਾਂ ਦਾ ਕੋਈ ਭਰੋਸਾ ਨਹੀਂ ਅੱਜ ਕੱਲ੍ਹ ਦੀਆਂ ਅਖ਼ਬਾਰਾਂ ਆਪਾਂ ਪੜ੍ਹਦੇ ਹਾਂ ਉਹ ਚੁੱਪ ਕਰ ਵੱਡਾ ਅਖ਼ਬਾਰਾਂ ਦਾ ਮੇਅਰ ਦੀ ਚਿੰਤਾ ਖਾਈ ਜਾਂਦੀ ਆ ਪੌਂਡਾਂ ਦੇ ਲੱਗਦੇ ਹੋ ਮਰ ਜਾਂਦੇ ਜਬਲੀਆਂ ਯਾਰ ਮੇਅਰ ਵਾਲੀ ਚਿੰਤਾ ਤਾਂ ਮੈਨੂੰ ਵੀ ਖਾਈ ਜਾਂਦੀ ਆ ਕਿੱਥੇ ਰਹਿ ਗਿਆ ਪੁੱਛੀ ਮਾੜਾ ਜਾ ਇਨਸ਼ਾਅੱਲਾ ਆ ਗਏ ਮੇਰੇ ਜਵਾਨ ਆਈ ਐਮ ਪ੍ਰਵੇਜ਼ ਹੈਲੋ ਹਾਊ ਆਰ ਯੂ ਸਤਿ ਸ੍ਰੀ ਅਕਾਲ ਜੀ ਹੈਲੋ ਸਤਿ ਸ੍ਰੀ ਅਕਾਲ ਬਾਈ ਹੈਲੋ ਜੀ ਹੋ ਠੀਕ ਹੋ ਠੀਕ ਹੈ ਜੀ ਪ੍ਰਵੇਜ਼ ਜੀ ਮੈਨੂੰ ਇੱਕ ਗੱਲ ਦੱਸੋ ਮੇਅਰ ਸਾਡਾ ਯਾਰ ਦਿੱਲੀ ਤੱਕ ਨਾਲ ਆਇਆ ਇੱਥੇ ਆ ਕੇ ਏਜੰਟ ਕਿਤੇ ਵੀਜ਼ਾ ਨਹੀਂ ਲੱਗਿਆ ਜਦੋਂ ਸਾਰੇ ਪੈਸੇ ਦਿੱਤੇ ਉਹਨੂੰ ਫਿਰ ਵੀਜ਼ਾ ਨਾ ਲੱਗਣ ਦਾ ਕੀ ਮਤਲਬ ਬੋਇਸ ਕੂਲ ਡਾਊਨ ਐਕਚੁਅਲੀ ਉਹਦੇ ਵੀਜ਼ੇ ਦੇ ਵਿੱਚ ਪ੍ਰੋਬਲਮ ਆ ਗਈ ਸੀ ਅੰਬੈਸੀ ਉਹਦੀ ਇਨਕੁਆਇਰੀ ਕਰ ਰਹੀ ਹੈ ਔਰ ਜਲਦੀ ਤੋਂ ਜਲਦੀ ਉਹਦਾ ਵੀਜ਼ਾ ਲੱਗ ਜਾਊ ਨਾਲੇ ਜਵਾਨੋ ਟੈਨਸ਼ਨ ਨਾ ਲਿਆ ਕਰੋ ਲੈਟਸ ਗੋ ਲੈ ਦੱਸ ਦੇ ਗਿਆ ਨਾ ਗੋਲੀ ਇਹਨਾਂ ਏਜੰਟਾਂ ਦਾ ਮੈਨੂੰ ਪੱਕਾ ਪਤਾ ਇਹ ਨਹੀਂ ਆਪਣਾ ਪੱਲਾ ਕਿਸੇ ਨੂੰ ਫੜਾਉਂਦੇ ਉਹ ਚਲੋ ਖੈਰ ਆਓ ਚੱਲੀਏ ਸੋਚਦੇ ਹਾਂ ਚਲੋ ਚੱਲ ਕੇ ਦੇਖਦੇ ਹਾਂ ਓ ਓਏ ਡਰਾਈਵਿੰਗ ਸੀਟ ਮੇਮ ਕਿੰਨੀ ਗੋਰੀ ਆ ਬੱਲੋ ਵਾਂਗੂ ਜਗਦੀ ਆ ਉਹ ਮੇਮ ਦੇਖ ਕੇ ਐਡਾ ਖੁਸ਼ ਨਾ ਹੋ ਇਧਰ ਕਾਲਾ ਵੀ ਖੜਾ ਹੈ ਓ ਚੁੱਪ ਕਰ ਜਾ ਹੌਲੀ ਬੋਲਿਆ ਕਰ ਇਹਨੇ ਢਾਲਣਾ ਤੈਨੂੰ ਹੁਣੇ ਲੈ ਮੈਂ ਢਾਲਣਾ ਇਹਨੂੰ ਕਿਹੜਾ ਪੰਜਾਬੀ ਆਉਂਦੀ ਆ ਕਹਿ ਤਾਂ ਮੈਂ ਗਾਲ ਕੱਢ ਦੇਣਾ ਕੱਢ ਕੇ ਦਿਖਾ ਫਿਰ ਚਲੋ ਮਿੰਦਰਾ ਖੋਲ ਗੱਡੀ ਹੇ ਗੈਟ ਇਨਸਾਈਡ ਆਉਂਦੀ ਆ ਪੰਜਾਬੀ ਉਹਨੂੰ ਵੱਡੇ ਲਾਟ ਸਾਹਿਬ ਨੂੰ ਏਡੀ ਵੱਡੀ ਗੱਡੀ ਸੜਕ ਤੇ ਚਲਾਉਣ ਵਾਲਾ ਜਹਾਜ਼ ਹੀ ਲੱਗਦੀ ਆ ਓਏ ਤੂੰ ਅੰਦਰ ਵੜ ਜਾ ਗੱਡੀ ਦੇ ਪਤਾ ਨਹੀਂ ਯਾਰ ਕਿੰਨੀ ਦੇਰ ਰਹਿਣਾ ਪੈਣਾ ਇੱਥੇ ਹੋਰ ਬੰਦ ਕੈਦੀਆਂ ਵਾਂਗੂ ਕਾਸ਼ ਕਰਦਿਆਂ ਦੀ ਗੱਲ ਮੰਨ ਲੈਂਦੇ ਤਾਂ ਜਾ ਦਿਨ ਨਾ ਦੇਖਣੇ ਪੈਂਦੇ ਸਾਡੀ ਗਲਤ ਜਿੱਦ ਨੇ ਸਾਡਾ ਇਹ ਹਾਲ ਕਰ ਦਿੱਤਾ ਪਰ ਹੁਣ ਇਹ ਗੱਲਾਂ ਦਾ ਕੀ ਫਾਇਦਾ ਯਾਰ ਸਹੀ ਗੱਲ ਕਹਿਣਾ ਯਾਰ ਇਕਬਾਲ ਬਾਈ ਕਿਤੇ ਸਾਨੂੰ ਤਾਂ ਨਹੀਂ ਲਾਣਾ ਇਹ ਤੁਸੀਂ ਆਪਣੇ ਮੋਬਾਈਲ ਤੇ ਪਾਸਪੋਰਟ ਇਹਨੂੰ ਦਿਓ ਪਰਵੇਜ਼ ਜੀ ਇਹ ਸਾਨੂੰ ਕਿੱਥੇ ਲੈ ਕੇ ਆ ਗਏ ਇੰਗਲੈਂਡ ਜਾਣ ਤੇ ਕਿੰਨਾ ਟਾਈਮ ਲੱਗੂਗਾ ਜੇ ਯਾਰ ਕੀ ਗੱਲਾਂ ਕਰੀ ਜਾਣਾ ਕਰੀ ਮੈਂ ਤਾਂ ਸਮਝੀ ਜਾਂਦਾ ਆਪਾਂ ਇੰਗਲੈਂਡ ਪਹੁੰਚ ਗਏ ਨਾਲੇ ਗੱਲ ਸੁਣ ਲਓ ਮੇਰੀ ਤੁਸੀਂ ਇੰਨੇ ਤਾਬਲੇ ਨਾ ਹੋਵੋ ਹਜੇ ਇੰਗਲੈਂਡ ਜਾਣ ਵਾਸਤੇ ਤੁਹਾਨੂੰ 2 ਦਿਨ ਹੋਰ ਲੱਗ ਜਾਣਗੇ ਆ ਝੂਠਿਆ ਸਾਨੂੰ 3 ਮਹੀਨੇ ਹੋ ਗਏ ਇੱਥੇ ਕੁੱਤਿਆਂ ਦੀ ਤਰ੍ਹਾਂ ਬੰਦ ਪਿਆ ਨੂੰ ਸਾਡੀ ਵਾਰੀ ਤਾਂ ਆਈ ਨਹੀਂ ਫਿਰ ਇਹਨਾਂ ਦੀ ਕਿੱਥੋਂ ਆਜੂ ਜਿਨ੍ਹਾਂ ਨੂੰ 1-2 ਦਿਨ ਦਾ ਲਾਰਾ ਲਾ ਰਹੇ ਓਏ ਇੰਨੇ ਪੈਸੇ ਲੈ ਕੇ ਢੰਗ ਦੀ ਰੋਟੀ ਤਾਂ ਕੀ ਦੇਣੀ ਸੀ ਸਾਲੇ ਸੁੱਕੇ ਰੋਲ ਖਵਾ ਖਵਾ ਕੇ ਅਦਮੋਈ ਕਰ ਦਿੱਤਾ ਗਾਰਡ ਇਹਨਾਂ ਦੇ ਪਾਸਪੋਰਟ ਤੇ ਮੋਬਾਈਲਸ ਲਓ ਤੇ ਇਹਨਾਂ ਨੂੰ ਫਟਾਫਟ ਅੰਦਰ ਲੈ ਕੇ ਜਾਓ ਚਲੋ ਗਿਵ ਇਟ ਟੂ ਮੀ ਚਲੋ ਕਮ ਔਨ ਗਿਵ ਇਟ ਟੂ ਮੀ ਗਿਵ ਇਟ ਟੂ ਮੀ ਗਿਵ ਇਟ ਟੂ ਮੀ ਮੈਨ ਓ ਦੇ ਚੰਗਾ ਰਹੇਗਾ ਓਏ ਕਮ ਔਨ ਮੂਵ ਮੂਵ ਚਲੋ ਇਕਬਾਲ ਭਾਈ ਅਲੀ ਨੂੰ ਸਮਝਾ ਇੰਨਾ ਗੁੱਸਾ ਕਰਨਾ ਠੀਕ ਨਹੀਂ ਹੁੰਦਾ ਖੁਦਾ ਦਾ ਖੌਫ ਖਾ ਪਰਵੇਜ਼ ਤੂੰ ਮੁਸਲਮਾਨ ਹੋ ਕੇ ਸਾਡੀ ਪਾਕਿਸਤਾਨੀਆਂ ਦੀ ਮਦਦ ਨਹੀਂ ਕੀਤੀ ਫਿਰ ਇਹ ਮੈਂ ਹਿੰਦੁਸਤਾਨੀਆਂ ਦੀ ਕੀ ਕਰੇਗਾ ਤੈਨੂੰ ਤਾਂ ਅੱਲਾ ਵੀ ਮਾਫ਼ ਨਹੀਂ ਕਰੇਗਾ ਪਰਵੇਜ਼ ਕਦੇ ਮਾਫ਼ ਨਹੀਂ ਕਰੇਗਾ ਚੁੱਪ ਕਰ ਅਲੀ ਇਹਨਾਂ ਨਾਲ ਪੰਗਾ ਲੈਣ ਦਾ ਕੋਈ ਫਾਇਦਾ ਨਹੀਂ ਮੈਂ ਚੁੱਪ ਨਹੀਂ ਰਹਿ ਸਕਦਾ ਪੂਰੇ 3 ਮਹੀਨੇ ਹੋ ਗਏ ਸਾਨੂੰ ਉਡੀਕਦਿਆਂ ਨੂੰ
ਜਿਹੜੀ ਗੋਲੀ ਇਹਨੇ ਸਾਨੂੰ ਦਿੱਤੀ ਸੀ ਨਾ ਉਹੀ ਹੁਣ ਹਿੰਦੁਸਤਾਨੀਆਂ ਨੂੰ ਦੇ ਰਿਹਾ। ਸਾਡਾ ਹਾਲ ਤਾਂ ਹੋ ਗਿਆ ਧੋਬੀ ਦੇ ਕੁੱਤੇ ਵਾਲਾ, ਨਾ ਘਰ ਦੇ ਨਾ ਘਾਟ ਦੇ। ਪਰ ਜਿਸ ਦਿਨ ਮੇਰਾ ਦਾ ਲੱਗ ਗਿਆ ਨਾ, ਮੈਂ ਪੁਲਿਸ ਕੋਲ ਜਾ ਕੇ ਤੇਰਾ ਭਾਂਡਾ ਜ਼ਰੂਰ ਪੰਨਾਗਾ। ਆਈ ਐਮ ਗੋਇੰਗ, ਟੇਕ ਕੇਅਰ। ਅਲੀ ਭਾਈ, ਯੇ ਬਾਤ ਮਤ ਭੂਲੋ ਕਿ ਹਮ ਯਹਾਂ ਇਨ ਲੋਗੋ ਕੀ ਰਹਿਮੋ ਕਰਮ ਪੇ ਹੈ। ਝਗੜਾ ਕਰਨਾ ਬੇਵਕੂਫੀ ਹੋਗੀ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਪਿੱਛੇ ਘਰਦਿਆਂ ਨਾਲ ਗੱਲ ਵੀ ਨਾ ਕਰ ਸਕੀਏ। ਸਾਡੇ ਫੋਨ ਤੱਕ ਖੋਲੇ ਨੇ, ਰੁੱਗ ਭਰ ਭਰ ਨੋਟਾਂ ਦਾ ਅਸੀਂ ਇੱਥੇ ਗੁਲਾਮ ਰਹਿਣ ਨੂੰ ਦਿੱਤਾ ਸੀ। ਤੁਸੀਂ ਠੀਕ ਕਹਿ ਰਹੇ ਹੋ ਅਲੀ ਭਾਈ, ਪਰ ਇਸ ਵੇਲੇ ਸਮਝਦਾਰੀ ਚੁੱਪ ਰਹਿਣ ਚ ਹੈ। ਇਹ ਕਮੀਨਾ ਪਰਵੇਜ਼ ਮੈਨੂੰ ਬਲੈਕਮੇਲ ਕਰ ਰਿਹਾ। ਪਹਿਲਾਂ ਕੁਛ ਸੀ ਤੇ ਹੁਣ ਕੁਝ, ਹੁਣ ਹੋਰ ਪੈਸੇ ਮੰਗ ਰਿਹਾ। ਓਏ ਆ ਕੀ ਹੋ ਰਿਹਾ ਓਏ, ਗੈਰੀ ਕਿਤੇ ਸਾਡੇ ਨਾਲ ਵੀ ਏਦਾਂ ਤਾਂ ਨਹੀਂ ਹੋ? I can't understand what you're talking about. Oya ki kehnda oye? Puch avatar. Brother, what he means to say is whether we are going to face the same problem? Hello, oh apna desi lagda hai. Oh to puch lena ki gall hai. Eh bechara tuhanu ki dassega? Main dassda tuhanu. Haram jada hai Parvez. Ek number da jhootha. Meri maan ne ghar da sara gehna gatta vech ke inu nootan diyan thaddiyan dittiyan si. Hun kehnda ਲਾਹੌਰ ਵਾਲੇ ਏਜੰਟ ਨੂੰ ਹੋਰ ਪੈਸੇ ਦਿਓ, ਨਹੀਂ ਤਾਂ ਸਾਰੀ ਉਮਰ ਇੱਥੇ ਸੜਦੇ ਰਹੋਗੇ। ਉਹ ਇੱਥੇ ਸਾਰਿਆਂ ਦਾ ਇਹੋ ਹਾਲ ਹੈ ਭਰਾਵਾ, ਮੇਰੇ ਮਾਂ ਬਾਪ ਨੇ ਵੀ ਜ਼ਮੀਨ ਵੇਚ ਕੇ ਨੋਟਾਂ ਦੇ ਟੋਕਰੇ ਭਰ ਕੇ ਇਹਨਾਂ ਏਜੰਟਾਂ ਨੂੰ ਦਿੱਤੇ। ਸੋਚਿਆ ਸੀ ਚਾਰ ਗੁਣਾ ਕਰਕੇ ਵਾਪਸ ਲਿਆਵਾਂਗੇ, ਪਰ ਇੱਥੇ ਤਾਂ ਹਿਸਾਬ ਕਿਤਾਬ ਵੀ ਕੁਛ ਹੋਰ ਲੱਗਦਾ ਹੈ। ਜਿੱਤਿਆ ਛੱਡ, ਉਹ ਵਾਹਿਗੁਰੂ ਭਲੀ ਕਰੂਗਾ। ਬੀਜ ਨੇ ਨਾ ਆਪਣੇ ਹੱਥੀਂ ਬਣਾ ਕੇ ਆਪ ਇੰਨੀਆਂ ਭੇਜੀਆਂ, ਕਹਿੰਦੀ ਸੀ ਜੇ ਭੁੱਖ ਲੱਗੀ ਤਾਂ ਖਾ ਲਿਓ, ਆ ਜਾਓ ਰਲ ਮਿਲ ਕੇ ਖਾ ਲੈਂਦੇ ਹਾਂ। ਆ ਜਾ ਤੁਹਾਨੂੰ ਹਲੋ, ਅਲੀ ਜੀ ਆ ਮੇਰੀ ਮਾਂ ਨੇ ਭੇਜੀਆਂ ਪਿੰਨੀਆਂ, ਕਹਿੰਦੀ ਸੀ ਰਲ ਮਿਲ ਕੇ ਖਾ ਲਿਓ ਪੁੱਤ, ਆ ਜਾਓ ਤੁਸੀਂ ਵੀ ਲੈ ਲਓ। ਲਓ ਵੀਰੇ ਸਾਰੇ ਜਾਣੇ ਖਾ ਲਓ। ਮਾਂ ਮਾਂ ਹਿੰਦੁਸਤਾਨੀ ਹੋਵੇ ਜਾਂ ਪਾਕਿਸਤਾਨੀ, ਮਾਂ ਤਾਂ ਮਾਂ ਹੀ ਹੁੰਦੀ ਹੈ। ਇਸ ਘਰ ਦੀਆਂ ਤੀਵੀਆਂ ਦੀ ਜ਼ਿੰਦਗੀ ਤਾਂ ਚੰਦਰੀ ਵਲੈਤ ਨੇ ਗਾਲਤੀ, ਬਲਜੀਤ ਗਿਆ ਉਹ ਨਹੀਂ ਮੁੜਿਆ, ਹੁਣ ਗੈਰੀ ਦੀ ਚਿੰਤਾ। ਕੀ ਦੱਸਾਂ ਭੈਣ ਜੀ, ਸਾਰੀ ਸਾਰੀ ਰਾਤ ਅੱਖਾਂ 'ਚ ਲੰਘਦੀ ਹੈ, ਸ਼ਾਇਦ ਹੁਣੇ ਫੋਨ ਆ ਜਾਏ, ਕੋਈ ਖਬਰ ਆ ਜਾਏ। ਤੂੰ ਇੰਦਰ ਨੂੰ ਕਹਿਣਾ ਸੀ, ਕਿੱਥੋਂ ਪਤਾ ਕਰੇ? ਉਹ ਤਾਂ ਅੱਡ ਚੁੱਪ ਵੱਟੀ ਫਿਰਦਾ ਹੈ, ਗੈਰੀ ਦਾ ਨਾਂ ਸੁਣ ਕੇ ਇੰਨੀ ਰਾਜੀ ਨਾ। ਏਡੀ ਕਿਹੜੀ ਗੱਲ ਹੋ ਗਈ ਹੈ, ਤੂੰ ਮਾੜਾ ਜਿਹਾ ਸਖਤਾਈ ਨਾਲ ਕਹਿ ਉਹਨੂੰ। ਸਿਰ ਦਾ ਸਾਈਂ ਜਾਣ ਤੋਂ ਬਾਅਦ ਤੀਵੀਂ ਜਵਾਨ ਪੁੱਤਾਂ ਅੱਗੇ ਜ਼ੋਰ ਨਾਲ ਬੋਲਣ ਜੋਗੀ ਰਹਿ ਕਿੱਥੇ ਜਾਂਦੀ ਹੈ? ਪੁੱਤ ਲੱਖ ਇੱਜ਼ਤ ਕਰਨ, ਪਰ ਦਿਲ 'ਚ ਇੱਕ ਡਰ ਤਾਂ ਬੈਠ ਹੀ ਜਾਂਦਾ ਹੈ ਨਾ। ਸੱਚ ਕਹਿੰਦੇ ਹੋ ਚਾਚੀ ਜੀ, ਹੌਸਲਾ ਤਾਂ ਸਿਰ ਦੇ ਸਾਈਂ ਨਾਲ ਹੀ ਹੁੰਦਾ ਹੈ। ਚੁੱਪ ਕਰਦੀ ਏ, ਖਬਰਾਂ ਗੈਰੀ ਚੰਗੇ ਲਈ ਗਿਆ ਹੋਵੇ। ਸੁਰਜੀਤ ਕੁਰੇ, ਮੇਰੀ ਪੋਤੀ ਦੇ ਮੂੰਹੋਂ ਨਿਕਲਿਆ ਕਿ ਗੈਰੀ ਚਾਚੂ ਤਾਂ ਮੇਰੇ ਡੈਡੀ ਨੂੰ ਲੈਣ ਗਿਆ। ਕੰਜਕ ਨੂੰ ਕੀ ਪਤਾ ਵਾਹਿਗੁਰੂ ਨੇ ਕਹਾਇਆ ਹੋਣਾ? ਕੁਛ ਨਹੀਂ ਪਤਾ ਭੈਣ ਜੀ, ਉਹਦੇ ਘਰੇ ਕਾਹਦਾ ਘੱਟ ਹੈ। ਟੱਬਰ 'ਚ ਬੈਠੇ ਸੋਹਣੀ ਜ਼ਿੰਦਗੀ ਜਿਉਂ ਰਹੇ ਸੀ, ਹੁਣ ਪਤਾ ਲੱਗਿਆ ਕਿੰਨਾ ਫਰਕ ਹੁੰਦਾ ਜ਼ਿੰਦਗੀ ਜਿਉਂ ਤੇ ਜ਼ਿੰਦਗੀ ਕੱਟਣ 'ਚ। ਇਹ ਦਿਨ ਵੀ ਪਰਮਾਤਮਾ ਨੇ ਸਾਡੇ ਕਰਮਾਂ 'ਚ ਲਿਖੇ ਸੀ, ਘਰੋਂ ਅਸਮਾਨ 'ਤੇ ਉੜਨ ਦੀ ਸੋਚ ਲੈ ਕੇ ਨਿਕਲੇ ਸੀ, ਜ਼ਮੀਨ 'ਤੇ ਡਿੱਗ ਕੇ ਬਹਿ ਗਏ ਹਾਂ। ਯੈਸ ਯੈਸ ਓਕੇ, ਹੋ ਇਜ਼ ਅਲੀ। ਆਈ ਐਮ ਅਲੀ, ਕਮ ਵਿਦ ਮੀ। I said come to hell with me. Come with me. No. Get out with me. I said no. You come with me. No. Come with me. Gary. Je apne naal edda hoyi na,
ਤੇ ਆਪਾਂ ਕਿਸੇ ਇੱਕ ਨੂੰ ਨਹੀਂ ਜਾਣ ਦੇਣਾ। ਸਾਰੇ ਇਕੱਠੇ ਜਾਵਾਂਗੇ। ਉਹ ਯਾਰੀ ਲਾਈ ਹੈ ਤਾਂ ਮਰਦੇ ਦਮ ਤੱਕ ਨਿਭਾਵਾਂਗੇ ਵੀ। ਓਏ ਭਾਈ, ਮਾਫ ਕਰਨਾ ਸਰਦਾਰ ਜੀ, ਮੈਂ ਤੁਹਾਨੂੰ ਪਛਾਣਿਆ ਨਹੀਂ। ਮੈਨੂੰ ਪਤਾ ਸੀ ਪ੍ਰਾਜੀ, ਜ਼ਰਾ ਧਿਆਨ ਨਾਲ ਵੇਖੋ। ਓਏ ਗੁਰਮੁਖ ਸਿਆ, ਰਾਜੀ ਰਾਜੀ, ਆ ਤੇ ਕਮਾਲ ਹੋ ਗਿਆ ਯਾਰ। ਵੇਖ ਲਓ ਵੇਖ ਲਓ, ਪਛਾਣਿਆ, ਉਹ ਸਾਡਾ ਗੁਰਮੁਖ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀਰ ਜੀ। ਤੁਸੀਂ ਤੁਸੀਂ ਬੈਠੋ, ਮੈਂ ਤੁਹਾਡੇ ਲਈ ਦੁੱਧ ਚਾਹ ਭੇਜਦੀ ਆ। ਬੈਠੋ ਤੁਸੀਂ। ਉਹ ਬੈਠ ਯਾਰ, ਬੈਠ ਬੈਠ। ਖੈਰ ਹੋਰ ਸੁਣਾਓ, ਪਰਿਵਾਰ ਦਾ ਕੀ ਹਾਲ ਹੈ? ਕੀ ਦੱਸਾਂ ਭਰਾਵਾ, ਅਸੀਂ ਤੇ ਬਲਜੀਤ ਨੂੰ ਉਡੀਕ ਰਹੇ ਸੀ, ਹੁਣ ਗੈਰੀ ਵੀ ਚਲਾ ਗਿਆ। ਗੈਰੀ ਚਲਾ ਗਿਆ? ਖੈਰ ਠੀਕ ਠਾਕ ਗਿਆ ਹੈ ਨਾ? ਮੇਰਾ ਮਤਲਬ ਹੈ ਕਿ ਦੋਵਾਂ ਭਰਾਵਾਂ ਆਪਸ ਵਿੱਚ। ਉਹ ਇੱਕ ਆਦਾ ਠੀਕ ਠਾਕ, ਇੰਦਰ ਤਾਂ ਜਾਂਦੇ ਹੋਇਆ ਗੈਰੀ ਨੂੰ ਬਾਹਰ ਤੱਕ ਵੀ ਛੱਡਣ ਨਹੀਂ ਆਇਆ। ਗੈਰੀ ਨੂੰ ਗਏ ਹੋਏ ਪੂਰੇ 3 ਮਹੀਨੇ ਹੋ ਗਏ। ਉਹ ਕਿਸ ਹਾਲ 'ਚ ਹੈ ਸਾਨੂੰ ਪਤਾ ਨਹੀਂ, ਹਾਲੇ ਤੱਕ ਉਹਦਾ ਇੱਕ ਫੋਨ ਵੀ ਨਹੀਂ ਆਇਆ। ਓਹੋ, ਰੱਬ ਕਰੇ ਠੀਕ ਠਾਕ ਹੋਏ ਵਿਚਾਰਾ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਇਹਨਾਂ ਨੇ ਸਾਨੂੰ ਇਹਨਾਂ ਬੱਕਰਿਆਂ ਵਾਂਗ ਹੀ ਝਟਕਾਉਣਾ ਸੀ ਤਾਂ ਮੈਂ ਕਦੇ ਵੀ ਇੰਗਲੈਂਡ ਨਾ ਆਉਂਦਾ। ਬਈ ਅਵਤਾਰ, ਹੁਣ ਮੈਨੂੰ ਸਮਝ ਆਈ ਸਾਡੇ ਨਾਲ ਠੱਗੀ ਹੋਈ ਏ, ਠੱਗੀ। ਮੇਰੀ ਤਾਂ ਠੱਡ ਨੇ ਬਸ ਕਰਾਈ ਪਈ ਆ, ਮੇਰੇ ਮੇਰੇ ਦੋਨੇ ਪੈਰ ਸੁੰਨ ਹੋਏ ਪਏ ਨੇ। ਮੈਨੂੰ ਐਂ ਲੱਗਦਾ ਜਿਵੇਂ ਮੇਰੇ ਸਰੀਰ ਨਾਲ ਹੋਣ ਹੀ ਨਾ। ਬੱਚਾ ਤੂੰ ਫੋਨ ਜ਼ਰੂਰ ਕਰ ਦੇ, ਭੁੱਲੀ ਨਾ। ਮੇਰੇ ਵਿਚਾਰ ਨਾਲ ਤੇ ਅੱਜ ਹੀ ਸਾਨੂੰ ਪੁਲਿਸ ਰਿਪੋਰਟ ਕਰ ਦੇਣੀ ਚਾਹੀਦੀ ਹੈ, ਕੀ ਖਿਆਲ ਹੈ? ਰਾਜੀ, ਉਹ ਵੀ ਕਰ ਰਿਹਾ। ਇੰਸਪੈਕਟਰ ਨੇ ਭਰੋਸਾ ਦਿੱਤਾ ਹੈ, ਪਰ ਤੁਹਾਨੂੰ ਤਾਂ ਪਤਾ ਇੱਥੋਂ ਦੀ ਪੁਲਿਸ, ਕੰਮ ਕਰਨ ਦਾ ਉਹਨਾਂ ਦਾ ਆਪਣਾ ਹੀ ਤਰੀਕਾ ਹੈ। ਪਤਾ ਨਹੀਂ ਕਿਸ ਹਾਲ 'ਚ ਹੋਏਗਾ ਮੇਰਾ ਪੁੱਤਰ, ਇਹੋ ਜਿਹੇ ਠੰਡੇ ਮੁਲਕ 'ਚ ਕਿੱਥੇ ਖਾਂਦਾ ਹੋਏਗਾ, ਕਿੱਥੇ ਸੌਂਦਾ ਹੋਏਗਾ। ਵੇਖ, ਫੋਨ ਤਾਂ ਕਰ ਲੈ ਬੱਚਿਆ, ਸਾਡੇ ਕਾਲਜੇ ਨੂੰ ਠੰਡ ਤੋਂ ਭੇਜੋ। ਮੇਰਾ ਗਲਾ ਸੁੱਕੀ ਜਾਂਦਾ, ਨਾਲੇ ਮੇਰਾ ਸਾਹ ਉਖੜੀ ਜਾਂਦਾ, ਮੇਰਾ ਸਾਹ ਉਖੜੀ ਜਾਂਦਾ।
ਓਏ ਪਾਣੀ ਦੇ ਦਿਓ ਓਏ ਓ ਮੈਂ ਤੇ ਕਿੱਥੋਂ ਲਿਆਦਾ ਪਾਣੀ ਹੁਣ ਤੇ ਪਰਮਾਤਮਾ ਅੱਗੇ ਇੱਕੋ ਹੀ ਅਰਦਾਸ ਹੈ ਕਿ ਕਿਸੇ ਤਰ੍ਹਾਂ ਇੱਥੋਂ ਬਚ ਕੇ ਨਿਕਲ ਜਾਈਏ ਮੈਨੂੰ ਬੜੀ ਜ਼ੋਰ ਦੀ ਪਿਸ਼ਾਬ ਆਇਆ ਯਾਰ ਓ ਰੁਕ ਰੱਖ ਮੇਲਾ ਦਾ ਟਰੱਕ ਸਲੋ ਹੋ ਗਿਆ ਓਏ ਓਏ ਰੁਕਣ ਲੱਗਿਆ ਥੱਲੇ ਜਾ ਕੇ ਕਰ ਲਈ ਓਏ ਰੁਕਣ ਨਹੀਂ ਲੱਗਿਆ ਹੌਲੀ ਹੋਇਆ ਓਏ ਅਵਤਾਰ ਓ ਡਾਲਾ ਖੋਲ ਦੇ ਯਾਰ ਡਾਲਾ ਖੋਲ ਦੇ ਯਾਰ ਮੈਂ ਕਿੱਥੋਂ ਖੋਲਦਾ ਡਾਲਾ ਓ ਸਾਲਿਆਂ ਨੇ ਬਾਹਰੋਂ ਬੰਦ ਕੀਤਾ ਹੋਇਆ ਓਏ ਮੈਨੂੰ ਨਹੀਂ ਪਤਾ ਡਾਲਾ ਖੋਲ ਦੋ ਡਾਲਾ ਖੋਲ ਦੋ ਖੋਲ ਦੋ ਮੈਨੂੰ ਹੁਣ ਪਤਾ ਲੱਗਾ ਕਿ ਪਰਵੇਸ਼ ਪਰਵੇਸ਼ ਕਿਉਂ ਕਹਿੰਦਾ ਸੀ ਕਿ ਪਾਣੀ ਘੱਟ ਪੀਓ ਤੇ ਰੋਟੀ ਰੋਟੀ ਨਾ ਖਾਓ ਰੋਟੀ ਨਹੀਂ ਖਾਣੀ ਰੋਟੀ ਨਹੀਂ ਖਾਣੀ ਤਿੰਨ ਦਿਨ ਹੋ ਗਏ ਬਾਈ ਅੰਨ ਦਾ ਇੱਕ ਵੀ ਦਾਣਾ ਮੇਰੇ ਢਿੱਡ 'ਚ ਨਹੀਂ ਗਿਆ ਮੈਨੂੰ ਤਾਂ ਲੱਗਦਾ ਮੈਂ ਭੁੱਖ ਨਾਲ ਹੀ ਮਰ ਜਾਣਾ ਮਾਂ ਜਦੋਂ ਰੋਟੀਆਂ ਚੁੱਪੜ ਚੁੱਪੜ ਕੇ ਦਿੰਦੀ ਸੀ ਤਾਂ ਖਾਣ ਵੇਲੇ ਸੌ ਸੌ ਨਖਰੇ ਕਰਦੇ ਸੀ ਹੁਣ ਪਤਾ ਲੱਗਦਾ ਇਹ ਖਾਣੀ ਸੌਖੀ ਆ ਪਰ ਖਵਾਉਣੀ ਬਹੁਤ ਔਖੀ ਆ ਬਾਈ ਬਹੁਤ ਔਖੀ ਆ ਮੈਨੂੰ ਭੁੱਖ ਲੱਗੀ ਆ ਮੈਨੂੰ ਬਹੁਤ ਭੁੱਖ ਲੱਗੀ ਆ ਮੈਨੂੰ ਭੁੱਖ ਲੱਗੀ ਆ ਬਾਈ ਮੈਨੂੰ ਭੁੱਖ ਲੱਗੀ ਆ ਬਾਈ ਨਾ ਤਾਂ ਨਾ ਨਾ ਤਾਂ ਮੈਨੂੰ ਭੁੱਖ ਲੱਗੀ ਆ ਉਹ ਨਹੀਂ ਰੋਕ ਲੈ ਓਏ ਰੁਕਾ ਲੈ ਦੇ ਆ ਮੈਨੂੰ ਰੁਕਾ ਲੈ ਦੇ ਗੈਰੀ ਗੈਰੀ ਚਿੱਤੇ ਨੂੰ ਕੀ ਹੋ ਗਿਆ ਬਾਈ ਪਹੁੰਚਣ ਵਾਲੇ ਆ ਥੋੜੀ ਦੇਰ ਚ ਪਹੁੰਚ ਗਏ ਬਸ ਪਹੁੰਚਣ ਵਾਲੇ ਮੰਜ਼ਿਲ ਨਜ਼ਰ ਆ ਗਈ ਮੈਨੂੰ ਮੇਰੇ ਮਾਂ ਬਾਪ ਨੂੰ ਕਿਉਂ ਉਹਨਾਂ ਦਾ ਪੁੱਤ ਨਹੀਂ ਓਏ ਗੈਰੀ ਗੈਰੀ ਬਚਾ ਲੈ ਯਾਰ ਜਿੱਤੇ 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 ਓ ਜਿੱਤੇ ਓ ਜਿੱਤੇ ਉਹ ਬੋਲ ਲਾ ਕੇ ਉੱਡ ਜਾ ਰਹਾ ਓ ਜੀ ਤੋੜ ਗਿਆ ਯਾਰ ਓ ਯਾਰ
ਦੇ ਨੇੜੇ ਅੱਜ ਕੁਝ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਸ਼ਕਲਾਂ ਸੂਰਤਾਂ ਤੋਂ ਇਹ ਸਾਰੇ ਇੰਡੀਅਨ ਜਾਂ ਪਾਕਿਸਤਾਨੀ ਲੱਗਦੇ ਹਨ। ਲੰਡਨ ਪੁਲਿਸ ਦੇ ਅਨੁਸਾਰ ਲੱਗਦਾ ਹੈ ਕਿ ਇਹ ਸਾਰੇ ਨੌਜਵਾਨ ਇਲੀਗਲ ਤਰੀਕੇ ਨਾਲ ਬਾਰਡਰ ਪਾਰ ਕਰਦੇ ਹੋਇਆਂ ਜ਼ਿਆਦਾ ਠੰਡ ਨਾਲ ਮਰ ਗਏ। ਯਕੀਨਨ ਉਸ ਡਰਾਈਵਰ ਨੇ ਟੈਂਪਰੇਚਰ ਕੰਟਰੋਲ ਨਹੀਂ ਕੀਤਾ ਹੋਣਾ, ਤਾਂ ਹੀ ਮੁੰਡੇ ਵਿੱਚੇ ਮਰ ਗਏ। ਉਫ, ਇਹ ਮੇਰੇ ਹੱਥੋਂ ਕੀ ਹੋ ਗਿਆ? ਅੱਲਾਹ ਮੇਰੇ ਤੇ ਰਹਿਮ ਕਰ, ਰਹਿਮ ਕਰ। This letter had come with the bodies. Please read it out. ਮੇਰਾ ਨਾਂ ਪਰਵੇਜ਼ ਆਲਮ ਹੈ ਤੇ ਮੈਂ ਪਾਕਿਸਤਾਨੀ ਪੰਜਾਬ ਦਾ ਰਹਿਣ ਵਾਲਾ ਹਾਂ। ਆਪਣੀਆਂ ਜ਼ਾਤੀ ਮਜਬੂਰੀਆਂ ਕਾਰਨ ਲੋਕਾਂ ਨੂੰ ਵਿਦੇਸ਼ ਭੇਜਣ ਦੇ ਧੰਦੇ ਵਿੱਚ ਲੱਗਿਆ ਹੋਇਆ। ਬਾਰਡਰ ਪਾਰ ਕਰਦੇ ਹੋਏ ਅੱਜ ਇਹਨਾਂ ਨੌਜਵਾਨਾਂ ਦੀ ਅੱਖਾਂ ਸਾਹਮਣੇ ਹੋਈ ਮੌਤ ਨੇ ਮੇਰੀ ਰੂਹ ਨੂੰ ਹਲੂੜਿਆ ਹੈ ਤੇ ਮੈਂ ਉਸ ਕੰਮ ਤੋਂ ਤੌਬਾ ਕਰਕੇ ਸਰੈਂਡਰ ਕਰ ਦਿੱਤਾ। ਪਛਤਾਵੇ ਵਿੱਚ ਇਹ ਲਾਸ਼ਾਂ ਇਹਨਾਂ ਦੇ ਘਰ ਵਾਲੇ ਤੱਕ ਪਹੁੰਚਾ ਰਿਹਾ ਤਾਂ ਕਿ ਸਾਰੇ ਆਪਣੇ ਧਰਮ ਮੁਤਾਬਿਕ ਇਹਨਾਂ ਦੇ ਆਖਰੀ ਰਸੂਮਾਤ ਅਦਾ ਕਰ ਸਕੋ। ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੀਆਂ ਸਰਕਾਰਾਂ 'ਤੇ ਜ਼ੋਰ ਪਾਓ ਕਿ ਬਾਹਰਲੀਆਂ ਜੇਲ੍ਹਾਂ ਵਿੱਚ ਸੜ ਰਹੇ ਉਹਨਾਂ ਹਜ਼ਾਰਾਂ ਨੌਜਵਾਨਾਂ ਲਈ ਕੁਛ ਕਰੇ ਜਿਨ੍ਹਾਂ ਦੇ ਵਾਰਸਾਂ ਨੂੰ ਇਹ ਪਤਾ ਨਹੀਂ ਕਿ ਉਹ ਮਰ ਗਏ ਹਨ ਅਤੇ ਜੇ ਜਿਉਂਦੇ ਹਨ ਤਾਂ ਕਿੱਥੇ ਹਨ। ਬਸ ਬਸ ਮੇਰੀ ਭੈਣ, ਬਸ ਮੈਨੂੰ ਲਿਆ ਦਿਓ ਵੇ, ਮੇਰਾ ਕੰਪਿਊਟਰ ਜੇ ਚ ਮੇਰਾ ਜੀਤਾ ਦਿਸ ਜਾਵੇ। ਮੇਰੀ ਆਬਜ਼ਰਵੇਸ਼ਨ ਠੀਕ ਸੀ, ਤੂੰ ਚੰਗੇ ਕਰਦਾ ਮੁੰਡਾ, ਪਰ ਤੂੰ ਇੱਦਾਂ ਇੱਥੇ? ਵਕੀਲ ਸਾਹਿਬ, ਤੁਸੀਂ ਵੀ ਆਪਣਾ ਮੁਲਕ ਛੱਡ ਕੇ ਇੱਥੇ ਬੈਠੇ ਹੋ। ਇਹ ਤਾਂ ਬੇਵਕੂਫੀ ਆ, ਸਰਾਸਰ ਪਾਗਲਪਨ, ਭੇਡ ਚਾਲ ਆ। ਜਿਹੜੇ ਲੋਕ ਇੱਥੋਂ ਜਾ ਕੇ ਸਾਡੇ ਵਰਗ ਨੂੰ ਵੱਡੇ ਵੱਡੇ ਸੁਪਨੇ ਦਿਖਾਉਂਦੇ ਆ, ਕਾਫੀ ਹੱਦ ਤੱਕ ਉਹਨਾਂ ਦਾ ਵੀ ਕਸੂਰ ਆ। ਓਕੇ ਓਕੇ, ਅੱਜ ਦਾ ਟਾਈਮ ਖਤਮ ਆ, ਪਰ ਤੂੰ ਲੱਕੀ ਆ ਕਿ ਕੱਲ੍ਹ ਨੂੰ ਸੰਡੇ ਆ। ਜੇ ਤੂੰ ਚਾਹੁੰਦਾ ਆ ਮੈਂ ਤੈਨੂੰ ਕੱਲ੍ਹ ਨੂੰ ਆ ਕੇ ਮਿਲ ਸਕਦਾ, ਕਿਉਂਕਿ ਪਰਸੋਂ ਤੇਰੀ ਕੋਰਟ 'ਚ ਪੇਸ਼ ਹੀ ਆ। ਅੱਛਾ ਚੱਲਦਾ। ਯੈਸ ਵਕੀਲ ਸਾਹਿਬ, ਤੁਸੀਂ ਆ ਹੀ ਜਾਣਾ ਪਲੀਜ਼। ਪਰ ਇੱਕ ਚੀਜ਼ ਦਾ ਖਿਆਲ ਰੱਖੀਂ, ਸਾਨੂੰ ਇੱਥੇ ਇੱਕ ਲੋਕਲ ਬੰਦੇ ਦੀ ਲੋੜ ਹੈ ਜੋ ਕਿ ਤੇਰੀ ਜ਼ਮਾਨਤ ਭਰ ਸਕੇ, ਨਹੀਂ ਤਾਂ ਇਹਨਾਂ ਨੇ ਫਿਰ ਤੈਨੂੰ ਜੇਲ੍ਹ ਭੇਜ ਦੇਣਾ। ਚੰਗਾ, ਕੱਲ੍ਹ ਨੂੰ ਮਿਲਦੇ ਹਾਂ। ਲੋਕਲ ਬੰਦਾ? ਨਹੀਂ, ਮੈਂ ਕਿਸੇ ਨੂੰ ਧੋਖੇ ਨਾਲ ਨਹੀਂ ਫਸਾ ਸਕਦਾ। ਲੈ ਬੇ ਪੁੱਤਰਾ, ਆ ਗਿਆ ਆਪਣਾ ਸੌਥਾਲ, ਤੂੰ ਉੱਤਰ ਥੱਲੇ ਅਤੇ ਫੱਕਰ ਅੱਗੇ ਚੱਲੇ। ਬਹੁਤ ਬਹੁਤ ਧੰਨਵਾਦ ਸਰਦਾਰ ਜੀ, ਬਹੁਤ ਤੁਹਾਡੀ ਮਿਹਰਬਾਨੀ ਜੀ। ਸਾਹਮਣੇ ਗੁਰਦੁਆਰਾ ਜਾ ਕੇ ਮੱਥਾ ਟੇਕ, ਲੰਗਰ ਪਾਣੀ ਛਕ। ਚੰਗਾ ਫਿਰ, ਰੱਬ ਰਾਖਾ। Hey you! You don't know how to cross the road? Are you blind? Are you deaf? You have anything to say? You know, you're not only blind and deaf, you're dumb too. Get lost now, idiot. Madam,
ਨਾ ਮੈਂ ਗੁੰਗਾ, ਨਾ ਮੈਂ ਬੋਲਾਂ, ਨਾ ਮੈਂ ਅੰਨਾ। ਓ ਪੰਜਾਬੀ? ਵਾਹ। ਹਾਂਜੀ ਹਾਂਜੀ ਪੰਜਾਬੀ ਹਾਂ ਜੀ। ਇੰਗਲਿਸ਼ ਤਾਂ ਬੋਲਣੀ ਆਉਂਦੀ ਨਹੀਂ? ਇੰਨੀ ਅੰਗਰੇਜ਼ੀ ਨਹੀਂ ਆਉਂਦੀ, ਪੰਜਾਬੀ ਆਉਂਦੀ ਆ। ਬਸ ਮੂੰਹ ਚੁੱਕੇ ਲੰਦਨ ਨੂੰ ਤੁਰਨਾ ਆਉਂਦਾ ਹੈ। ਬਲੱਡੀ ਫਰੈਸ਼ੀ। ਗੈਟ ਲੋਸਟ, ਰੋਡ ਤੋਂ ਸਾਈਡ ਤੇ ਹਟ ਜਾਓ। ਹਾਂਜੀ ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਬਲੱਡੀ ਫਰੈਸ਼ੀ। ਬਾਬਾ ਜੀ ਹੋਰ ਦੇ ਦਿਓ। ਕਾਕਾ ਜੀ ਗੁਰੂ ਕਾ ਲੰਗਰ ਹੈ, ਅਤੁੱਟ ਵਰਤ ਰਿਹਾ, ਜਿੰਨਾ ਮਰਜ਼ੀ ਛੱਕ ਲਿਓ। ਪ੍ਰਸ਼ਾਦਾ ਦੇਵੀ। ਦੀਪਿਆ ਮੁੰਡਾ ਦੇਖਦਾ? ਕਿਹੜਾ ਜੀ? ਉਹ ਲਾਲ ਟੀ ਸ਼ਰਟ ਵਾਲਾ? ਹਾਂ, ਉਹਨੂੰ ਕਹਿ ਮੈਨੂੰ ਮਿਲ ਕੇ ਜਾਵੇ। ਅੱਛਾ ਜੀ। ਹਾਂਜੀ, ਦਿਲ ਖੋਲ੍ਹ ਕੇ ਲੰਗਰ ਛਕ ਲੈ ਬਾਈ, ਪਰ ਜਾਣ ਲੱਗਿਆ ਸਾਨੂੰ ਮਿਲ ਕੇ ਜਾਈ। ਜੀ ਰੋਟੀ ਨਹੀਂ ਖਾਣੀ, ਰੋਟੀ ਨਹੀਂ ਖਾਣੀ, ਤਿੰਨ ਦਿਨ ਹੋ ਗਏ ਬਾਈ, ਅੰਨ ਦਾ ਇੱਕ ਵੀ ਦਾਣਾ ਮੇਰੇ ਢਿੱਡ 'ਚ ਨਹੀਂ ਗਿਆ। ਮੈਨੂੰ ਤਾਂ ਲੱਗਦਾ ਮੈਂ ਭੁੱਖ ਨਾਲ ਹੀ ਮਰ ਜਾਣਾ। ਬਾਜੀ ਇਹ ਸੀ ਮੇਰੀ ਕਹਾਣੀ, ਪੰਜਾਬੋਂ ਕਦੋਂ ਚੱਲਿਆ ਸੀ ਇਹ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ। ਜਿਹੜੇ ਹਾਲਾਤਾਂ 'ਚ ਇੱਥੇ ਪਹੁੰਚੇ ਉਹ ਤੁਹਾਨੂੰ ਮੈਂ ਦੱਸ ਚੁੱਕਿਆ। ਸ਼ੁਕਰ ਆ ਉਸ ਵਾਹਿਗੁਰੂ ਦਾ ਕਿ ਮੈਂ ਜਿਉਂਦਾ ਪਹੁੰਚ ਗਿਆ। ਇੱਥੇ ਤਾਂ ਪਹੁੰਚ ਗਿਆ, ਪਰ ਹੁਣ ਜਾਏਗਾ ਕਿੱਥੇ? ਇੱਥੇ ਕੋਈ ਵਾਕਫ, ਕੋਈ ਰਿਸ਼ਤੇਦਾਰ ਹੈ? ਪਤਾ ਟਿਕਾਣਾ ਹੈ ਕੋਈ ਤਾਂ ਕਹਿ ਸਕਦਾ, ਜੇ ਹੈ ਨਹੀਂ ਫਿਰ ਤਾਂ ਸਾਡੇ ਡੇਰੇ ਰਹਿ ਸਕਦਾ। ਕਿਉਂ ਚਾਚਾ ਜੀ? ਬਿਲਕੁਲ ਪੁੱਤਰਾ, ਤੁਸੀਂ ਤਾਂ ਰੱਬ ਬਣ ਕੇ ਬੋੜੇ ਜੀ ਮੇਰੇ 'ਤੇ। ਜੇ ਇੱਥੇ ਮੇਰਾ ਕੋਈ ਰਿਸ਼ਤੇਦਾਰ ਭੈਣ ਭਾਈ ਹੁੰਦਾ ਤਾਂ ਇਹਨਾਂ ਕੱਪੜਿਆਂ 'ਚ ਮੈਂ ਗੁਰੂ ਘਰ ਆਉਂਦਾ? ਤੁਹਾਡਾ ਅਹਿਸਾਨ, ਤੁਹਾਡਾ ਅਹਿਸਾਨ ਮੈਂ ਕਦੇ ਨਹੀਂ ਭੁਲਾ ਸਕਦਾ, ਕਦੇ ਨਹੀਂ ਚੁਕਾ ਸਕਦਾ, ਕਦੇ ਨਹੀਂ ਚੁਕਾ ਸਕਦਾ। ਅਹਿਸਾਨ ਕਾਹਦਾ ਪੁੱਤਰਾ, ਮੈਂ ਕੌਣ ਹੁੰਦਾ ਕੁਝ ਕਰਨ ਵਾਲਾ? ਇਹ ਤਾਂ ਪਰਮਾਤਮਾ ਹੈ ਜਿਹੜਾ ਸੇਵਾ ਲਾਉਂਦਾ, ਨਿਭਾਉਣ ਦੀ ਸਮਰੱਥਾ ਵੀ ਆਪ ਬਖਸ਼ਦਾ। ਚਲੋ ਆਓ ਬੈਠੋ। ਹੌਸਲਾ ਰੱਖ ਵੀਰ, ਹੌਸਲਾ। ਆ ਗਏ ਚਾਚਾ ਜੀ? ਅੱਜ ਗੁਰਦੁਆਰੇ ਕੋਈ ਜ਼ਿਆਦਾ ਹੀ ਟਾਈਮ ਲੱਗ ਗਿਆ। ਹਾਂ ਯਾਰ, ਥੋੜ੍ਹਾ ਟਾਈਮ ਲੱਗ ਹੀ ਗਿਆ। ਇਹ ਹੈ ਤੁਹਾਡਾ ਨਵਾਂ ਭਰਾ ਗੈਰੀ, ਅੱਜ ਹੀ ਲੰਡਨ ਆਇਆ। ਗੈਰੀ, ਇਹ ਹੈ ਤੇਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਬਈ? ਜੱਸੀ, ਪੰਮਾ ਅਤੇ ਸ਼ੇਰਾ, ਦੀਪੇ ਨੂੰ ਤਾਂ ਤੂੰ ਮਿਲ ਹੀ ਚੁੱਕਾ ਹੈ, ਬਾਕੀ ਜਾਣ ਪਛਾਣ ਤੁਸੀਂ ਇਕੱਠੇ ਰਹੋਗੇ, ਆਪੇ ਹੋਜੂ। ਲੈ ਵੀ ਗੈਰੀ, ਇਹ ਹੈ ਆਪਣਾ ਗਰੀਬਖਾਨਾ, ਇਹ ਆਪਣਾ ਕਮਰਾ ਅਤੇ ਅਟੈਚ ਗੁਸਲਖਾਨਾ। ਹੁਣ ਤੁਸੀਂ ਐਂਟਰੋ ਕਰੋ, ਮੈਂ ਵਧੀਆ ਜੀ ਘੈਂਟ ਜੀ ਚਾਹ ਬਣਾਉਣਾ ਹੈ। ਜਲਦੀ ਲੈ ਕੇ ਆਈ ਓਏ। ਬੈਠ ਯਾਰ। ਉਹ ਵੀਰ ਕਿੱਥੇ ਹੈ? ਉਹਨੂੰ ਤਾਂ ਸਮਾਨ ਲਿਆਉਣ ਨੂੰ ਕਿਹਾ ਸੀ। ਮੰਗਾ ਲਿਆ ਸਮਾਨ ਚਾਚਾ ਜੀ, ਤੁਸੀਂ ਕੋਈ ਕੰਮ ਕਹੋ ਤੇ ਮੈਂ ਨਾ ਕਰਾਂ, ਇਹ ਹੋਇਆ ਕਦੇ? ਨਾਲੇ ਆਪਾਂ ਤਾਂ ਚਿੜੀਆਂ ਦਾ ਦੁੱਧ ਹਾਜ਼ਰ ਕਰ ਦਈਏ, ਇਹ ਤਾਂ ਫੇਰ ਸਾਲਾ ਚਿਕਨ ਹੈ। ਇਹ ਗੈਰੀ ਹੈ ਨਾ ਜਿਹਦੇ ਬਾਰੇ ਤੁਸੀਂ ਫੋਨ ਤੇ ਦੱਸਿਆ ਸੀ? ਹਾਂ ਹਾਂ, ਉਹੀ ਹੈ ਤੇਰਾ ਵੀਰ। ਕਿੱਦਾਂ ਬਾਈ ਜੀ? ਉਹ ਦੀਪੇ ਆ ਜਾ ਇੱਧਰ, ਰਹਿਣ ਦੇ ਚਾਚੂ, ਅੱਜ ਤਾਂ ਕੋਈ ਜਸ਼ਨ ਦੀ ਤਿਆਰੀ ਲੱਗਦੀ ਆ। ਉਹ ਦੀਪੇ,
ਤੂੰ ਵੀ ਇੱਕ ਗਲਾਸੀ ਲਾ ਹੀ ਲੈ ਅੱਜ ਆਪਣੇ ਨਵੇਂ ਭਰਾ ਦੇ ਆਉਣ ਦੀ ਖੁਸ਼ੀ 'ਚ। ਓਏ ਨਹੀਂ ਯਾਰ, ਆਪਾਂ ਰਾਤ ਨੂੰ ਜੌਬ 'ਤੇ ਵੀ ਜਾਣਾ ਹੁੰਦਾ, ਨਾਲੇ ਆਪਾਂ ਤਾਂ ਚਾਰ ਭਰਾਵਾਂ 'ਚ ਬਹਿ ਗਏ ਨਾ, ਉਂਝ ਹੀ ਨਸ਼ਾ ਰਹਿੰਦਾ। ਜਿਵੇਂ ਬਾਬੇ ਗੁਰਦਾਸ ਨੇ ਕਿਹਾ ਕਿ ਬਾਬੇ ਨਾਨਕ ਵਾਲੀ ਮਸਤੀ ਪੀ ਸੱਜਣਾ, ਛੱਡ ਵਲੈਤੀ ਰੀਸ ਕਰੂਗੀ ਕੀ ਸੱਜਣਾ। ਲਓ ਵੀ ਮੁੰਡਿਓ, ਤੁਸੀਂ ਖਾਓ ਪੀਓ। ਸ਼ੇਰੇ, ਕੱਲ੍ਹ ਨੂੰ ਗੈਰੀ ਨੂੰ ਲੈ ਕੇ ਤੂੰ ਸਟੋਰ ਪਹੁੰਚੀ, ਮੈਂ ਸੁਪਰਵਾਈਜ਼ਰ ਨਾਲ ਜੌਬ ਦੀ ਗੱਲ ਕਰਕੇ ਰੱਖੂਗਾ। ਜੀ ਤੇਰੀ ਚੜ੍ਹਾਈ ਆ ਮਿੱਤਰਾ, ਆਉਂਦਿਆਂ ਨੂੰ ਜੌਬਾਂ ਹੈ ਬਈ, ਰਹਿਣ ਨੂੰ ਥਾਂ ਤੇ ਜੌਬ, ਦੋ ਹੀ ਫੰਡੇ ਭਾਰੀ, ਜਿਹਨੂੰ ਦੋਵੇਂ ਮਿਲ ਗਏ ਉਹੀ ਮਾਰ। ਗੈਰੀ, ਤੂੰ ਕਿਹੜੀਆਂ ਸੋਚਾਂ 'ਚ ਬੈਠਾ? ਨਹੀਂ ਜੀ, ਮੈਂ ਤਾਂ ਐਂ ਸੋਚਦਾ ਸੀ ਜੀ ਵੀ ਆਹ ਫਰੈਸ਼ੀ ਕਿਹਨੂੰ ਕਹਿੰਦੇ ਆ। ਉਹ ਪੁੱਤਰਾ, ਜਿਹੜੇ ਤਰੀਕੇ ਨਾਲ ਤੂੰ ਇੰਗਲੈਂਡ ਵੜਿਆ, ਇੱਥੋਂ ਦੇ ਲੋਕੀ ਉਹਨੂੰ ਫਰੈਸ਼ੀ ਕਹਿੰਦੇ ਆ। ਅੱਛਾ ਅੱਛਾ, ਨਵਾਂ ਆਇਆ ਨਾ ਪੰਜਾਬ ਤੋਂ? ਹਾਂਜੀ ਹਾਂਜੀ। ਤੇ ਜਦੋਂ ਸਾਡੇ ਵਾਂਗੂ ਫਿਰ ਤੂੰ ਪੁਰਾਣਾ ਹੋ ਗਿਆ, ਫਿਰ ਤੈਨੂੰ ਲੋਕੀ ਕਹਿਣਗੇ ਫੌਜੀ। ਉਹ ਜੱਸਿਆ, ਤੂੰ ਕਿੱਥੇ ਸੀ? ਗੈਰੀ, ਇਹ ਜੱਸਾ ਬਹੁਤ ਵਧੀਆ ਕਲਾਕਾਰ ਹੈ। ਹੋਰ ਕੀ ਹਾਲ ਹੈ ਤੇਰਾ? ਉਹ ਕੀ ਦੱਸਾਂ ਚਾਚਾ ਜੀ, ਆਹ ਇੰਡੀਆ ਤੋਂ ਵਗਾਰਾ ਨੇ ਮਾਰ ਲਿਆ। ਤੇ ਇੰਡੀਆ ਤੋਂ ਫੋਨ ਆਉਂਦੇ ਸਾਰ ਹੀ ਇਹਦੇ ਤੁੰਬੇ ਦੀ ਤਾਰ ਟੁੱਟ ਜਾਂਦੀ ਹੈ। ਬਈ, ਮੈਂ ਤਾਂ ਤੇਰੇ ਗਾਣਿਆਂ ਤੋਂ ਬਹੁਤ ਇੰਸਪਾਇਰ ਹੁੰਦਾ। ਇੱਥੇ ਸਭ ਠੀਕ ਹੋ ਜੂ, ਫਿਕਰ ਨਾ ਕਰਿਆ ਕਰ। ਦਿਖਾ ਅੱਜ ਗੈਰੀ ਨੂੰ ਵੀ ਤੁੰਬਾ ਕਿੱਦਾਂ ਵੱਜਦਾ। ਨਹੀਂ ਵੱਜਦਾ ਨਹੀਂ ਵੱਜਦਾ ਓਏ ਤੁੰਬਾ ਤਾਰ ਬਿਨਾ, ਨਹੀਂ ਲੱਗਦਾ ਨਹੀਂ ਲੱਗਦਾ ਦਿਲ ਦਿਲਦਾਰ ਬਿਨਾ। ਨਹੀਂ ਵੱਜਦਾ ਤੂੰਬਾ ਤਾਰ ਬਿਨਾ, ਨਹੀਂ ਲੱਗਦਾ ਨਹੀਂ ਲੱਗਦਾ ਦਿਲ ਦਿਲਦਾਰ ਬਿਨਾ, ਨਹੀਂ ਲੱਗਦਾ ਨਹੀਂ ਲੱਗਦਾ ਦਿਲ ਦਿਲਦਾਰ ਬਿਨਾ। ਹੋ ਨਹੀਂ ਵੱਜਦਾ ਨਹੀਂ ਵੱਜਦਾ ਤੂੰਬਾ ਤਾਰ ਬਿਨਾ, ਨਹੀਂ ਲੱਗਦਾ ਨਹੀਂ ਲੱਗਦਾ ਦਿਲ ਦਿਲਦਾਰ ਬਿਨਾ। ਹੱਸ ਚੱਲਾਂਗੇ ਸਰਫੇ ਕਰ ਕਰ ਪਿੰਡ ਨੂੰ ਪੈਸੇ ਖੱਲਾਂਗੇ। ਟੌਰ ਨੀ ਬਣਨੀ ਪਿੰਡ ਵਿੱਚ ਕੋਠੀ ਕਾਰ ਬਿਨਾ, ਨਹੀਂ ਵੱਜਦਾ ਨਹੀਂ ਵੱਜਦਾ ਤੂੰ ਮਾਤਾਰ ਬਿਨਾ, ਨਹੀਂ ਲੱਗਦਾ ਨਹੀਂ ਲੱਗਦਾ ਦਿਲ ਦਿਲਦਾਰ ਬਿਨਾ। ਰੋਟੀ ਦੀ ਥਾਂ ਪੀਜ਼ਾ ਬਰਗਰ ਖਾ ਲਈਦਾ, ਗੋਰੀਆਂ ਮੇਮਾਂ ਵੇਖ ਕੇ ਜੀਵਰ ਚਾ ਲਈਦਾ। ਰੋਟੀ ਦੀ ਥਾਂ ਪੀਜ਼ਾ ਬਰਗਰ ਖਾ ਲਈਦਾ, ਗੋਰੀਆਂ ਮੇਮਾਂ ਵੇਖ ਕੇ ਜੀਵਰ ਚਾ ਲਈਦਾ। ਹੱਥ ਸਾੜਨੇ ਪੈਂਦੇ ਕਰਦੀ ਤਾਰ ਬਿਨਾ, ਨਹੀਂ ਵੱਜਦਾ ਨਹੀਂ ਵੱਜਦਾ ਓਏ ਤੂੰ ਆ ਤਾਰ ਬਿਨਾ, ਨਹੀਂ ਲੱਗਦਾ ਨਹੀਂ ਲੱਗਦਾ ਦਿਲ ਦਿਲਦਾਰ ਬਿਨਾ। Need help? Yeah, no, I'll manage. Let me help you. Oh,
ਤੁਹਾਡੇ ਪੈਰ 'ਚ ਮੋਚਾ ਹੀ ਲੱਗਦੀ ਆ ਮੈਡਮ। What did go to do with you? ਉਹ ਮੈਂ ਤਾਂ ਤੁਹਾਨੂੰ I can take care of myself. ਉਹ ਮੈਂ ਤਾਂ ਹੈਲਪ ਕਰ ਰਿਹਾ ਸੀ। Listen, who are you? Are you a doctor? I am Freshy. Oh ji. Oh my god. You? ਮੈਨੂੰ ਲੱਗਦਾ ਜੇ ਤੁਸੀਂ ਤੁਰ ਸਕੋਗੇ। ਆਖੋ ਤਾਂ ਛੱਡ ਆਵਾਂ ਜੀ। No. I think I'll manage. Okay. I'll manage. Out. Yeah, yeah, yeah. ਹੌਲੀ ਹੌਲੀ। ਉੱਤੇ ਆਣਾ ਜਾਓ ਜੀ। ਓਕੇ। ਓ ਓ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਤੁਹਾਡੀ ਗੱਡੀ ਕਿੱਥੇ ਆ? ਪੰਜਾਬ ਤੋਂ ਨਵੇਂ ਨਵੇਂ ਆਏ ਲੋਕ ਨਾ ਬਹੁਤ ਹੀ ਚੰਗੇ ਹੁੰਦੇ ਆ। ਥੋੜ੍ਹੀ ਦੇਰ ਇੱਥੇ ਰਹਿ ਲੈਂਦੇ ਆ ਨਾ, ਇੱਥੋਂ ਦੇ ਲੋਕਾਂ ਵਾਂਗ ਹੀ ਹੋ ਜਾਂਦੇ ਆ। ਮਕੈਨੀਕਲ, ਪੱਥਰ ਦਿਲ। ਪੱਥਰ ਦਿਲ? ਨਹੀਂ ਨਹੀਂ, ਇੱਦਾਂ ਨਹੀਂ ਹੈ। ਕਈ ਵਾਰੀ ਹਾਲਾਤ ਹੀ ਇੱਦਾਂ ਦੇ ਹੋ ਜਾਂਦੇ ਨੇ, ਇਨਸਾਨ ਮਜਬੂਰ ਹੋ ਜਾਂਦਾ ਡੋਲੀ ਜੀ। ਵਰਨਾ ਬੰਦੇ ਦੇ ਸੰਸਕਾਰ ਤਾਂ ਇੰਨੇ ਮਜ਼ਬੂਤ ਹੁੰਦੇ ਨੇ, ਸਾਰੀ ਜ਼ਿੰਦਗੀ ਨਹੀਂ ਬਦਲਦੇ। ਮਜ਼ਬੂਤ ਤਾਂ ਪੱਟੀ ਵੀ ਬਹੁਤ ਬੰਨੀ ਹੈ, ਮੈਂ ਤਾਂ ਖੁੱਲ੍ਹਣੀ ਨਹੀਂ। ਚਲੋ ਮੈਂ ਹੀ ਬੰਨੀ ਹਾਂ ਅਤੇ ਮੈਂ ਹੀ ਖੁੱਲ੍ਹ ਕੇ ਜਾਊਂ। ਓਕੇ। ਡੋਲੀ ਜੀ ਇੱਕ ਗੱਲ ਪੁੱਛਾਂ, ਇਹ ਫੋਟੋ ਕਿਹਦੀ ਆ? ਮਾਸਟਰ ਜੀ, ਸਰਦਾਰ ਗੁਰਮੁਖ ਸਿੰਘ ਜੀ। ਕਿੱਥੋਂ ਨੇ? ਪੰਜਾਬ। ਕਿਉਂ, ਤੁਸੀਂ ਜਾਣਦੇ ਹੋ ਇਹਨਾਂ ਨੂੰ? ਹਾਂ। ਨਹੀਂ ਨਹੀਂ ਨਹੀਂ, ਮੈਨੂੰ ਤਾਂ ਇੱਦਾਂ ਲੱਗਿਆ ਜਿਵੇਂ ਆਪਣੇ ਹੁੰਦੇ ਆ ਕੋਈ। ਡੋਲੀ ਜੀ ਆਪਣਾ ਧਿਆਨ ਰੱਖਣਾ, ਟੇਕ ਕੇਅਰ। ਹੁੰਦੇ ਸ਼ੇਰ ਸੀ ਦੇਸ਼ ਪੰਜਾਬ ਅੰਦਰ, ਯੂਕੇ ਆਣ ਕੇ ਅਸੀਂ ਆਲ ਰੈਟ ਹੋ ਗਏ। ਬੈਠ ਬੁੱਟ ਤੇ ਚੰਡੀਗੜ੍ਹ ਬੁੱਕਦੇ ਸੀ, ਹੁਣ ਮਿੱਤਰੋ ਸ਼ੇਰਾਂ ਤੋਂ ਕੈਟ ਹੋ ਗਏ। ਉਹ ਜਾਣਾ ਕਾਲਜ ਤੇ ਕਰਨੀ ਐਸ਼ਪੁਰੀ, ਸੁਖਨਾ ਝੀਲ ਤੇ ਮੌਜਾਂ ਮਾਣੀਆਂ ਸੀ। ਉਹ ਡਾਰਲਿੰਗ ਕਹਿ ਕੇ ਨੇੜੇ ਹੋ ਹੋ ਬਹਿੰਦੀਆਂ ਸੀ, ਨਾਲ ਪੜ੍ਹਦੀਆਂ ਹੀਰਾ ਰਾਣੀਆਂ ਸੀ। ਵਾਹ, ਲਓ ਵੀ ਮਿੱਤਰੋ ਬੀਅਰ ਸ਼ੀਅਰ, ਬਾਕੀ ਗੱਲਾਂ ਫੇਰ। ਖਾ ਪੀ ਕੇ ਆਪਾਂ ਹੋਈਏ ਵਿਹਲੇ, ਕੰਮ ਪਏ ਨੇ ਢੇਰ। ਉਹ ਸੱਚ ਮੈਨੂੰ ਕੰਮ ਤੋਂ ਯਾਦ ਆਇਆ ਯਾਰ, ਤੂੰ ਕੁੜੀ ਨੂੰ ਛੱਡਣ ਗਿਆ ਸੀ, ਫਿਰ ਕੰਮ ਤੇ ਵਾਪਸ ਪਹੁੰਚੇ ਹੀ ਨਹੀਂ। ਕੁਛ ਸੀਰੀਅਸ ਤਾਂ ਨਹੀਂ ਸੀ? ਚਾਚਾ ਜੀ ਨਹੀਂ, ਕੋਈ ਖਾਸ ਗੱਲ ਨਹੀਂ। ਟੌਲੀ ਤਿਲ ਕੇ ਡਿੱਗ ਪਈ ਵਿਚਾਰੀ ਦੇ ਮੋਚ ਆ ਗਈ, ਮੈਂ ਘਰ ਛੱਡਣ ਚਲਾ ਗਿਆ। ਬਸ ਇਸੇ ਗੱਲ ਨੂੰ ਉਹਦੇ ਨਾਲ ਥੋੜ੍ਹੀ ਜਿਹੀ ਸਾਂਝ ਹੋ ਗਈ। ਸਹੀ ਕਹਿੰਦਾ ਹੈ ਪੁੱਤਰ, ਨਾ ਰਿਸ਼ਤੇ ਬਣਦਿਆਂ ਨੂੰ ਸਮਾਂ ਲੱਗਦਾ ਅਤੇ ਨਾ ਟੁੱਟਦਿਆਂ ਨੂੰ। ਕੀ ਗੱਲ ਹੋ ਗਈ ਭਾਈ, ਫੋਨ ਕਿਉਂ ਕੱਟਤਾ? ਸਵੇਰ ਦੇ 10 ਫੋਨ ਆ ਗਏ, ਤੂੰ ਫੋਨ ਨਹੀਂ ਚੱਕਦਾ? ਉਹ ਕੀ ਚੁੱਕਾ ਫੋਨ ਯਾਰ, ਕੀ ਦੱਸਾਂ। 2 ਸਾਲ ਹੋ ਗਏ ਮੈਨੂੰ ਇੱਥੇ ਆਏ ਨੂੰ, ਅਤੇ 2 ਸਾਲਾਂ ਵਿੱਚ ਮੈਂ ਆਪਣੀ ਮਾਂ ਦੇ ਨਾਲ ਗੱਲ ਵੀ ਨਹੀਂ ਕਰ ਸਕਿਆ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਮੈਂ ਕਿੱਥੇ ਹਾਂ, ਅਤੇ ਹੁਣ ਘਰੋਂ ਫੋਨ ਆਇਆ ਕਿ ਮੇਰੇ ਘਰਦਿਆਂ ਨੇ ਤਾਂ ਮੇਰਾ ਭੋਗ ਵੀ ਪਵਾ ਦਿੱਤਾ। ਅਖੇ 2 ਸਾਲ ਹੋ ਗਏ ਉਹਨੂੰ, ਮਰ ਗਿਆ ਹੋਣਾ ਹੁਣ ਤਾਂ। ਉਹ ਜੱਸਿਆ ਪੁੱਤਰਾ, ਦਿਲ ਛੋਟਾ ਨਾ ਕਰ, ਉਸ ਪਰਮਾਤਮਾ 'ਤੇ ਭਰੋਸਾ ਰੱਖ ਪੁੱਤਰ। ਕਮ ਇਨ ਗੈਰੀ। ਹਾਂਜੀ ਮੈਡਮ, ਮੈਂ। ਕਮ ਸਿਟ। ਕਿਵੇਂ ਡੋਲੀ ਜੀ, ਠੀਕ ਹੋ ਜੀ ਹੁਣ? ਮੈਂ ਤਾਂ ਬਿਲਕੁਲ ਠੀਕ ਹਾਂ, ਬਟ ਪਲੀਜ਼ ਮੇਰਾ ਨਾਮ ਨਾ ਵਿਗਾੜੋ। ਮੈਂ ਸਮਝਾ ਨਹੀਂ। ਮੇਰਾ ਨਾਮ ਡੋਲੀ ਹੈ, ਡੋਲੀ ਜੀ ਨਹੀਂ। ਅੱਛਾ ਬਾਬੇ, ਉਹ ਅੱਗੇ ਤੋਂ ਧਿਆਨ ਰੱਖਾਂਗੇ। ਬਾਕੀ ਹੁਣ ਬਿਲਕੁਲ ਠੀਕ ਲੱਗ ਰਹੇ ਹੋ, ਜੇ ਕਹੂੰ ਤਾਂ ਮੈਂ ਤੁਹਾਡੀ ਪੱਟੀ ਨਾ ਖੋਲ੍ਹ ਦਿਆਂ। ਪੱਟੀ ਵੀ ਖੋਲ੍ਹਿਓ, ਪਰ ਮੈਨੂੰ ਪਹਿਲਾਂ ਇਹ ਦੱਸੋ ਕਿ ਤੁਸੀਂ ਖਾਓਗੇ ਪੀਓਗੇ ਕੀ।
ਮੈਂ ਉਸ ਦਿਨ ਕਾਹਲੀ ਕਾਹਲੀ ਤੁਹਾਨੂੰ ਕੁਛ ਪੁੱਛਣਾ ਹੀ ਭੁੱਲ ਗਈ। ਆਈ ਐਮ ਰੀਅਲੀ ਵੈਰੀ ਸੌਰੀ। ਨਹੀਂ ਨਹੀਂ, ਸੌਰੀ ਵਾਲੀ ਇਹਦੀ ਕਿਹੜੀ ਗੱਲ ਆ? ਬਾਕੀ ਮੈਂ ਖਾਣਾ ਪੀਣਾ ਕੁਝ ਨਹੀਂ। ਫੀਸ ਸਮਝ ਕੇ ਖਾ ਲਓ ਪਲੀਜ਼। ਫੀਸ ਤਾਂ ਮੈਂ ਕਦੋਂ ਦਾ ਲੈ ਚੁੱਕਿਆ। ਫੀਸ ਮਿਲ ਚੁੱਕੀ ਹੈ? ਕਿਵੇਂ? ਤੁਹਾਡੀ ਦੋਸਤੀ ਦੇ ਰੂਪ 'ਚ, ਸਮਝੇ ਨਹੀਂ? ਉਹ ਇੰਨਾ ਪਿਆਰਾ ਮੈਨੂੰ ਦੋਸਤ ਜੋ ਮਿਲ ਗਿਆ। ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਿ ਸਾਡੀ ਦੋਵਾਂ ਦੀ ਦੋਸਤੀ ਕਦੋਂ ਹੋ ਗਈ। ਆਈ ਮੀਨ ਆਪਣੇ ਬਾਰੇ ਤਾਂ ਕੁਛ ਦੱਸਿਆ ਨਹੀਂ ਤੁਸੀਂ। ਉਹ ਪੰਜਾਬ 'ਚੋਂ ਖਾਂਦੇ ਪੀਂਦੇ ਜੱਟ ਪਰਿਵਾਰ 'ਚੋਂ ਹਾਂ। ਆ ਬਾਹਰ ਆਉਣ ਦਾ ਭੂਤ ਸਵਾਰ ਸੀ ਮੇਰੇ 'ਤੇ, ਬਿਨਾਂ ਸੋਚੇ ਸਮਝੇ ਏਜੰਟ ਨੂੰ ਪੈਸੇ ਦਿੱਤੇ। ਨਾਲੇ ਤਾਂ ਸਾਲਾ ਪੈਸੇ ਖਾ ਗਿਆ, ਨਾਲੇ ਆ ਭੇਜਿਆ 2 ਨੰਬਰ 'ਚ, ਅਤੇ ਬਾਕੀ ਆ ਦੇਸੀ ਜਿਹਾ ਮੁੰਡਾ ਤੁਹਾਡੇ ਸਾਹਮਣੇ ਬੈਠਾ। ਬਟ ਗੈਰੀ, ਇੱਦਾਂ ਇਲੀਗਲੀ ਇੱਥੇ ਆਉਣਾ ਅਤੇ ਨਾ ਆਉਣਾ ਇੱਕ ਬਰਾਬਰ ਹੈ, ਕੋਈ ਫਾਇਦਾ ਨਹੀਂ ਇੱਥੇ ਆਉਣ ਦਾ। ਚਲੋ ਉੱਪਰ ਵਾਲੇ ਦੀ ਮਰਜ਼ੀ। ਬਾਕੀ ਤੁਸੀਂ ਕਦੋਂ ਆਏ ਸੀ? ਆਪਣੇ ਬਾਰੇ ਕੁਝ ਦੱਸਿਆ ਹੀ ਨਹੀਂ। ਮੈਨੂੰ ਵੀ ਇੱਥੇ ਆਇਆ 2-2.5 ਸਾਲ ਹੀ ਹੋਇਆ। ਫਿਰ ਤਾਂ ਬਹੁਤ ਘੱਟ ਟਾਈਮ ਹੋਇਆ ਆਇਆਂ ਨੂੰ। ਇਸ ਤੋਂ ਪਹਿਲਾਂ ਅਸੀਂ ਸਾਰੇ ਅਮੈਰੀਕਾ ਸੈਟਲ ਸੀ। ਸਾਡਾ ਹੱਸਦਾ ਖੇਡਦਾ ਪਰਿਵਾਰ। 9/11 ਬਾਰੇ ਸੁਣਿਆ ਗੈਰੀ? ਹਾਂ ਹਾਂ। ਜਦੋਂ ਟਾਵਰ ਟੁੱਟੇ ਸੀ, ਐਕਚੁਅਲੀ ਮੋਮ ਡੈਡ ਉਸੇ ਦੇ ਆਫਟਰ ਮੈਥ ਦੇ ਸ਼ਿਕਾਰ ਹੋ ਗਏ ਸੀ। ਸੋਰੀ ਡੋਲੀ, ਮੇਰਾ ਮਕਸਦ ਤੁਹਾਡਾ ਦਿਲ ਦਿਖਾਉਣਾ ਨਹੀਂ ਸੀ। ਪਲੀਜ਼ ਉਦਾਸ ਨਾ ਹੋ, ਆਪਣੇ ਆਪ ਨੂੰ ਕਦੇ ਇਕੱਲਾ ਮਹਿਸੂਸ ਨਹੀਂ ਕਰਨਾ। ਮੈਂ ਹਾਂ ਨਾ, ਮੈਂ ਤੁਹਾਡੇ ਕਿਸੇ ਵੀ ਕੰਮ ਆ ਸਕਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲੇਗੀ ਡੋਲੀ। ਚਲੋ ਮੈਂ ਚੱਲਦਾ। ਤੁਸੀਂ ਕੁਛ ਭੁੱਲੇ ਨਹੀਂ? ਭੁੱਲ ਰਿਹਾ ਕੀ? ਪੱਟੀ। ਓ ਆਪ ਹੀ ਉਸ ਦਿਨ ਕਹਿ ਕੇ ਗਿਆ ਵੀ ਮੈਂ ਖੋਲ੍ਹ ਕੇ ਜਾਊਂ ਪੱਟੀ। ਭੁੱਲਣ ਦੀ ਆਦਤ ਜਾਂਦੀ ਨਹੀਂ ਮੇਰੀ। ਕੀ ਹਾਲ ਹੈ ਬਈ ਹੁਣ ਜੱਸਿਆ? ਵੀਰ ਜੀ 2 ਦਿਨ ਹੋ ਗਏ, ਜੱਸੇ ਤਾਂ ਬੁਖਾਰ ਨਹੀਂ ਉਤਰ ਰਿਹਾ। ਕਿਉਂ ਨਾ ਆਪਾਂ ਕਿਸੇ ਹੌਸਪੀਟਲ ਲੈ ਚੱਲੀਏ। ਵੀਰ ਜੀ ਹੌਸਪੀਟਲ ਨਹੀਂ, ਜੇ ਮੈਂ ਹੌਸਪੀਟਲ ਗਿਆ ਨਾ ਉਹਨਾਂ ਨੇ ਮੈਨੂੰ ਰਿਪੋਰਟ ਕਰ ਦੇਣਾ। ਉੱਥੇ ਜਾਣ ਨਾਲੋਂ ਚੰਗਾ ਮੈਂ ਇੱਥੇ ਹੀ ਮਰ ਜਾਵਾਂ। ਉਹ ਇਲੀਗਲ ਆਉਣ ਵਾਲਿਆਂ ਦੀਆਂ ਇਹ ਵੀ ਤਾਂ ਪ੍ਰੋਬਲਮਾਂ ਨੇ, ਹੌਸਪੀਟਲ ਵੀ ਨਹੀਂ ਜਾ ਸਕਦੇ। ਗੈਰੀ ਨਜ਼ਰ ਨਹੀਂ ਆ ਰਿਹਾ, ਕਿੱਥੇ ਗਿਆ? ਪ੍ਰੋਗਰਾਮ ਦੇਖਣ ਗਏ ਸੀ। ਗੈਰੀ ਅਤੇ ਸ਼ੇਰਾ ਉੱਥੇ ਰਹਿ ਗਏ ਸੀ ਪਿੰਦੇ ਹੋਰਾਂ ਨਾਲ ਗੱਲਾਂ ਕਰਨ ਲਈ, ਅਤੇ ਵੀਰ ਵੀ ਉਹਨਾਂ ਦੇ ਨਾਲ ਸੀ। ਹੋ ਸਕਦਾ ਵੀਰ ਵਾਲੀ ਹੋਵੇ। ਮੈਂ ਫੋਨ ਕੀਤਾ ਸੀ, ਕੋਈ ਜਵਾਬ ਨਹੀਂ ਦੇ ਰਿਹਾ। ਡੋਲੀ ਵਾਲੀ ਨਾ ਹੋਵੇ। ਖੈਰ ਮੈਂ ਪਤਾ ਕਰਦਾ। ਮੇਰਾ ਕਜ਼ਨ ਬਲਜੀਤ ਕੁਝ ਮਹੀਨੇ ਪਹਿਲਾਂ ਇੰਗਲੈਂਡ ਆਇਆ ਸੀ। ਸ਼ੁਰੂ 'ਚ ਤਾਂ ਉਹਨਾਂ ਦੇ ਫੋਨ ਆਉਂਦੇ ਰਹੇ ਜੀ, ਪਰ ਹੁਣ ਨਹੀਂ ਪਤਾ ਉਹ ਕਿਤੇ ਹੈ ਜਾਂ ਨਹੀਂ। ਬਾਕੀ ਚਾਚਾ ਗੁਰਮੁਖ ਸਿੰਘ ਠੀਕ ਹੀ ਕਹਿੰਦਾ ਸੀ ਵੀ ਇੱਥੇ ਸੈਟਲ ਹੋਣਾ ਬਹੁਤ ਔਖਾ। ਜੇ ਤੁਹਾਨੂੰ ਇਹ ਹਾਲਾਤਾਂ ਦਾ ਪਤਾ ਸੀ, ਤੁਸੀਂ ਉਹਦੇ ਬਾਵਜੂਦ ਵੀ ਇਹ ਫੈਸਲਾ ਲੈ ਲਿਆ? ਫੈਸਲੇ ਬਾਰੇ ਸੁਣ ਲਓ, ਸਾਡੇ ਅੱਖਾਂ ਸਾਹਮਣੇ ਲੋਕ ਜਿਹੜੇ ਮਜ਼ਦੂਰੀਆਂ ਕਰਦੇ ਕਰਦੇ ਬਾਹਰ ਆ ਗਏ, ਅੱਜ ਉਹ ਕਾਰਾਂ ਕੋਠੀਆਂ ਦੇ ਮਾਲਕ ਬਣੇ ਬੈਠੇ ਆ, ਸਰਦਾਰ ਕਹਾਉਂਦੇ ਆ ਜੀ ਪਿੰਡਾਂ 'ਚ। ਉਹਨਾਂ ਨੂੰ ਦੇਖ ਕੇ ਸਾਡੇ ਯਾਰਾਂ ਦੋਸਤਾਂ ਦਾ ਮਨ ਕਰਿਆ ਆ ਵੀ ਆਪਾਂ ਵੀ ਬਾਹਰ ਸੈਟਲ ਹੋਈਏ। ਇੱਦਾਂ ਦੱਸ, ਤੂੰ ਪੁਲਿਸ ਨੂੰ ਇਹ ਕਿਉਂ ਦੱਸਿਆ ਕਿ ਤੈਨੂੰ ਅੰਗਰੇਜ਼ੀ ਆਉਂਦੀ ਨਹੀਂ? ਸਿਖਾ ਕੇ ਭੇਜਿਆ ਸੀ ਜੀ ਏਜੰਟ ਨੇ, ਕਹਿੰਦਾ ਸੀ ਜੇ ਕਦੇ ਪੁਲਿਸ ਦੇ ਹੱਥ ਚੜ੍ਹ ਗਏ ਨਾ ਆਪਣਾ ਅਸਲੀ ਨਾਮ ਨਹੀਂ ਦੱਸਣਾ, ਮੂੰਹ ਨਾ ਖੋਲਿਓ, ਕਹਿ ਦਿਓ ਅੰਗਰੇਜ਼ੀ ਤਾਂ ਆਉਂਦੀ ਨਹੀਂ। ਮੈਨੂੰ ਪਤਾ ਕਿ ਤੂੰ ਬੇਕਸੂਰ ਹੈ, ਪਰ ਹਾਲਾਤ ਇੱਦਾਂ ਦੇ ਬਣ ਚੁੱਕੇ ਆ ਕਿ ਤੈਨੂੰ ਬਚਾਉਣ ਲਈ ਮੈਨੂੰ ਤੇਰੀ ਮਦਦ ਦੀ ਲੋੜ ਪੈਣੀ ਹੈ। ਕੱਲ੍ਹ ਨੂੰ ਤੇਰੀ ਕੋਰਟ 'ਚ ਪੇਸ਼ੀ ਆ,
ਤੇ ਉੱਥੇ ਕੋਈ ਨਾ ਕੋਈ ਹਾਜ਼ਰ ਜ਼ਰੂਰ ਹੋਣਾ ਚਾਹੀਦਾ ਤੇਰੀ ਜ਼ਮਾਨਤ ਕਰਾਉਣ ਲਈ। ਨਹੀਂ ਨਹੀਂ, ਮੈਂ ਤਾਂ ਪਹਿਲਾਂ ਹੀ ਆਪਣੇ ਯਾਰ ਗਵਾ ਬੈਠਾ। ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਡੌਲੀ ਜਾਂ ਰਾਣਾ ਚਾਚਾ ਕਿਸੇ ਮੁਸੀਬਤ ਵਿੱਚ ਫਸਣ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਮੈਂ ਇੱਥੇ ਬੰਦਾ। ਹਾਂ, ਫਿਕਰ ਤਾਂ ਜ਼ਰੂਰ ਕਰਦੇ ਹੋਣਗੇ। ਪਰ ਤੂੰ ਉਹਨਾਂ ਦਾ ਫੋਨ ਨੰਬਰ ਤਾਂ ਦੇ ਸਕਦਾ। I show you they won't face any problems. Coffee. Thank you. ਵੈਸੇ ਰਾਣਾ ਜੀ, ਇੱਕ ਦੋ ਦਿਨ ਤੋਂ ਤਾਂ ਮੇਰੇ ਵੀ ਉਹਦੇ ਨਾਲ ਫੋਨ 'ਤੇ ਕੋਈ ਗੱਲਬਾਤ ਨਹੀਂ ਹੋਈ। ਸੋਚਣ ਵਾਲੀ ਗੱਲ ਇਹ ਹੈ ਕਿ ਉਹ ਗਿਆ ਤਾਂ ਗਿਆ ਕਿੱਥੇ? ਮੈਨੂੰ ਨਾ ਸੀ ਤੁਹਾਨੂੰ ਤਾਂ ਦੱਸ ਕੇ ਜਾਂਦਾ। ਮੈਂ ਤਾਂ ਇਸ ਕਰਕੇ ਤੇਰੇ ਕੋਲੋਂ ਪੁੱਛਣ ਆ ਗਿਆ ਕਿਉਂਕਿ ਮੇਰੇ ਨਾਲੋਂ ਤੇਰੇ ਜ਼ਿਆਦਾ ਕਰੀਬ ਹੈ। ਮੇਰੇ ਕਰੀਬ? ਹਾਊ ਕੈਨ ਯੂ ਸੇ ਦੈਟ? ਇੱਕ ਦਿਨ ਮੈਂ ਉਹਨੂੰ ਗੱਲਾਂ ਗੱਲਾਂ ਵਿੱਚ ਕਿਹਾ ਸੀ ਕਿ ਇੱਥੇ ਪੱਕੇ ਹੋਣ ਦੀ ਖਾਤਰ ਕਿਸੇ ਕੁੜੀ ਨਾਲ ਵਿਆਹ ਕਰਵਾ ਲੈ। ਪਤਾ ਉਹਨੇ ਕੀ ਕਿਹਾ? ਕੀ ਕਿਹਾ? ਕਹਿੰਦਾ, ਚਾਚਾ ਜੀ, ਜ਼ਿੰਦਗੀ 'ਚ ਵਿਆਹ ਕਰਾਉਣਾ ਤਾਂ ਸਿਰਫ ਇੱਕ ਵਾਰੀ, ਅਤੇ ਉਹ ਵੀ ਡੌਲੀ ਨਾਲ। I can't believe this. Are you sure? I mean, ਉਹਨੇ ਆਪਣੀਆਂ ਫੀਲਿੰਗਸ ਕਦੀ ਮੇਰੇ ਨਾਲ ਸ਼ੇਅਰ ਹੀ ਨਹੀਂ ਕੀਤੀਆਂ, ਔਰ ਇੱਦਾਂ ਦੀ ਕੋਈ ਗੱਲ ਹੁੰਦੀ ਤਾਂ ਮੈਨੂੰ ਪ੍ਰਪੋਜ਼ ਜ਼ਰੂਰ ਕਰਦਾ। ਉਹਦੀ ਕਿਸੇ ਗੱਲ ਤੋਂ ਮੈਨੂੰ ਕਦੀ ਲੱਗਿਆ ਵੀ ਨਹੀਂ ਕਿ ਹੀ ਸੀਰੀਅਸ ਅਬਾਊਟ ਮੀ ਔਰ ਹੀ ਲਾਈਕਸ ਮੀ। ਆਈ ਐਮ ਸ਼ੌਕਡ। ਮੈਂ ਵੀ ਉਸਨੂੰ ਇਹੀ ਕਿਹਾ ਸੀ ਕਿ ਆਪਣੇ ਦਿਲ ਦੀ ਗੱਲ ਡੌਲੀ ਨਾਲ ਸਾਂਝੀ ਕਰ ਲੈ। ਦੈਨ? ਪਰ ਸ਼ਾਇਦ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਇਸ ਪ੍ਰਪੋਜ਼ਲ ਨੂੰ ਤੂੰ ਉਸ ਦਾ ਸਵਾਰਥ ਸਮਝ ਲਵੇਂ ਕਿ ਉਹ ਪੱਕੇ ਹੋਣ ਦੀ ਖਾਤਰ ਤੈਨੂੰ ਪ੍ਰਪੋਜ਼ ਕਰੇ। ਯੈਸ, ਦਿਸ ਇਜ਼ ਰਾਣਾ ਹੇਅਰ। ਰਾਣਾ ਜੀ, ਮੈਂ ਲਾਇਰ ਬੋਲਦਾ। ਗੈਰੀ ਨਾਮ ਦੇ ਮੁੰਡੇ ਨੂੰ ਪੁਲਿਸ ਨੇ ਫੜ ਲਿਆ। ਵਾਟ ਡੂ ਯੂ ਮੀਨ? ਫੜਿਆ ਕਿਸੇ ਗਲਤ ਕੰਮ 'ਚ ਆ। ਤੁਸੀਂ ਛੇਤੀ ਤੋਂ ਛੇਤੀ ਮੈਨੂੰ ਮਿਲੋ ਆ ਕੇ। ਓ ਮਾਈ ਗੋਡ, ਆਈ ਐਮ ਕਮਿੰਗ ਰਾਈਟ ਨਾਓ। ਡੌਲੀ? ਯੈਸ। ਗੈਰੀ ਪੁਲਿਸ ਦੀ ਕਸਟਡੀ 'ਚ ਹੈ। ਵਾਟ? ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਬੋਲਣ ਤਾਂ ਲੱਗਾ ਆ, ਪਰ ਕੇਸ ਦੇ ਸਿਲਸਿਲੇ ਵਿੱਚ ਅਜੇ ਵੀ ਮੂੰਹ ਨਹੀਂ ਖੋਲ ਰਿਹਾ। ਚਾਰਜਿਸ ਸੀਰੀਅਸ ਆ, ਕਿਵੇਂ ਬਚਾਵਾਂਗੇ? ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਪੰਗਲ ਸਾਹਿਬ। ਉਹ ਪੜ੍ਹਿਆ ਲਿਖਿਆ, ਇੱਕ ਚੰਗੇ ਖਾਨਦਾਨ ਦਾ ਮੁੰਡਾ ਹੈ, ਉਹ ਮਰਡਰ ਕਰ ਹੀ ਨਹੀਂ ਸਕਦਾ। ਬਿਲਕੁਲ ਸਹੀ ਕਹਿੰਦੇ ਨੇ, ਮੇਰਾ ਵੀ ਦਿਲ ਗਵਾਈ ਦਿੰਦਾ ਹੈ। ਗੈਰੀ ਬਿਲਕੁਲ ਬੇਕਸੂਰ ਹੈ, ਉਹਨੇ ਕੁਛ ਨਹੀਂ ਕੀਤਾ। ਪਰ ਕੋਰਟ ਵਿੱਚ ਦਿਲ ਦੀ ਗਵਾਹੀ ਨਹੀਂ ਚੱਲਦੀ। ਕੋਰਟ ਨੂੰ ਸਬੂਤ ਚਾਹੀਦਾ ਹੈ, ਗਵਾਹ ਚਾਹੀਦਾ ਹੈ। ਕੋਰਟ ਨੀਡਸ ਵਿਟਨੈਸਿਸ ਐਂਡ ਐਵੀਡੈਂਸ। ਮੈਂ ਉਸ ਦੀ ਬੇਲ ਦੇਣ ਨੂੰ ਤਿਆਰ ਹਾਂ ਪੰਗਲ ਸਾਹਿਬ। ਤੁਸੀਂ ਡਾਕੂਮੈਂਟਸ ਤਿਆਰ ਕਰੋ, ਜਿਸ ਕਾਗਜ਼ ਪੱਤਰ ਦੀ ਲੋੜ ਹੈ ਮੈਂ ਲੈ ਕੇ ਆ ਰਿਹਾ। ਪਰ ਇੱਕ ਚੀਜ਼ ਦਾ ਧਿਆਨ ਰੱਖੋ, ਅਗਲੇ ਪੇਸ਼ੀ ਤੋਂ ਪਹਿਲਾਂ ਸਾਨੂੰ ਇਹਦੀ ਆਈਡੈਂਟੀ ਪ੍ਰੂਫ ਕਰਨੀ ਪੈਣੀ ਆ। ਠੀਕ ਆ, ਇਸ ਦੇ ਬਾਰੇ ਵੀ ਕੁਝ ਸੋਚਦੇ ਹਾਂ। ਗੈਰੀ ਵਿਚਾਰਾ ਬੇਕਸੂਰ ਫਸ ਗਿਆ। ਉਸ ਨੂੰ ਬਚਾਉਣਾ ਸਾਡਾ ਸਭ ਦਾ ਧਰਮ ਹੈ। ਰੱਬ ਦੇ ਵਾਸਤੇ ਮੈਨੂੰ ਕੁਝ ਤਾਂ ਦੱਸ ਦਿਓ, ਉੱਥੇ ਹੋਇਆ ਕੀ ਸੀ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਨੂੰ ਸਭ ਨੂੰ ਆਪਣੀ ਆਪਣੀ ਚਮੜੀ ਦੀ ਚਿੰਤਾ ਹੈ? ਕਿੰਨੇ ਮਤਲਬੀ ਅਤੇ ਸੈਲਫਿਸ਼ ਹੋ ਤੁਸੀਂ। ਵੀਰ ਜੀ, ਗੈਰੀ ਵੀ ਜਾਣਦਾ ਕੀ ਹੋਇਆ ਸੀ ਉਹਦੇ ਨਾਲ। ਆਪੇ ਪੁਲਿਸ ਨੂੰ ਦੱਸ ਦੇਵੇਗਾ। ਇਹੀ ਤਾਂ ਗੱਲ ਆ, ਉਹ ਨਹੀਂ ਦੱਸੇਗਾ। ਉਹ ਹਰਗਿਜ਼ ਮੂੰਹ ਨਹੀਂ ਖੋਲੇਗਾ, ਚਾਹੇ ਉਹਨੂੰ ਸਜ਼ਾ ਕਿਉਂ ਨਾ ਹੋ ਜਾਵੇ। ਕਿਉਂ ਕਿਉਂ ਨਹੀਂ ਦੱਸੂਗਾ ਉਹ? ਕਿਉਂਕਿ ਉਹ ਤੁਹਾਡੇ ਵਰਗਾ ਅਹਿਸਾਨ ਫਰਾਮੋਸ਼ ਨਹੀਂ। ਉਹਨੂੰ ਪਤਾ ਜੇ ਉਸਨੇ ਮੂੰਹ ਖੋਲ ਦਿੱਤਾ ਤਾਂ ਤੁਹਾਨੂੰ ਸਭ ਨੂੰ ਇਮੀਗ੍ਰੇਸ਼ਨ ਵਾਲਿਆਂ ਡਿਪੋਰਟ ਕਰ ਦੇਣਾ ਅਤੇ ਮੈਨੂੰ ਪਨਾਹ ਦੇਣ ਦੇ ਦੋਸ਼ ਵਿੱਚ ਸਜ਼ਾ ਮਿਲੇਗੀ। ਇਸੇ ਕਰਕੇ ਵਾਰ ਵਾਰ ਤੁਹਾਨੂੰ ਪੁੱਛ ਰਿਹਾ ਕਿ ਪਲੀਜ਼ ਮੈਨੂੰ ਕੁਝ ਦੱਸ ਦਿਓ ਤਾਂ ਕਿ ਪੱਕੇ ਪੈਰੀਂ ਆਪਣੇ ਬਾਰੇ ਅਤੇ ਗੈਰੀ ਬਾਰੇ ਕੁਝ ਕਰ ਸਕਾਂ।
ਤੁਹਾਨੂੰ ਮੈਂ ਅੱਜ ਦੀ ਰਾਤ ਦਿੰਦਾ। ਸਵੇਰ ਤੱਕ ਮੈਨੂੰ ਦੱਸ ਦਿਓ, ਨਹੀਂ ਤਾਂ ਮੈਂ ਡੋਲੀ ਬੋਲ ਰਹੀ ਹਾਂ ਯੂਕੇ ਤੋਂ। ਹਾਂ ਪੁੱਤਰ, ਮੈਂ ਪਛਾਣ ਲਿਆ ਪਛਾਣ ਲਿਆ। ਕਿਵੇਂ ਤੂੰ, ਸਭ ਠੀਕ ਹੈ ਨਾ ਬੇਟਾ? ਮੈਂ ਬਿਲਕੁਲ ਠੀਕ ਹਾਂ ਅੰਕਲ ਜੀ, ਤੁਹਾਡੇ ਨਾਲ ਇੱਕ ਬੜੀ ਅਰਜੈਂਟ ਗੱਲ ਕਰਨੀ ਹੈ। ਤੁਸੀਂ ਗੈਰੀ ਨਾਮ ਦੇ ਕਿਸੇ ਲੜਕੇ ਨੂੰ ਜਾਣਦੇ ਹੋ ਜਿਹੜਾ ਤੁਹਾਡੇ ਪਿੰਡੋਂ ਜਾਂ ਫਿਰ ਨੇੜੇ ਤੇੜੋਂ ਕਿਤੋਂ ਵੀ ਹੁਣੇ ਹੁਣੇ ਲੰਡਨ ਆਇਆ ਹੋਵੇ? ਪੁੱਤਰ, ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਨਾ। ਥੈਂਕ ਗੋਡ। ਤੂੰ ਮੈਨੂੰ ਦੱਸ, ਹੋਇਆ ਕੀ? ਐਕਚੁਅਲੀ ਅੰਕਲ, ਉਹਦੇ ਨਾਲ ਇੱਥੇ ਇੱਕ ਟ੍ਰੈਜਡੀ ਹੋ ਗਈ ਹੈ। ਹੀ ਇਜ਼ ਹੇਅਰ ਇਨ ਜੇਲ। ਮੈਂ ਅੰਕਲ ਤੁਹਾਨੂੰ ਇਸ ਲਈ ਫੋਨ ਕੀਤਾ ਕਿ ਸ਼ਾਇਦ ਤੁਹਾਡੇ ਕੋਲੋਂ ਥੋੜ੍ਹੀ ਹੈਲਪ ਮਿਲ ਸਕੇ, ਕਿਉਂਕਿ ਉਹ ਕੁਛ ਬੋਲ ਨਹੀਂ ਰਿਹਾ, ਕੁਛ ਨਹੀਂ ਦੱਸ ਰਿਹਾ ਕਿ ਉਹ ਕਿੱਥੋਂ ਬਿਲੋਂਗ ਕਰਦਾ ਹੈ, ਉਹਦਾ ਅਸਲੀ ਨਾਮ ਕੀ ਹੈ। ਨਥਿੰਗ। ਪਤਾ ਨਹੀਂ ਕਿਹਦੀਆਂ ਭੈੜੀਆਂ ਨਜ਼ਰਾਂ ਖਾ ਗਈਆਂ ਇਸ ਘਰ ਦੀਆਂ ਖੁਸ਼ੀਆਂ ਨੂੰ। ਭਾਅ ਜੀ, ਹੁਣ ਹੋਰ ਮੈਥੋਂ ਸਿਹਾ ਨਹੀਂ ਜਾਂਦਾ। ਨਹੀਂ ਨਹੀਂ ਭੈਣ ਜੀ, ਨਹੀਂ ਨਹੀਂ, ਭਾਵੇਂ ਖਬਰ ਬੁਰੀ ਹੈ, ਨਾਲ ਇਹ ਤਸੱਲੀ ਵੀ ਤਾਂ ਲਿਆਈ ਹੈ ਨਾ ਕਿ ਸਾਡਾ ਗੈਰੀ ਸਹੀ ਸਲਾਮਤ ਹੈ। ਜਿੱਤੇ ਦੀ ਖਬਰ ਦੇ ਬਾਅਦ ਜਿਹੜੀ ਚਿੰਤਾ ਅੰਦਰੋਂ ਅੰਦਰ ਵੱਢ ਰਹੀ ਸੀ, ਹੁਣ ਘੱਟੋ ਘੱਟ ਉਹ ਤਾਂ ਨਹੀਂ ਰਹੀ ਨਾ। ਚਾਚਾ ਜੀ ਠੀਕ ਕਹਿ ਰਿਹਾ ਵੀ ਜੀ, ਇਹ ਵਕਤ ਇਮੋਸ਼ਨਲ ਹੋ ਕੇ ਗੱਲਾਂ ਕਰਨ ਦਾ ਨਹੀਂ ਬਲਕਿ ਕੁਛ ਕਰਨ ਦਾ ਹੈ। ਬੇਟੇ, ਤੂੰ ਗੈਰੀ ਦੇ ਪੇਪਰਾਂ ਦੀ ਫਾਈਲ ਤਿਆਰ ਕਰ। ਪਰ ਚਾਚਾ ਜੀ, ਉਹ ਵੀਜ਼ੇ ਦਾ ਕਿੱਦਾਂ ਹੋਊਗਾ? ਬੇਟੇ, ਇੰਨੇ ਸਾਲ ਬਾਹਰ ਰਹਿ ਕੇ ਕੁਛ ਕਮਾਈ ਆਪਾਂ ਵੀ ਕੀਤੀ ਏ, ਚਿੰਤਾ ਨਾ ਕਰੋ ਦੀ। ਮੈਂ ਗੈਰੀ ਦੀ ਬੇਲ ਇਸ ਲਈ ਨਹੀਂ ਪਾਈ ਕਿਉਂਕਿ ਤੁਹਾਨੂੰ ਇਲੀਗਲ ਬੰਦਿਆਂ ਨੂੰ ਪਨਾਹ ਦੇਣ ਲਈ ਪ੍ਰੋਬਲਮ ਪੈ ਸਕਦੀ ਆ, ਪਰ ਮੈਂ ਕੁਛ ਹੋਰ ਹੀ ਸੋਚ ਰਿਹਾ। ਜੇ ਸਾਨੂੰ ਗੈਰੀ ਦਾ ਕੋਈ ਆਈਡੈਂਟੀਟੀ ਦਾ ਡਾਕੂਮੈਂਟ ਮਿਲ ਜਾਵੇ ਤਾਂ ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਬਟ ਦ ਟਾਈਮ ਇਜ਼ ਰਨਿੰਗ ਆਊਟ ਪੰਗਲ ਸਾਹਿਬ। ਆਈ ਨੋ, ਬਟ ਵਿਦਆਊਟ ਐਨੀ ਡਾਕੂਮੈਂਟਰੀ ਐਵੀਡੈਂਸ ਅਸੀਂ ਕੁਛ ਨਹੀਂ ਕਰ ਸਕਦੇ। ਮੇਰੀ ਕੱਲ੍ਹ ਇੰਡੀਆ ਆਪਣੇ ਅੰਕਲ ਨਾਲ ਗੱਲ ਹੋਈ ਹੈ, ਉਹ ਗੈਰੀ ਦੀ ਫੈਮਿਲੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਸੋ ਇਟਸ ਅ ਮੈਟਰ ਆਫ ਟਾਈਮ ਨਾਓ ਇਫ ਯੂ ਕੈਨ ਮੈਨੇਜ ਪਲੀਜ਼। ਇੱਕ ਮਿੰਟ, ਇੰਡੀਆ ਤੋਂ ਹੈ। ਹੈਲੋ, ਹਾਂਜੀ ਅੰਕਲ। ਵਟ ਗੁੱਡ, ਨੋ ਪ੍ਰੋਬਲਮ, ਅਸੀਂ ਅੰਕਲ ਨੋ ਪ੍ਰੋਬਲਮ, ਅਸੀਂ ਇਹਨਾਂ ਨੂੰ ਏਅਰਪੋਰਟ ਤੋਂ ਰਿਸੀਵ ਕਰ ਲਾਂਗੇ, ਨੋ ਪ੍ਰੋਬਲਮ। ਥੈਂਕ ਯੂ ਸੋ ਮਚ, ਥੈਂਕਸ ਅ ਲੋਟ, ਥੈਂਕ ਗੋਡ। ਗੁੱਡ ਨਿਊਜ਼, Gary's brother is coming here tomorrow with all the documents. Oh, that's great. In that case, we'll meet tomorrow. Sat Sri Akal ji. Sat Sri Akal.
ਫਲਾਈਟ ਵਾਸ ਔਨ ਟਾਈਮ। ਯਾ ਵੈਸੇ ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਜੀ, ਕੋਈ ਦਿੱਕਤ ਨਹੀਂ ਆਈ। ਸਤਿ ਸ਼੍ਰੀ ਅਕਾਲ। ਹੈਲੋ, ਤੁਸੀਂ ਇਸ ਤਰ੍ਹਾਂ ਕਰੋ, ਪਹਿਲਾਂ ਘਰ ਚੱਲ ਕੇ ਫਰੈਸ਼ ਹੋ ਲਓ, ਦੈਨ ਅੱਗੇ ਦਾ ਪ੍ਰੋਗਰਾਮ ਚੈੱਕ ਆਊਟ ਕਰਦੇ ਹਾਂ। ਓਕੇ ਰਾਣਾ ਸਾਹਿਬ, ਐ ਨਹੀਂ ਹੋ ਸਕਦਾ ਵੀ ਆਪਾਂ ਇੱਥੋਂ ਜਾ ਕੇ ਗੈਰੀ ਨੂੰ ਮਿਲਾਈਏ। ਆਈ ਕੈਨ ਅੰਡਰਸਟੈਂਡ ਮਾਈ ਬੋਏ, ਬਟ ਇਟ ਮੇ ਨਾਟ ਬੀ ਪੋਸੀਬਲ। ਮੀਟਿੰਗ ਲਈ ਪਹਿਲਾਂ ਟਾਈਮ ਲੈਣਾ ਪੈਂਦਾ। ਪੇਪਰ ਤਾਂ ਠੀਕ ਹੈ, ਕਮ ਸੇ ਕਮ ਇਹਦੇ ਨਾਲ ਅਸੀਂ ਇਹ ਤਾਂ ਸਾਬਤ ਕਰ ਸਕਦੇ ਹਾਂ ਕਿ ਇਹਦੀ ਆਈਡੈਂਟੀ ਕੀ ਆ, ਨਾਲੇ ਇੰਦਰ ਦੀ ਗਵਾਹੀ ਵੀ ਚੱਲੇਗੀ। ਪਰ ਜਦ ਤੱਕ ਕਿ ਆਪਣੇ ਮੂੰਹੋਂ ਕੁਛ ਬੋਲਦਾ ਨਹੀਂ ਜਾਂ ਕੋਈ ਗਵਾਹ ਅੱਗੇ ਨਹੀਂ ਆਉਂਦਾ, ਇਹ ਸਾਬਤ ਕਰਨਾ ਔਖਾ ਹੋ ਜਾਣਾ ਕਿ ਗੈਰੀ ਨੇ ਕਤਲ ਨਹੀਂ ਕੀਤਾ। ਉਹ ਯਾਰ, ਇਸ ਬੰਦੇ ਦੇ ਪਿੰਡ ਦਾ ਕੇਸ ਤਾਂ ਮੇਰੇ ਕੋਲ ਪਹਿਲਾਂ ਵੀ ਹੈਗਾ। ਕੀ ਨਾਮ ਇਹਦਾ? ਸ਼ਾਇਦ ਬਲਜੀਤ ਸਿੰਘ। ਉਹ ਤਾਂ ਜੀ ਮੇਰੇ ਤਾਇਆ ਜੀ ਦੇ ਬੇਟੇ ਆ। He is my cousin. Oh, I see. ਉਹ ਵੀ ਕਿਸੇ ਐਕਸੀਡੈਂਟ ਦੇ ਕੇਸ ਵਿੱਚ ਫਸਿਆ ਆ ਅਤੇ ਦੂਜੀ ਜੇਲ੍ਹ 'ਚ ਬੈਠਾ ਆ। ਚਲੋ, ਪਹਿਲਾਂ ਤਾਂ ਤੁਹਾਡੀ ਗੈਰੀ ਨਾਲ ਮੀਟਿੰਗ ਅਰੇਂਜ ਕਰਦੇ ਹਾਂ ਅਤੇ ਹੋ ਸਕਦਾ ਸ਼ਾਇਦ ਉਹ ਤੁਹਾਨੂੰ ਕੁਛ ਖੁੱਲ੍ਹ ਕੇ ਦੱਸ ਦੇਵੇ। ਪਰ ਜਿੱਦਾਂ ਵੀ ਹੋ ਸਕਦਾ, ਟ੍ਰਾਈ ਟੂ ਗੈਟ ਦ ਟਰੂਥ ਆਊਟ ਆਫ ਹਿਮ। ਜੀ ਸ਼ੋਰ। ਗੈਰੀ, ਗੈਰੀ ਤੂੰ ਬੋਲਦਾ ਕਿਉਂ ਨਹੀਂ? ਦੇਖ ਦੇਖ, ਤੇਰਾ ਭਰਾ ਪੰਜਾਬ ਤੋਂ ਇੱਥੇ ਕਿਹਦੇ ਲਈ ਆਇਆ? ਤੇਰੇ ਲਈ ਨਾ। ਜਦ ਤੋਂ ਤੇਰੇ ਬਾਰੇ ਪਤਾ ਲੱਗਿਆ, ਪੀਜੀ ਦੇ ਅੰਜੂ ਨਹੀਂ ਸੁੱਕੇ, ਗਲੋਂ ਰੋਟੀ ਨਹੀਂ ਲੰਘੀ, ਤੇਰੀ ਪਿਆਰੀ ਰਿੰਮੀ ਨੇ ਸਕੂਲ ਜਾਣਾ ਬੰਦ ਕਰਤਾ। ਰਾਤੀ ਸੁੱਤੀ ਪਈ ਰੋ ਰੋ ਕੇ ਚਾਚੂ ਚਾਚੂ ਕਰਦੀ ਰਹਿੰਦੀ ਆ। ਇਹ ਤਾਂ ਕਰਮਾਂ ਦੀਆਂ ਖੇਡਾਂ ਨਹੀਂ ਵੀਰਿਆ, ਕਰਮਾਂ ਦੀਆਂ। ਦੇਖ, ਮੈਨੂੰ ਪਤਾ ਗੈਰੀ ਤੂੰ ਕਤਲ ਨਹੀਂ ਕੀਤਾ, ਪਰ ਤੂੰ ਇਹਨਾਂ ਲੋਕਾਂ ਨੂੰ ਦੱਸਦਾ ਕਿਉਂ ਨਹੀਂ? ਚੱਲ ਹੁਣ ਮੈਂ ਆ ਗਿਆ, ਤੂੰ ਮੈਨੂੰ ਦੱਸ, ਤੂੰ ਮੈਨੂੰ ਦੱਸ ਕਤਲ ਕਿਹਨੇ ਕੀਤਾ? ਮੈਂ ਤੈਨੂੰ ਬੇਗੁਨਾਹ ਸਾਬਤ ਕਰਵਾਵਾਂਗਾ। ਚੁੱਪ ਰਹਿਣਾ ਗੱਲ ਨਹੀਂ ਬਣਨੀ ਗੈਰੀ, ਆਪਾਂ ਕੋਲ ਸਮਾਂ ਬਹੁਤ ਘੱਟ ਆ। ਮੈਨੂੰ ਦੱਸ, ਚਾਕੂ ਕਿਹਨੇ ਮਾਰਿਆ ਸੀ? ਪਲੀਜ਼। ਉਹ ਬੋਲ ਯਾਰ ਗੈਰੀ, ਬੋਲ। ਉਹ ਤੂੰ ਕਿਹਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਰਿਹਾ? ਉੱਥੇ ਤੇਰੇ ਆਪਣੇ ਤੇਰੇ ਲਈ ਦੁਆਵਾਂ ਕਰ ਰਹੇ ਨੇ ਅਤੇ ਤੂੰ ਇੱਥੇ ਪਰਾਇਆਂ ਦੇ ਲਈ। ਚੱਲ ਠੀਕ ਆ ਭਰਾਵਾ, ਤੂੰ ਤਾਂ ਮੈਨੂੰ ਪਹਿਲਾਂ ਹੀ ਕਹਿ ਸੀਗਾ ਕਿ ਤੇਰੇ ਇੱਥੇ ਹੋਰ ਵੀ ਬਥੇਰੇ ਭਰਾ ਨੇ। ਕੋਈ ਨਹੀਂ, ਮਰ ਗਏ ਸਾਰੇ, ਮਰ ਗਏ ਵੀਰਿਆ, ਮਰ ਗਏ ਮੇਰੇ ਯਾਰ, ਮੈਨੂੰ ਛੱਡ ਕੇ ਇਸ ਬਗਾਨੀ ਧਰਤੀ 'ਤੇ ਠੋਕਰਾ ਖਾਣ ਨੂੰ। ਤੈਨੂੰ ਕੀ ਪਤਾ ਵੀਰਿਆ, ਮੇਰੇ ਰੱਬ ਵਰਗੇ ਯਾਰਾਂ ਨਾਲ ਕੀ ਹੋਇਆ, ਕੀ ਭਾਣਾ ਵਰਤਿਆ ਜੀਤੇ ਨਾਲ। ਮੈਂ ਤਾਂ ਆਪਣੇ ਪਿਆਰੇ ਯਾਰ ਦਾ ਹਜੇ ਕਰਜ਼ਾ ਵੀ ਨਹੀਂ ਮੋੜ ਸਕਿਆ। ਮੈਨੂੰ ਸਭ ਪਤਾ ਹੈ ਗੈਰੀ, ਕਿਸੇ ਭਲੇ ਪਰਵੇਜ਼ ਨੇ ਉਹਨਾਂ ਸਭ ਦੀਆਂ ਲਾਸ਼ਾਂ ਪਿੰਡ ਭਜਵਾ ਦਿੱਤੀਆਂ ਸੀ। ਤੇਰੇ ਪਿੰਡ ਛੱਡਣ ਤੋਂ ਬਾਅਦ ਮੈਂ ਜੀਤੇ ਦੇ ਪੈਸੇ ਮੋੜ 'ਤੇ ਸੀ। ਦੇਖ, ਤੈਨੂੰ ਆਪਣੇ ਯਾਰਾਂ ਦੀ ਸਹੁੰ, ਤੈਨੂੰ ਜੀਤੇ ਦੀ ਦੋਸਤੀ ਦਾ ਵਾਸਤਾ, ਤੂੰ ਮੈਨੂੰ ਦੱਸ ਕਤਲ ਕਿਹਨੇ ਕੀਤਾ ਸੀ? ਕਮਲਿਆ, ਮੈਂ ਤੇਰਾ ਭਰਾ, ਕੋਈ ਦੁਸ਼ਮਣ ਤਾਂ ਨਹੀਂ? ਦੱਸ ਮੈਨੂੰ ਵੀਰੇ, ਦੱਸ, ਬੋਲ, ਕੁਛ ਤੇ ਬੋਲ। ਗਲਤ ਨਾ ਸਮਝ ਵੀਰਿਆ, ਮੈਂ ਇੰਨਾ ਖੁਦ ਗਰਜ ਨਹੀਂ। ਜੇ ਉਸ ਬੰਦੇ ਦਾ ਨਾਮ ਦੱਸ ਦਿੱਤਾ, ਉਹਨੇ ਰਾਣਾ ਵੀਰ ਸ਼ੇਰਾ ਸਾਰਿਆਂ ਨੂੰ ਫਸਾ ਦੇਣਾ। ਉਹ ਜਿਹੜੇ ਮੇਰੇ ਤੇ ਰੱਬ ਬਣ ਕੇ ਬੋੜੇ, ਉਹ ਜਿਨ੍ਹਾਂ ਨੇ ਬਗਾਨੀ ਧਰਤੀ 'ਤੇ ਉਹ ਮੈਨੂੰ ਆਸਰਾ ਦਿੱਤਾ, ਮੈਂ ਉਹਨਾਂ ਨੂੰ ਧੋਖਾ ਦੇਵਾਂ? ਨਹੀਂ ਨਹੀਂ, ਇਹ ਨਹੀਂ ਹੋ ਸਕਦਾ ਗੈਰੀ। ਨਾ, ਇਹੀ ਮੇਰੇ ਇੱਥੇ ਭਰਾ ਨੇ,
ਇਹੀ ਮੇਰੇ ਦੋਸਤ ਆ ਵੀਰਿਆ। ਹਾਂ ਦੇਖ ਦੇਖ, ਸਾਨੂੰ ਸਭ ਪਤਾ, ਮੈਂ ਤੇ ਰਾਣਾ ਸਾਹਿਬ ਨੇ ਸਭ ਇੰਤਜ਼ਾਮ ਕਰ ਲਿਆ, ਕੋਈ ਨਹੀਂ ਫਸੇਗਾ। ਤੂੰ ਬਸ ਉਸ ਕੰਜਰ ਦਾ ਨਾਂ ਦੱਸ ਦੇ। ਮੈਨੂੰ ਤਾਂ ਪਹਿਲੀ ਵਾਰ ਮਿਲਿਆ ਸੀ ਪ੍ਰੋਗਰਾਮ ਤੇ, ਸ਼ੇਰੇ ਨਾਲ ਆਇਆ ਸੀਗਾ, ਸ਼ੇਰੇ ਦਾ ਦੋਸਤ। ਚਾਚਾ ਜੀ, ਮੈਂ ਗੈਰੀ ਨੂੰ ਬਥੇਰਾ ਸਮਝਾ ਕੇ ਭੱਜ ਲੈ, ਨਹੀਂ ਤਾਂ ਪੁਲਿਸ ਨੇ ਫੜ ਕੇ ਲੈ ਜਾਣਾ। ਓਏ ਖਾਣੀਆਂ ਨਾ ਪਾ, ਮੈਨੂੰ ਦੱਸ ਕਿਹਨੇ ਗੋਰੇ ਦਾ ਕਤਲ ਕੀਤਾ ਸੀ? ਵੀਰ ਜੀ, ਇਹਨੇ ਇੱਦਾਂ ਨਹੀਂ ਦੱਸਣਾ, ਬੜੀ ਸਖਤ ਸ਼ਾਇ ਹੈ। ਆਪਾਂ ਪੁਲਿਸ ਨੂੰ ਫੋਨ ਕਰਦੇ ਹਾਂ, ਇਹਨੇ ਆਪਣੀ ਜ਼ੁਬਾਨ ਨਹੀਂ ਖੋਲਣੀ। ਉਹ ਨਾ ਤੇ ਜੀ ਵੀਰੇ, ਇਹ ਕੰਮ ਨਾ ਕਰਿਓ, ਮੈਂ ਵਾਪਸ ਨਹੀਂ ਜਾਣਾ ਚਾਹੁੰਦਾ, ਪਲੀਜ਼ ਮੈਨੂੰ ਮਾਫ ਕਰ ਦਿਓ। ਮੈਂ ਬਰਬਾਦ ਹੋ ਜਾਊਂਗਾ, ਮੇਰਾ ਕੱਖ ਨਹੀਂ ਰਹਿਣਾ, ਮੈਂ ਸਭ ਕੁਝ ਦੱਸ ਦੂੰਗਾ। ਪਲੀਜ਼ ਮੈਨੂੰ ਮਾਫ ਕਰ ਦਿਓ, ਮੈਂ ਸਭ ਕੁਝ ਦੱਸ ਦੂੰਗਾ। ਤੈਨੂੰ ਕੀ ਲੱਗਦਾ ਸੀ ਮੇਰੇ ਬੇਗੁਨਾਹ ਭਰਾ ਨੂੰ ਫਸਾ ਕੇ ਤੂੰ ਬਚ ਜਾਏਗਾ? ਚੱਲ ਸਾਰੇ ਪੁਲਿਸ ਸਟੇਸ਼ਨ। ਚੰਗਾ ਇੰਦਰ, ਤਾਂ ਫਿਰ ਮੈਂ ਚੱਲਦਾ। ਥੈਂਕ ਯੂ ਸਰ, ਤੁਸੀਂ ਮੇਰੇ ਭਰਾ ਨੂੰ ਬਚਾ ਲਿਆ। ਇਹ ਕ੍ਰੈਡਿਟ ਤੈਨੂੰ ਜਾਂਦਾ ਕਿ ਤੂੰ ਟਾਈਮ ਸਿਰ ਡਾਕੂਮੈਂਟ ਲਿਆ ਕੇ ਗੈਰੀ ਨੂੰ ਬਚਾ ਲਿਆ। ਓਕੇ ਇੰਦਰ, ਬਾਹਰ ਤੇਰਾ ਭਰਾ ਤੇਰਾ ਇੰਤਜ਼ਾਰ ਕਰ ਰਿਹਾ। ਥੈਂਕ ਯੂ ਸੋ ਮਚ। ਲਓ ਇੰਦਰ ਵੀ ਆ ਗਏ। ਸੋ ਗੈਰੀ, ਹੁਣ ਅੱਗੇ ਬਾਰੇ ਕੀ ਸੋਚਿਆ? ਹੁਣ ਤਾਂ ਇੱਕੋ ਰਾਹ ਡੋਲੀ, ਗੋਰਿਆਂ ਨੇ ਇੱਥੇ ਰਹਿਣ ਨਹੀਂ ਦੇਣਾ, ਡਿਪੋਰਟ ਕਰ ਦੇਣਾ। ਉਹ ਨਹੀਂ ਕਾਕਾ ਜੀ, ਬਲਕਿ ਹੁਣ ਤਾਂ ਦੋਵੇਂ ਰਾਹ ਖੁੱਲ ਗਏ ਨੇ। ਕਿਹੜੇ? ਵਾਪਸ ਜਾਣ ਦਾ ਵੀ ਤੇ ਇੱਥੇ ਰਹਿਣ ਦਾ ਵੀ। ਹੁਣ ਆਇਆ ਉੱਠ ਭਾਰ ਥੱਲੇ। ਇੱਕ ਵਾਰੀ ਮੈਂ ਪੰਜਾਬ ਤਾਂ ਜ਼ਰੂਰ ਜਾਣਾ, ਅਣਜਾਣੇ ਜਿਹੜੇ ਰਿਸ਼ਤੇ ਟੁੱਟੇ ਆ ਨਾ, ਉਹਨਾਂ ਨੂੰ ਜੋੜਨ ਜਾਣਾ। ਉਹ ਜੀ, ਤੈਨੂੰ ਰਿਸ਼ਤਿਆਂ ਦੀ ਇੰਨੀ ਪਰਵਾਹ ਤਾਂ, ਜਿਹੜੇ ਨਵੇਂ ਰਿਸ਼ਤੇ ਇੱਥੇ ਜੁੜ ਗਿਆ ਉਹਨਾਂ ਦਾ ਕੀ ਬਣੂ? ਨਵੇਂ ਰਿਸ਼ਤੇ ਇਹ ਤਾਂ ਨਾਲ ਹੀ ਜਾਣਗੇ ਪੰਜਾਬ। ਤਾਰਿਆਂ ਵੇ ਜਾਣ ਤੋਂ ਪਿਆਰੇ।
ਚਿੱਤ ਕਰੇ ਸਾਹਮਣੇ।